केआरपी 1550 एएम ते तुहाडा स्वागत है। मैं तुहाडा मेजबान हरजीत सिंह गिल। 11:11 होए ने, 23 जून का दिन है, वरा 2020 का मंगलवार है। नौ हाड़ नानकशे समत 552 निघा हार्दिक स्वागत है जी। अज की लोक सत्थ दे विच अहम घटनावां गल्लां बातां गीत संगीत सुलग दे मसलों पर गलबात होगी। खबरां दे नाल जिहड़े आरसीए ने, रेजिडेंट केयर अटेंडेंट ने, जिहड़े घरां च सेवा करदे ने, हस्पतालां दे विच सेवा करदे ने, जिहड़ी जिन्हां दी सब तों वड्डी सेवा, उहनां दे बारे मैं अज गलबात करनी चाहुंदा है। जिहड़े परमानेंट नहीं है, फुल टाइम नहीं है, ऑन कॉल ने, फ्रेजर हेल्थ दे लई काम करदे ने साडे सरी दे हॉस्पिटल दे विच, ओह उहनां नूं ना तां पूरा समां मिलदा है, ना उहनां नूं परमानेंट करदे ने, रेगूलर करदे ने, उहनां दी मुश्किल ते जां फिर जिथे जिथे इह काम करदे है बड़ी एक पीड़ा दे विचों निकलदे आ, दुख चों निकलदे आ। जद बजुर्ग इहनां नाल गल्लां बातां करदे आ, ओह अपने काम दे विचों निकल के, काम दे अधिकार खेत्र चों बाहर जाके भी घरां दे विचों सेवा करदे आ। जद बेबे बापू उहनां दे मापिआं दे हाण दे दुखी ने, फिर उह जिथे कल्ले रहिंदे आ तां जिहड़ा उहनां दा काम नहीं उह भी उह करदे आ। समां घट हुंदा है ਜਾਂ ਘੰਟਾ ਜਾਂ ਦੋ ਘੰਟੇ ਇੱਕ ਬਜ਼ੁਰਗ ਲਈ ਮਿਲਦੇ ਨੇ, ਉਹਨਾਂ ਨੇ ਪੰਜ ਜਗ੍ਹਾ ਤੇ ਜਾਣਾ। ਕੁਛ ਪ੍ਰਾਈਵੇਟ ਕੰਪਨੀਆਂ 'ਚ ਕੰਮ ਕਰਦੇ ਆ, ਕੋਈ ਸਰਕਾਰੀ ਫਰੇਜ਼ਰ ਹੈਲਥ ਅਥਾਰਟੀ 'ਚ ਕੰਮ ਕਰਦੇ ਆ, ਪਰ ਕੰਮ ਬਹੁਤ। ਉਹਨਾਂ ਦੀਆਂ ਮੁਸ਼ਕਲਾਂ ਬਾਰੇ ਮੈਂ ਗੱਲਬਾਤ ਅੱਜ ਕਰਨੀ ਚਾਹੁੰਦਾ। ਭਾਰਤ ਤੋਂ ਇੱਕ ਵਾਲੇ ਹਿੱਸੇ 'ਚ ਕੁਛ ਸਮੇਂ ਤੇ ਨਾਲ ਹੀ ਭਾਰਤ ਦੀ ਵੀ ਗੱਲ ਚੱਲਣੀ ਹੈ ਕਿ ਵੱਡੇ ਦੇਸ਼ ਜਿੱਥੇ ਰੀਪੈਟਰੀਏਸ਼ਨ ਦੇ ਨਾਂ ਤੇ ਏਅਰ ਇੰਡੀਆ ਫਲਾਈਟਸ ਆਉਂਦੀਆਂ ਨੇ, ਫਰਾਂਸ ਦੀ ਗੱਲ ਆ, ਇੰਗਲੈਂਡ ਦੀ ਗੱਲ ਆ, ਅਮਰੀਕਾ ਦੀ, ਉਹ ਕਹਿੰਦੇ ਇਉਂ ਨਹੀਂ ਤੁਹਾਡੀਆਂ ਅਸੀਂ ਫਲਾਈਟਸ ਆਉਂਦੇ, ਸਾਡੀਆਂ ਫਲਾਈਟਸ ਵੀ ਦਿੱਲੀ ਆਉਂਦੀਆਂ ਚਾਹੀਦੀਆਂ। ਤੇ ਇੱਧਰ ਹਰ ਰੋਜ਼ ਡਿੱਗਦੀ ਆ ਫਲਾਈਟ ਜਿਹੜੀ ਏਅਰ ਇੰਡੀਆ ਦੀ, ਤੇ ਸਾਡੇ ਵਾਲੇ ਚੁੱਪ ਬੈਠੇ ਆ। ਉਹ ਕਹਿੰਦੇ $2,000 ਲਈ ਚਲੋ ਤੇ ਪਿੱਛੇ ਰਹੋ, ਉੱਥੇ ਵਾਲਿਆਂ ਨੂੰ ਕਹੋ ਉਹ ਉੱਥੇ ਲੈ ਲੈਣ, ਜਿੱਥੇ ਬੈਠੇ ਆ ਉੱਥੇ ਹੀ। ਇਹ ਪ੍ਰਚਾਰਿਆ ਵੀ ਇਹ ਜਾਂਦਾ ਵੀ ਜਿੱਥੇ ਬੈਠਿਆ ਉੱਥੇ ਬੈਠੋ, ਆਪਾਂ ਆਰਾਮ ਦੇ ਨਾਲ ਇੱਥੇ ਰਹੋ, ਸਾਡਾ ਟੱਬਰ ਦਾ ਕੋਈ ਜੀ ਉੱਥੇ ਹੈ ਨਹੀਂ, ਤੇ ਅਸੀਂ ਇਹ ਸੁਨੇਹਾ ਦਓ ਕਿ ਨਾ ਨਾ ਜਿੱਥੇ ਬੈਠਿਆ ਉੱਥੇ ਬੈਠੇ ਰਹਿਣ, ਉੱਥੇ ਹੀ ਬੈਠੋ। ਇੱਦਾਂ ਪੁੱਛ ਕੇ ਦੇਖੋ ਜਿਹਨਾਂ ਦੇ ਟੱਬਰ ਦੇ ਜੀ ਨੇ ਉਹ ਕੀ ਕਹਿੰਦੇ। ਇਹਦੇ ਤੇ ਗੱਲਬਾਤ ਹੋਏਗੀ। ਤੇ ਫਿਰ ਆਖਰੀ ਹਿੱਸੇ 'ਚ ਖਾਸ ਗੱਲਬਾਤ ਅੱਜ ਮੈਂ ਕਰਨੀ ਆ ਕਨਿਸ਼ਕਾ ਦੇ ਬਾਰੇ। ਅੱਜ ਤੋਂ 35 ਵਰੇ ਪਹਿਲਾਂ ਆਇਰਲੈਂਡ ਦੇ ਤੱਟ ਤੇ 45 ਮਿੰਟ ਪਹਿਲਾਂ ਬਲੈਤ 'ਚ ਉੱਤਰਨ ਤੋਂ ਕਨਿਸ਼ਕ ਜਿਹੜਾ ਬੜਾ ਜਿਹੜਾ ਇਨਸਾਫ ਪਸੰਦ ਰਾਜੇ ਦੇ ਨਾਂ ਤੇ ਇਹ ਜਹਾਜ਼ ਸੀ, ਤੇ ਇਹਦੇ ਵਿੱਚ 329 ਜਣੇ ਅੱਧ ਸਮਾਨੇ ਫਟ ਗਏ, 125 ਲਾਸ਼ਾਂ ਮਿਲੀਆਂ, ਬਾਕੀ ਮੱਛੀਆਂ ਖਾ ਗਈਆਂ। 307 ਪੈਸੰਜਰ ਸੀ, 22 ਕਰਿਊ ਮੈਂਬਰ ਸੀ, 329 ਟੋਟਲ ਸੀ, ਜਿਹਦੇ ਚੋਂ ਸਭ ਤੋਂ ਵੱਧ ਕੈਨੇਡਾ ਦੇ ਸੀ 268, 27 ਸੀ ਇੰਗਲੈਂਡ ਦੇ ਤੇ 22 ਸੀ ਭਾਰਤ ਦੇ, ਹੋਰ 12 ਸੀ। 329 ਜਣੇ ਟੋਟਲ ਸੀ, ਤੇ ਜਿਹੜੇ ਦੇਸ਼ ਦੇ ਸਭ ਤੋਂ ਵੱਧ ਸੀ ਉਸ ਦੇਸ਼ ਦੇ ਜਸਟਿਸ ਜੌਨ ਮੇਜਰ ਨੇ 2010 ਦੇ ਵਿੱਚ ਆਪਣੀ ਇਨਕੁਆਇਰੀ 'ਚ ਦੱਸਤਾ ਵੀ ਸੀਸ ਤੇ ਆਰਸੀਐਮਪੀ ਨੇ ਕਿਵੇਂ ਇਹਦਾ ਫਸਤਾ ਵੱਢਿਆ, ਕੀ ਹੋਇਆ। ਇਹਦੇ ਬਾਰੇ ਬੜੀਆਂ ਗੱਲਾਂ ਚੱਲੀਆਂ ਤੇ ਭਾਈਚਾਰੇ 'ਚ ਬਹੁਤ ਕੁਝ, ਤੇ ਇਹਦੀਆਂ ਪਰਤਾਂ ਹਰ ਵਾਰ ਖੁੱਲ ਰਹੀਆਂ। ਮਾਸਟਰ ਮਾਈਂਡ ਜਿਵੇਂ ਹੁਣ ਤੁਸੀਂ ਵਿਕੀਪੀਡੀਆ ਤੇ ਜਾਓ, ਵਿਕੀਪੀਡੀਆ ਜਿਉਂ ਉਹ ਸ਼ੁਰੂ ਕਰਦਾ ਜੇ ਜੀ ਬੱਬਰ ਖਾਲਸਾ ਜੀ ਉੱਥੋਂ ਜੀ ਤੇ ਇੱਥੋਂ ਜੀ, ਫਿਰ ਬੱਬਰ ਖਾਲਸਾ ਨੇ ਆਹ ਕਰਤਾ ਉਹ ਕਰਤਾ। ਜਿਹੜੇ ਏਜੰਟ ਭਾਰਤ ਦੇ ਆਏ, ਜਿਹੜੇ ਏਜੰਟ ਭਾਰਤ ਦੇ ਆ ਕੇ ਤੇ ਇਸ ਜਹਾਜ਼ ਨੂੰ ਉਡਾ ਕੇ ਇੱਥੇ ਰਹਿ ਰਹੇ ਨੇ, ਤੇ ਹੋਰ ਲੋਕ ਕੌਣ ਸੀ ਇਹਦੇ ਵਿੱਚ, ਇਨਵੋਲਵ ਕੌਣ ਸੀ, ਕਿਹੜਾ ਬੰਦਾ ਜਿਸ ਦਿਨ ਹੌਰਸ਼ੂ ਵੇਫ ਦੀ ਫੈਰੀ ਤੋਂ ਜਹਾਜ਼ ਤਲਵਿੰਦਰ ਸਿੰਘ ਬੱਬਰ ਗਿਆ, ਤੀਜੇ ਬੰਦਾ ਕੌਣ ਸੀ ਨਾਲ ਮਿਸਟਰ ਐਕਸ, ਐਲ ਸਿੰਘ ਤੇ ਐਮ ਸਿੰਘ ਕੌਣ ਸੀ, ਲਾਲ ਸਿੰਘ ਅਮੰਦ ਸਿੰਘ ਸੀ ਜਾਂ ਉਹਦੇ 'ਚ ਹੋਰ ਕੀ ਨਾਂ ਸੀ, ਕਿਹਦੇ ਪਾਸਪੋਰਟ ਵਰਤੇ ਗਏ, ਉਹਦਾ ਨਾਂ ਕਿਹਦੇ ਸੀ, ਉਹ ਕੌਣ ਸੀ, ਕੋਈ ਮੋਹਨਜੀਤ ਸਿੰਘ ਸੀ, ਕੋਈ ਮਰਵਾਹਾ ਸੀ, ਕੋਈ ਪਾਵਾ ਸੀ, ਕੋਈ ਰੋਡੇ ਸੀ, ਕੋਈ ਲਖਵੀਰ ਸਿੰਘ ਸੀ, ਕਿਹਦੇ ਨਾਂ ਸੀ, ਕਿਹਦੇ ਨਾਂ ਤੇ ਉਹ ਟਿਕਟਾਂ ਬੁੱਕ ਹੋਈਆਂ, ਤੇ ਕਿੱਥੋਂ ਸਮਾਨ ਕਿੱਥੇ ਰੱਖਿਆ ਗਿਆ, ਉਹਦੇ ਬਾਰੇ ਜਾਣਕਾਰੀ ਕੌਣ ਦਿਓ। ਜਿਹੜੇ ਨਾਂ ਸੀ ਵੱਡੇ, ਉਹਨਾਂ 'ਚ ਹਰਦਿਆਲ ਸਿੰਘ ਜੌਲ ਦਾ ਨਾਂ ਸੀ, ਸੁਰਜਨ ਸਿੰਘ ਗਿੱਲ ਦਾ ਨਾਂ ਸੀ, ਸੁਰਮੁਖ ਸਿੰਘ ਸੀ,
डीएसपी हरमेल सिंह चंदी जिहड़ा आके जस्टिस जॉन मेजर दे इत्थे आया ते जिहनूं इत्थे ही रख लिया जिहड़े जस्टिस बैंस होणी लैके आए ते उहनां तों परां कर लिया उहदे सबूत क्योंकि तरविंदर सिंह बब्बर नूं उहनां ने फड़िया वह भी मारिया गया। मेजर बंदे जिहड़े इहदे विच सी इक दो नूं छड्ड के सारे मारे गए जां जिहड़े गुप्ती सी उत्थों आए जिहड़े कहिंदे असीं संघर्ष नूं भगाउण आए आ उहनां दा की रोल रिहा कौन सीसिस लई कौन करता काम आई बी दे कौन बंदे ने कनेडा च किहदे कहे ते की होया इहदे बारे कुछ गलबात करांगा ते कोशिश करांगा कि इह जिहड़े नसूर ने उहनां दे फहे कुछ रखे जाण जख्मां ते जिहनां दा 329 बंदे मारे गए। दुनिया दा देश दुनिया दे विच इंसाफ दे लई लड़न वाला देश जिहदे 268 बंदे सी उह चुप करिया बैठा ते सीसिस ने चक के टेपां डिलीट करतीआं। सीसिस दा की एजेंडा सी भारत की आई वी का की एजेंडा सी उहदे बाद जस्टिस मेजर ने की कहा ते दसां वरियां च की होया पत्रकार किहड़े सी जिहड़े जाके केपीएस गिल दे मेहमान बने इत्थों जिहड़े इस दे बारे खिलाफ लिखते रहे बहुत कुछ है इहदे च। इहदे च जुल्म दी इंतहा दो किताबां एम के धर दी है जिहड़ी ओपन सीक्रेट है। ओपन सीक्रेट च की कहिंदा धर दाड़ी वधा के किहनां लोकां च विचरदा रहा ते धर दी मौत किवें हुई है। उस तों बाद जहेर कश्मीरी सॉफ्ट टारगेट दे विच की लिखदा है ये बहुत कुछ है जिहड़ियां परतां किहनूं किन्ने मिलियन डॉलर बने किहनूं किहदे च की फायदा होया किहने गर्म जोशी वालियां नूं मूहरे जोड़ के ते काम करा के ते आराम दे नाल लोक बह गए पर जिहड़े 329 मरे ने उहनां दा हिसाब किहने देणा। ना जे बर मैनूं लेख जाणगे नाले जे इत्थे दीआं अदालतां तों बच गए एक दिन कुंडी आणनी आणनी है एक दिन याद रखियो 1844-247-1550 सच पाड़ पाड़ के बाहर आऊ पाड़ पाड़ के वेख्यो बनता थे। KRPRadio.com ते सीधा प्रसारण चलता प्रोग्राम रह जाए तो यूट्यूब से पा देना लोग सत्त दे थले ते 604-440-6462 दफ्तर का नंबर है info@KRPRadio.com दफ्तर की ईमेल 604-729-1224 मेरा वट्सएप से टैक्सट लिए 604-729-1224 harjeet.g@KRPRadio.com। मन्या के कोई बदली तुप्पा रोक भी लेंदी है चानण दे फब्बियां ताईं सोख भी लेंदी है पर नूर दे जाए करन गुलामी गिजदे नहीं हुंदे सूरज कदे भी कणियां दे विच भिजदे नहीं हुंदे जिहड़े पानी अंदर कोई रवानी नहीं हुंदी ओह पानी ते आउंदी कदे जवानी नहीं हुंदी सौड़ियां सोचां कोलों बीबा सिजदे नहीं हुंदे सूरज कदे भी कणियां दे विच भिजदे नहीं हुंदे। मिर्गा तेरे अंदर ही कस्तूरी हुंदी है हर कम दे विच मेहनत बड़ी जरूरी हुंदी है मोमबत्ती दे कदे कड़ाहे रिजदे नहीं हुंदे सूरज कदे भी कणियां दे विच भिजदे नहीं हुंदे जो कुछ भी है हुंदा हुंदा पूरे वक्तां ते एक दिन जाले लग जांदे ने उच्चियां तख्तां ते बिन कत्ते दे भी सियोने दे भिजदे नहीं हुंदे सूरज कदे भी कणियां दे विच भिजदे नहीं हुंदे क्यों अपने मत्थे ते सानू नाज नहीं हुंदा क्यों नफरत दा कोई दवा इलाज नहीं हुंदा शानक श्री वेख वेख के खिजदे नहीं हुंदे सूरज कदे भी कणियां दे विच भिजदे नहीं हुंदे सूरज कदे भी कणियां दे विच भिजदे नहीं हुंदे। सच दा स्वाद होर है हरमनजीत लिखदा है। धन्नवाद है जी सारिआं दा ते जिथे भी तुसीं बैठे हो प्रोग्राम सुन रहे हो डॉक्टर फौची ने हुणे खबरां जिहड़ियां 30 मिंट पहलां आ रहीआं ने डॉक्टर फौची जिहड़ी मेडिसिन ते गलबात जिहड़ी वैक्सीन है उसकी गलबात कर रहे हैं कि वैक्सीन कद या ना ये की हो सकता तुहानू पता है कि जब भी करोना दे बारे COVID-19 दे बारे दवाई की गल वैक्सीन की गल चलती है तो फिर यह गल चलती है कि किवें यह कित्थे बननी है कौन बनाऊगा। नैशनल इंस्टीट्यूट ऑफ एलर्जी ते इनफेक्शस डिजीज के वह हैड है नार ही जिहड़ा डिजीज कंट्रोल ते प्रिवेंशन डायरेक्टर डॉक्टर रॉबर्ट रेडफील्ड ने फूड ते ड्रग एडमिनिस्ट्रेशन दे चीफ डॉक्टर स्टीफन हान ने हैड जिहड़े US पब्लिक हैल्थ सर्विस दे एडमिरल ब्रेट ग्रोअर ने इन्हां दा एक पैनल डिस्कशन होया जिहदे च डॉक्टर फौची ने यह गल की कि दवाई जिहड़ी वैक्सीन है यह
हले असी नेड़े नहीं, जिहड़ियां गल्लां चल रही है वह गल्लां सही नहीं है। उन्हें कितना कितने सरपंच चोणां ते दे बराबरों ना हड ते थोड़ी जी मार दित्ती अज फिर, क्योंकि सारा कुछ इस गल ते खड़ा है, देश नूं खोलण दी गल इस गल ते खड़ी है वी वैक्सीन 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 बन नहीं रही। साडे वाले पासे 17 बिलियन दे करीब डॉलर चाहिए ने, 18 बिलियन दे करीब 8 हफ्तों का जिहड़ा सर्व सर्व करन दे लई 18 अरब डॉलर, वह कद पूरा होना है। गल मैं ये सोच रहा वे 8 हफ्तों का दिता 2000 18 अरब डॉलर कद पूरा होगा। हुण जिन्हां नूं 2000 आउंदा उह कहिंदे जिद्दण 2000 मुक्किआ असी चले जाना उस समय अनएम्पलायमेंट इंश्योरेंस से। हुण अनएम्पलायमेंट इंश्योरेंस से पहला COVID-19 का 2000 फिर UI फिर 6-6 महीने वो चलना ये हिसाब न फिर देश कागज पत्थर है जोड़ा ये साढ़े कद पूरे हो गए जोड़ा ये अरबों डॉलर ट्रूडो होनी वंडता रहे है। और वंडना भी चाहिए जिदे को कम है नहीं उन्हें रोटी खानी है, पर घाटा पूरा कद होगा ये 2 महीनों का 18 लगता है तो 4 महीने पहला 18 × 72। सो ऑलमोस्ट 50-60 अरब डॉलर इस चीज से चले गया। बाकी जो 40-40 हजार वाले ने उन्होंने भी गल तो बड़े लोग खुश ने 40 हजार वाले, वो कहते 3 कंपनियां 1,20,000 2 सालों मुड़ना 1.25 लाख 1.25 लाख दे के डाउन जानू कोई घर अड़का के कहते वेच देंगे जानू बना के, ये भी गल चली है नाल नाल उस 1.25 लाख के 30 साडा रह जाना 90 मोड़ना तो मोड़ना भी 2 सालों हल 2022 तक कि राज्य की परजा होनी है, हो सकता माफ ही हो जाए। वो कंपनियां हले पेपर वर्क किहड़ा मंगदे आ किस तरह दिंदे ने नहीं भी एक भाईचारे लैंदा सारे ही लै रहे ने, खासा पैसा हो जाता 1.25 लख डॉलर जे 3 किसी ने लै ले एक मालक दी 3 कंपनियां ने तो उन्हें 1.25 लख डॉलर लै लिया तो 30 हजार की जिहड़ी माफी है 30 हजार तो साल के मसा बनता है, झाड़ू फेरन वाले तो बेचारे मसा इन्ना बनाते रात सारी रात फिरते रहते हैं। हुण इहदे च कल की खबर यह सी कि अमरीका के जिहड़े बिलीनर ने उन्हां दी कमाई COVID-19 दे विच होर वध गई, अमीर कहिंदे होर अमीर हो गए। ये जिहड़ा चलिया हुण कल एक फोटो आ रही थी दुबई माल दे विच COVID-19 असेंशल्स लिख के एक स्टोर ये खोल दिता जिहदे विच COVID-19 का ही समान मिलता। तो यह जिहड़ा दुनिया दे विच ते होर देशां दे फॉरब्स ने कल दस्या कि जिहड़े अरबपति ने 650 दे करीब उन्हां दा जिहड़ा 550 अरब दे करीब जिहड़ा धन होर वध गया। तो डॉक्टर फौची दी वैक्सीन कैनेडा सरकार दा जिहड़ा इस दे विच लोकां नूं मदद देनी है जिहड़ी वह अगले 2 हफ्ते 2 महीने मतलब जुलाई ते अगस्त हो गया सितंबर दे विच किते वोटां ना पै जा इहदी गल मुड़ मुड़ के जिहड़ा ओटवा दे गलियारियां चों आ रही है गल सच है जां झूठ है इहदा नहीं पता, पर मुड़ मुड़ के ये गल चल रही है कि यह हो सकता है कि वोटा पै जा वोटा पैणगियां किवें पैणगियां किहड़े हालातां च पैणगियां नवंबर वालियां अमरीका दियां किहड़े हालातां च पैणगियां ये तो समा दसेगा। तो उधरों चौधरी साहब एक जिन्हां नूं पुलिस ने मारिया है उन्हां दा बड़ा रेड़का पिया होया भी वह मानसिक रोगी सी ते वो छोटा जिहा एक चाकू लई अपने घर दे विच घूम रहे सी ते नाल पुलिस डॉग उस तो बाद वड्डियां गड्डियां ते जिहड़ी वर्दी ते हथियार
ਤੇ ਉਹਦੇ ਬਾਅਦ ਉਹਨਾਂ ਨੇ ਬਾਹਰੋਂ ਗੋਲੀਆਂ ਜਿਹੜੀਆਂ ਦਿਖਾਈਆਂ ਤਿੰਨ ਜਿਹੜੀਆਂ ਉਹ ਚ ਠੋਕੀਆਂ। ਹੁਣ ਵੀਕਐਂਡ ਤੇ ਜਿਹੜੇ ਇਹਦੇ ਤੇ ਮੁਜ਼ਾਹਰੇ ਬਹੁਤ ਹੋਏ ਨੇ ਵੀ ਹੋਇਆ ਕੀ, ਇਹ ਕਹਾਣੀ ਕੀ ਚੱਲੀ, ਇਹ ਕਿਉਂ ਹੋਈ। 62 ਸਾਲ ਦੇ ਚੌਧਰੀ ਸਾਹਿਬ ਜਿਹੜੇ ਨੇ ਉਹਨਾਂ ਨੂੰ ਮਿਸੀਸਾਗਾ ਦੇ ਵਿੱਚ ਆਜ਼ਾਦ ਚੌਧਰੀ, ਚਾਰ ਬੱਚਿਆਂ ਦੇ ਪਿਤਾ, ਤੇ ਗੋਰਵੇ ਤੇ ਮਾਰਨਿੰਗ ਸਟਾਰ ਡਰਾਈਵ ਦੇ ਇਲਾਕੇ ਵਿੱਚ ਇੱਕ ਉਹਨਾਂ ਦੀ ਰਹਾਇਸ਼ੀ ਇਮਾਰਤ ਦੇ ਅੰਦਰ ਉਹਨਾਂ ਫਲੈਟ ਚ ਉਸਨੂੰ ਗੋਲੀ ਮਾਰੀ। ਹੁਣ ਉਹ ਮਾਨਸਿਕ ਰੋਗੀ ਸੀ, ਆਥਣੇ 5 ਵਜੇ ਪੁਲਿਸ ਇਮਾਰਤ ਚ ਪਹੁੰਚੀ ਤੇ ਉਹਦੇ ਬਾਅਦ ਇਹ ਗੱਲ ਵੇਖੀ ਕੋਈ ਚਾਕੂ ਲਈ ਫਿਰਦਾ, ਤੇ ਜਦੋਂ ਚਾਕੂ ਵੇਖਿਆ ਤਾਂ ਬਾਹਰੋਂ ਉਹਨਾਂ ਨੂੰ ਇਹ ਅਕਸਰ ਮੈਂਟਲੀ ਜਦ ਉਹ ਦੌਰਾ ਪੈਂਦਾ ਸੀ, ਸਕਿਜ਼ੋਫਰੇਨੀਆ ਦਾ ਜਦ ਇਹ ਦੌਰਾ ਅਕਸਰ ਉਹਨਾਂ ਨੂੰ ਪੈਂਦਾ ਤਾਂ ਫਿਰ ਉਹਨਾਂ ਨੂੰ ਸ਼ਾਂਤ ਕਰ ਲੈਂਦੇ, ਅਕਸਰ ਗੱਲਬਾਤ ਕਰਦੇ ਪੁਲਿਸ ਦੇ ਜਿਹੜੇ ਉਹਦੇ ਘਰ ਦੇ ਮੈਂਬਰ ਸਨ ਉਹਨਾਂ ਨੂੰ ਘੁਮਾ ਫਰਾ ਕੇ ਲਿਆਉਂਦੇ, ਸਮਝਾ ਲੈਂਦੇ। ਜਿਵੇਂ ਇਸ ਵਾਰ ਪੁਲਿਸ ਵਾਲੇ ਅੰਦਰ ਦਾਖਲ ਹੋਏ ਨੇ ਉਹ ਤਾਂ ਇਉਂ ਹੋਏ ਵੀ ਜਿਵੇਂ ਅੰਦਰ ਕੋਈ ਬੰਦਾ ਉਹਨਾਂ ਨੇ ਫੜਿਆ ਹੁੰਦਾ, ਅੰਦਰ ਕੋਈ ਬੰਦੀ ਬਣਾਇਆ ਹੁੰਦਾ ਤੇ ਇਸ ਤਰ੍ਹਾਂ ਗੋਲੀਆਂ ਮਾਰੀਆਂ। ਵਪਾਰਕ ਸੰਦੇਸ਼ਾਂ ਤੋਂ ਬਾਅਦ ਅਮਨ ਖਹਿਰਾ ਜੀ ਨਾਲ ਗੱਲਬਾਤ ਕਰਦੇ ਹਾਂ, ਇੱਕ ਵਪਾਰਕ ਸੰਦੇਸ਼ ਲੈ। ਇਮੀਗ੍ਰੇਸ਼ਨ ਸਰਵਿਸਿਸ ਤੋਂ ਅਮਨ ਖਹਿਰਾ ਜੀ ਮੇਰੇ ਨਾਲ ਨੇ, ਹੁਣ ਗੱਲਾਂ ਬਾਤਾਂ ਬਾਹਰ ਭਾਈਚਾਰੇ ਚ ਬੜੀਆਂ ਚੱਲ ਰਹੀਆਂ ਕਿ LMIA ਦੇ ਬਾਰੇ ਸਰਕਾਰ ਨੇ ਕਹਿ ਦਿੱਤਾ ਕਿ LMIA ਦੇ ਉੱਪਰ ਹੁਣ ਬੰਦੀ ਹੈ, ਉਸਦੀ ਗੱਲ ਦੀ ਸੱਚਾਈ ਕੀ ਹੈ? ਵਾਕਈ LMIA ਬੰਦ ਹੋ ਗਏ, ਸਰਕਾਰ ਨੇ ਉਹਨਾਂ ਨੂੰ ਕਹਿ ਦਿੱਤਾ ਜਿਹਨਾਂ ਨੇ LMIA ਅਪਲਾਈ ਕੀਤੀ ਸੀ ਵੀ ਆਪਣੀ ਐਪਲੀਕੇਸ਼ਨਾਂ ਵਾਪਸ ਲੈ ਲਓ, ਅਰਜ਼ੀਆਂ ਵਾਪਸ ਲੈ ਲਓ, ਤੇ ਇੱਥੇ ਜਿਹੜੇ ਲੋਕ ਵਿਹਲੇ ਬੈਠੇ ਆ ਉਹਨਾਂ ਨੂੰ ਕੰਮ ਦੇਣ ਦੀ ਗੱਲ ਇਹ ਚੱਲ ਰਹੀ ਹੈ ਕਿ ਇਹ ਸੱਚ ਹੈ, ਉਹਨਾਂ ਨੂੰ ਪੁੱਛਦੇ ਆ। ਅਮਨ ਜੀ ਸਵਾਗਤ ਤੁਹਾਡਾ, ਸਤਿ ਸ੍ਰੀ ਅਕਾਲ। ਦੇ ਸਾਰੇ ਲਿਸਨਰਸ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ ਤੇ ਆਦਾਬ ਜੀ। ਅੱਛਾ ਜੀ, LMIA ਬਾਰੇ ਖਬਰ ਦਓ। ਇਹ ਗੱਲ ਚੱਲ ਰਹੀ ਹੈ ਕਿ LMIA ਜਿਹੜਾ ਉਸ ਨੂੰ ਸਰਕਾਰ ਨੇ ਬੰਦ ਕਰ ਦਿੱਤਾ ਤੇ ਐਪਲੀਕੇਸ਼ਨ ਜਿਹਨਾਂ ਨੇ ਕੀਤੀ ਉਹਨਾਂ ਨੂੰ ਕਹਿ ਦਿੱਤਾ ਆਪਣੀਆਂ ਵਾਪਸ ਲੈ ਲਓ, ਜਿਹੜਾ ਅਪਰੂਵ ਹੋਇਆ ਹੋਇਆ ਅਪਰੂਵ ਰਹੇਗਾ, ਜਿਸ ਦਿਨ ਸਾਨੂੰ ਤੁਹਾਨੂੰ ਲੋੜ ਹੋਊਗੀ ਤਾਂ ਫੇਰ ਤੁਸੀਂ ਇਸ ਤੇ ਲੈ ਸਕਦੇ ਹੋ। ਸੱਚ ਕੀ ਹੈ ਜੀ? ਜੀ ਬਿਲਕੁਲ ਬਾਈ ਜੀ, ਸਰਕਾਰ ਨੇ ਇਹਦੇ ਵਿੱਚ ਕਾਫੀ ਚੇਂਜਸ ਕੀਤੀਆਂ ਨੇ ਕਿਉਂਕਿ ਕੋਰੋਨਾ ਵਾਇਰਸ ਕਰਕੇ ਇੱਕ ਅਨਐਕਸਪੈਕਟਿਡ ਜਿਹੜੀ ਅਨਇੰਪਲੋਇਮੈਂਟ ਰੇਟ ਜਿਹੜਾ ਸਪਾਈਕ ਅਪ ਹੋਇਆ ਵਧਿਆ ਇੱਕੋਦਮ, ਉਹਦੇ ਲਈ ਸਰਕਾਰ ਨੂੰ ਪ੍ਰੋਪੋਰਸ਼ਨਲੀ ਕੁਛ ਚੇਂਜਸ ਲੈ ਕੇ ਆਉਣੀਆਂ ਪੈਣੀਆਂ ਸੀਗੀਆਂ, ਅਦਰਵਾਈਜ਼ ਜਿਹੜੀਆਂ ਕੈਨੇਡੀਅਨ ਦੀ ਜੋਬ ਜਿਹੜੀ ਸੀ ਉਹ ਪ੍ਰੋਟੈਕਟਿਡ ਨਹੀਂ ਸੀ। ਨਾਓ ਸਮਝਣ ਵਾਲੀ ਗੱਲ ਇਹ ਹੈ ਬਾਈ ਜੀ, ਜਿਹੜਾ LMIA ਪ੍ਰੋਸੈਸ ਹੈ ਇਹ ਪ੍ਰੋਸੈਸ ਸਰਕਾਰ ਨੇ ਚਲਾਇਆ ਸੀ ਟੈਂਪਰਰੀ ਤੌਰ ਤੇ, ਜਿਹੜੀ ਕੈਨੇਡਾ ਦੀ ਲੇਬਰ ਮਾਰਕੀਟ ਹੈ ਉਹਦੇ ਚ ਜਿਸ ਤਰ੍ਹਾਂ ਦੀ ਸ਼ਾਰਟੇਜ ਐਗਜ਼ਿਸਟ ਕਰਦੀ ਹੈ, ਜੇ ਉਸ ਲੇਬਰ ਮਾਰਕੀਟ ਚ ਕੈਨੇਡੀਅਨ ਇਨਫ ਅਵੇਲੇਬਲ ਨਹੀਂ ਹੈ ਤਾਂ ਫਿਰ ਇਹ ਪ੍ਰੋਸੈਸ ਚਲਾਇਆ ਸੀ ਜਿਹਦੇ ਰਾਹੀਂ ਇੰਪਲੋਇਰ ਜਿਹੜਾ ਹੈਗਾ ਆਪਣੀ ਜੋਬ ਆਫਰ ਕਿਸੇ ਫੋਰਨ ਨੈਸ਼ਨਲ ਨੂੰ ਐਕਸਟੈਂਡ ਕਰ ਸਕਦਾ, ਦੇ ਸਕਦਾ ਔਰ ਉਹਨਾਂ ਨੂੰ ਹਾਇਰ ਕਰ ਸਕਦਾ। ਔਰ ਉਸ ਤੋਂ ਬਾਅਦ ਸਰਕਾਰ ਨੇ ਪੈਥਵੇ ਬਣਾਇਆ ਵੀ ਜੇ ਕੋਈ ਇੰਡੀਵਿਜੁਅਲ, ਕਿਉਂਕਿ ਕੈਨੇਡਾ ਚ ਜੇ ਕੋਈ ਟੈਂਪਰਰੀ ਤੌਰ ਤੇ ਕੰਮ ਕਰਨ ਆਉਂਦਾ, ਜੇ ਉਹਨੇ ਪਰਮਾਨੈਂਟ ਇਮੀਗ੍ਰੇਸ਼ਨ ਲੈਣੀ ਹੋਵੇ ਉਹਦੇ ਲਈ ਵੀ ਉਹਨਾਂ ਨੇ ਰਸਤੇ ਬਣਾਏ, ਕਿਉਂਕਿ ਉਹ ਇੱਕ ਅਟਰੈਕਟਿਵ ਫੀਚਰ ਸੀਗਾ ਇਸ ਪ੍ਰੋਸੈਸ ਦਾ ਵੀ ਤੁਸੀਂ ਕੰਮ ਕਰਨ ਤੋਂ ਬਾਅਦ ਇਮੀਗ੍ਰੇਸ਼ਨ ਵੀ ਅਪਲਾਈ ਕਰ ਸਕਦੇ ਹੋ। ਨਾ ਹੁਣ ਜਿਹੜਾ ਸਿਨੈਰੀਓ ਹੈਗਾ ਇਹਦੇ ਵਿੱਚ ਸਰਕਾਰ ਨੇ ਕੁਛ ਜਿਹੜੀਆਂ ਮੇਜਰ ਚੇਂਜਸ ਕੀਤੀਆਂ ਉਹਦੇ ਵਿੱਚ ਇਹਨੂੰ ਡਿਵਾਈਡ ਕੀਤਾ, ਅਸੈਂਸ਼ੀਅਲ ਜਿਹੜੀਆਂ ਸਰਵਿਸਿਸ ਨੇ ਜਾਂ ਜਿਹੜੇ ਵਰਕਰਸ ਦੀ ਕੈਨੇਡਾ ਨੂੰ ਅਰਜੈਂਟਲੀ ਜ਼ਰੂਰਤ ਹੈ, ਸੈਕਿੰਡ ਉਹ ਤਰ੍ਹਾਂ ਦੇ ਵਰਕਰਸ ਜਿਹੜੇ ਸਰਕਾਰ ਸਮਝਦੀ ਹੈ ਵੀ ਕੈਨੇਡੀਅਨਸ ਲਾਈਕ ਨਹੀਂ ਕਰਦੇ ਜ਼ਿਆਦਾ, ਉਹ ਜਿਹੜੇ ਆਕੂਪੇਸ਼ਨ ਉਹਨਾਂ 'ਚ ਕੰਮ ਕਰਨਾ ਪਸੰਦ ਨਹੀਂ ਕਰਦੇ, ਜਿਵੇਂ ਫਾਰਮ ਦਾ ਕੰਮ ਹੋ ਗਿਆ ਜਾਂ ਤੁਸੀਂ ਗ੍ਰੀਨ ਹਾਊਸ ਦਾ ਕੋਈ ਕੰਮ ਹੋ ਗਿਆ ਜਾਂ ਹੋਰ ਇਹੋ ਜਿਹੇ ਕਾਫੀ ਹਾਰਡ ਲੇਬੋਰੀਅਸ ਜੋਬਸ ਨੇ, ਈਵਨ ਤੁਸੀਂ ਬੁਚਰ ਦੇ ਤੌਰ ਤੇ ਜਾਂ ਮੀਟ ਕਟਰ ਦੇ ਤੌਰ ਤੇ ਕੰਮ ਕਰਦੇ ਹੋ ਜਾਂ ਪੋਲਟਰੀ ਵਰਕਰਸ ਹੋ ਗਏ, ਸੋ ਇਸ ਤਰ੍ਹਾਂ ਦੇ ਕੰਮ 'ਚ ਜਿਹੜੇ ਕੈਨੇਡੀਅਨਸ ਨੇ ਉਹ ਲਾਈਕ ਨਹੀਂ ਕਰਦੇ, ਸੋ ਸਰਕਾਰ ਨੇ ਉਹਨੂੰ ਵੀ ਲਿਸਟ ਦੇ ਵਿੱਚ ਰੱਖਿਆ ਜਿਹਦੇ ਵਿੱਚ ਉਹ ਸਮਝਦੇ ਹੋਏ ਵੀ ਕੈਨੇਡੀਅਨਸ ਕੰਮ ਕਰਨਾ ਪਸੰਦ ਨਹੀਂ ਕਰਦੇ, ਇਸ ਕਰਕੇ ਕੈਨੇਡੀਅਨਸ ਨੂੰ ਕੈਨੇਡੀਅਨਸ ਲਈ ਐਡਵਰਟਾਈਜ਼ ਕਰਨ ਦੀ ਜਿਹੜੀ ਰਿਕੁਆਇਰਮੈਂਟ ਹੈ ਸਰਕਾਰ ਨੇ ਉਹ ਵੀ ਹਟਾ ਦਿੱਤੀ ਗਈ ਹੈ। ਤਾਂ ਇਸ ਦੇ ਵਿੱਚ ਜਿਹੜੀ ਮੇਜਰ ਚੇਂਜ ਲਿਆਉਂਦੀ ਹੈ ਸਰਕਾਰ ਨੇ ਉਹ ਲਿਆਉਂਦੀ ਹੈ ਜਿਹੜੀਆਂ
ਆਕੂਪੇਸ਼ਨਸ ਕੈਨੇਡੀਅਨ ਜ਼ਿਆਦਾ ਪਸੰਦ ਕਰਦੇ ਨੇ ਕੰਮ ਕਰਨਾ, ਜਿਵੇਂ ਕਿ ਆਫਿਸ ਦੇ ਵਿੱਚ ਕੰਮ ਕਰਨਾ, ਬੁੱਕ ਕੀਪਿੰਗ ਦਾ ਕੰਮ ਕਰਨਾ, ਰਿਟੇਲ ਸਟੋਰਾਂ ਤੇ ਕੰਮ ਕਰਨਾ, ਸੋ ਇਹੀ ਜਿਹੀਆਂ ਆਕੂਪੇਸ਼ਨ ਨੇ ਜਿੱਥੇ ਕੈਨੇਡੀਅਨਸ ਜ਼ਿਆਦਾ ਅਪਲਾਈ ਕਰਦੇ ਨੇ ਔਰ ਜ਼ਿਆਦਾ ਪਸੰਦ ਕਰਦੇ ਨੇ ਕੰਮ ਕਰਨਾ। ਉਹਨਾਂ ਐਪਲੀਕੇਸ਼ਨ ਤੇ ਸਰਕਾਰ ਬਿਲਕੁਲ ਜਿਹੜਾ ਹੈਗਾ ਲੈਟਰਸ ਪਾ ਰਹੀ ਹੈ ਇੰਪਲੋਇਰਸ ਨੂੰ ਜਿਹਨਾਂ ਦੀ ਐਪਲੀਕੇਸ਼ਨ ਪ੍ਰੋਸੈਸ ਸੀ, ਔਰ ਉਹ ਦੱਸ ਰਹੀ ਹੈ ਵੀ ਜਿਹੜੀ ਅਨਇੰਪਲੋਇਮੈਂਟ ਰੇਟ ਹੈ ਕਿਉਂਕਿ 6% ਤੋਂ ਵਧੀ ਹੋਈ ਹੈ, ਇਹ ਇੱਕ ਟੈਂਪਰੀ ਤੌਰ ਤੇ ਸਰਕਾਰ ਨੂੰ ਲੱਗਦਾ ਵੀ ਫਿਊਚਰ ਦੇ ਵਿੱਚ ਇਹ ਜਿਹੜੀ ਅਨਇੰਪਲੋਇਮੈਂਟ ਹੈ ਘਟੇਗੀ ਤੇ ਫਿਰ ਬਿਲਕੁਲ ਜਿਹੜਾ ਇਹ ਰਿਸਟ੍ਰਿਕਸ਼ਨਸ ਨੇ ਹਟਾ ਲਈਆਂ ਜਾਣਗੀਆਂ। ਪਰ ਹਾਲੇ ਸਰਕਾਰ ਉਹ ਐਪਲੀਕੇਸ਼ਨਸ ਨੂੰ ਵਾਪਸ ਕਰ ਰਹੀ ਹੈ, ਪਲੱਸ ਜਿਹੜੀ ਫੀਸ ਹੈ LMIA ਫੀਸ ਜਿਹੜੀ ਇੰਪਲੋਇਰਸ ਨੇ ਭਰੀ ਹੋਈ ਹੈ ਉਹਨੂੰ ਵੀ ਵਾਪਸ ਕਰ ਰਹੀ ਹੈ। ਸੋ ਉਹਨਾਂ ਐਪਲੀਕੇਸ਼ਨ ਨੂੰ ਮੋੜਿਆ ਜਾ ਰਹੀ ਹੈ ਜਿਹੜੀਆਂ ਆਕੂਪੇਸ਼ਨ ਮੋਰ ਡਿਜ਼ਾਇਰਡ ਨੇ ਵਿਦ ਦ ਕੈਨੇਡੀਅਨਸ, ਜਿਹੜੀਆਂ ਆਕੂਪੇਸ਼ਨ ਤੇ ਕੈਨੇਡੀਅਨਸ ਪਸੰਦ ਨਹੀਂ ਕਰਦੇ ਕੰਮ ਕਰਨਾ ਉਹਨਾਂ ਆਕੂਪੇਸ਼ਨ ਨੂੰ ਫਾਸਟ ਕੀਤਾ ਜਾ ਰਿਹਾ, ਉਹਨਾਂ ਦੀ ਪ੍ਰੋਸੈਸਿੰਗ ਵੀ ਫਾਸਟ ਕੀਤੀ ਜਾ ਰਹੀ ਹੈ। ਉਹਨਾਂ ਦੀ ਪ੍ਰੋਸੈਸਿੰਗ ਸਿਰਫ 6 ਦਿਨਾਂ ਦੇ ਵਿੱਚ ਜਿਹੜੀ ਅਪਰੂਵਲ ਸਰਕਾਰ ਦੇ ਰਹੀ ਹੈ ਤਾਂ ਕਿ ਜਿਹੜਾ ਕੈਨੇਡਾ ਦਾ ਜਿਹੜਾ ਕੰਮ ਹੈ ਉਹ ਚੱਲਦਾ ਰਹੇ ਔਰ ਜਿਹੜੀ ਕੈਨੇਡੀਅਨਸ ਦੀ ਜੋਬਸ ਨੇ ਉਹ ਪ੍ਰੋਟੈਕਟਡ ਰਹਿਣ। ਬਾਰਡਰ ਵਾਲਾ ਜਿਹੜਾ ਕੰਮ ਹੈ ਕੋਈ ਵਿਜ਼ਿਟ ਵੀਜ਼ੇ ਨੂੰ ਬਾਰਡਰ ਤੇ ਜਾ ਕੇ ਵਰਕ ਪਰਮਿਟ ਬਦਲਣਾ ਜੀ ਉਹ ਚੱਲ ਰਿਹਾ ਜੀ? ਬਿਲਕੁਲ, ਇਹਦੇ ਵਿੱਚ ਜਿਹੜੀ ਚੇਂਜ ਲਿਆਂਦੀ ਹੈ ਉਹ ਇਹੀ ਲਿਆਂਦੀ ਹੈ ਕਿਉਂਕਿ ਬਾਰਡਰ ਐਸ ਸੱਚ ਤਾਂ ਜਿਵੇਂ 21 ਜੁਲਾਈ ਤੱਕ ਸਰਕਾਰ ਨੇ ਹਾਲੇ ਵੀ ਰਿਸਟ੍ਰਿਕਸ਼ਨ ਲਾਈਆਂ ਹੋਈਆਂ ਨੇ, ਪਹਿਲਾਂ 30 ਜੂਨ ਦੇ ਵਿੱਚ ਡਿਸਾਈਡ ਹੋਣਾ ਸੀ ਪਰ ਉਹਨੂੰ ਵਧਾਤਾ ਸੀ ਸਰਕਾਰ ਨੇ। ਨਾ ਇਹਦੇ ਵਿੱਚ ਜਿਹੜੀ ਕਿਰਾਇਆ ਦਿੱਤੀ ਹੈ ਸਰਕਾਰ ਨੇ ਉਹ ਦਿੱਤੀ ਹੈ ਜਿਹੜੇ 7 ਜਾਂ 8 ਤਰ੍ਹਾਂ ਦੀ ਆਕੂਪੇਸ਼ਨਸ ਨੇ ਜਿਹਦੇ ਵਿੱਚ ਟਰੱਕਿੰਗ ਇੰਡਸਟਰੀ ਹੋ ਗਈ, ਟਰੱਕ ਡਰਾਈਵਰਸ ਹੋ ਗਏ, ਜਿਹਦੇ ਵਿੱਚ ਫਾਰਮ ਵਰਕਰਸ ਹੋ ਗਏ, ਸੁਪਰਵਾਈਜ਼ਰਸ, ਮੀਟ ਕਟਰਸ, ਸੋ ਇਹੋ ਜਿਹੀਆਂ 7 ਤਰ੍ਹਾਂ ਦੀਆਂ ਜੋਬਸ ਨੇ ਜਿਹੜੀਆਂ ਸਰਕਾਰ ਨੇ ਹੁਣ ਐਗਜ਼ੈਂਪਟ ਕੀਤੀਆਂ ਨੇ। ਸੋ ਜੇ ਤੁਹਾਡਾ LMIA ਉਹਨਾਂ ਆਕੂਪੇਸ਼ਨਸ ਦੇ ਵਿੱਚ ਹੈ ਤਾਂ ਤੁਸੀਂ ਬਾਰਡਰ ਤੇ ਜਾ ਕੇ ਆਪਣਾ ਵਰਕ ਪਰਮਿਟ ਜਿਹੜਾ ਹੈਗਾ ਉਹਨੂੰ ਤਬਦੀਲ ਕਰਾ ਸਕਦੇ ਹੋ, LMIA ਨੂੰ ਤਬਦੀਲ ਕਰਾ ਸਕਦੇ ਹੋ ਵਰਕ ਪਰਮਿਟ ਦੇ ਵਿੱਚ। ਨਾ ਜਿਹੜੇ ਇੰਡੀਵਿਜੁਅਲਸ ਇਹਨਾਂ ਵਿੱਚ ਨਹੀਂ ਆਉਂਦੇ ਉਹਨਾਂ ਲਈ ਪ੍ਰੋਸੈਸ ਉਹ ਬਿਲਕੁਲ ਬਾਰਡਰ ਤੇ ਨਹੀਂ ਜਾ ਸਕਦੇ, ਉਹਨਾਂ ਲਈ ਪ੍ਰੋਸੈਸ ਬਿਲਕੁਲ ਡਿਫਰੈਂਟ ਹੋਏਗਾ। ਜੇ ਉਹ ਕੈਨੇਡਾ ਦੇ ਵਿੱਚ ਆਏ ਹੋਏ ਨੇ ਤਾਂ ਉਹਨਾਂ ਨੂੰ ਜਿਹੜਾ ਐਪਲੀਕੇਸ਼ਨ ਹੈ ਇਧਰ ਆਪਣੀ ਆਨਲਾਈਨ ਫਾਈਲ ਕਰਨੀ ਪਏਗੀ US ਵੀਜ਼ਾ ਪੋਸਟ ਤੇ, ਜਾਂ ਫਿਰ ਉਹ ਕੰਟਰੀ ਆਫ ਨੈਸ਼ਨੈਲਿਟੀ ਦੇ ਵਿੱਚ ਅਪਲਾਈ ਕਰਨਗੇ। ਸੋ ਜਿਹੜੇ ਇੰਡੀਵਿਜੁਅਲ ਇਹਨਾਂ 7 ਆਕੂਪੇਸ਼ਨ ਦੇ ਵਿੱਚ ਆ ਰਹੇ ਨੇ ਉਹ ਬਿਲਕੁਲ ਬਾਰਡਰ ਤੇ ਜਾ ਕੇ ਆਪਣਾ ਜਿਹੜਾ ਪਰਮਿਟ ਹੈ ਉਹ ਹਾਸਲ ਕਰ ਸਕਦੇ ਨੇ। ਅੱਛਾ, ਜਿਹੜਾ ਉਹ ਪ੍ਰੋਸੈਸ ਹੈ ਜੀ ਜਾਣ ਦਾ ਉੱਥੇ ਬਾਰਡਰ ਤੇ ਉਹ ਵੀਜ਼ਾ ਜਿਹੜਾ ਉੱਥੇ ਲੈਣ ਚਲੇ ਗਏ ਬੰਦੇ, ਵਿਜ਼ਿਟ ਵੀਜ਼ੇ ਵਾਲਾ ਚਲੇ ਗਿਆ ਵਰਕ ਪਰਮਿਟ ਲੈਣ, ਇਹ ਹੋ ਸਕਦਾ ਕਿ ਉੱਥੇ ਗਿਆ ਤੇ ਸਰਕਾਰ ਉਸਦਾ ਇਹ ਵਰਕ ਪਰਮਿਟ ਵੀ ਰਿਫਿਊਜ਼ ਕਰ ਲਵੇ ਤੇ ਉਹਨੂੰ ਵੀ ਫੜ ਕੇ ਬਿਠਾ ਲਵੇ ਵੀ ਚੱਲ ਤੈਨੂੰ ਜਹਾਜ਼ ਚੜਾਈਏ ਤੂੰ ਤਾਂ ਰਹਿਣਾ ਚਾਹੁੰਦਾ, ਇਹੋ ਜਿਹਾ ਕੁਛ ਹੋ ਸਕਦਾ? ਜੀ ਬਿਲਕੁਲ, ਇਹੋ ਜਿਹਾ ਆਪਸ਼ਨ ਬਿਲਕੁਲ ਹੋ ਸਕਦਾ ਜੀ, ਜੇ ਕਿਸੇ ਨਾ ਕਿਸੇ ਕਿਸਮ ਦੀ ਪ੍ਰੋਬਲਮ ਲੱਗਦੀ ਹੈ ਵੀਜ਼ਾ ਆਫਿਸ ਨੂੰ ਜਾਂ CBSA ਆਫਿਸਰ ਨੂੰ ਕਿਸੇ ਨਾ ਕਿਸਮ ਦੀ ਨਾਨ ਕੰਪਲਾਇੰਸ ਲੱਗਦੀ ਹੈ ਤਾਂ ਇਹ ਸਟੈਪ ਵੀ ਲਿਆ ਜਾ ਸਕਦਾ। ਇਨ ਜਨਰਲ ਜਿਹੜੀਆਂ ਸਰਕਾਰ ਵੱਲੋਂ ਰਿਮੂਵਲਸ ਨੇ ਹਾਲੇ ਉਹਨੂੰ ਟੈਂਪਰਰੀ ਹੋਲਡ ਕੀਤਾ ਹੋਇਆ ਜੀ, ਜਿਹੜਾ ਇੰਡੀਵਿਜੁਅਲ ਨੂੰ ਰਿਮੂਵ ਹਾਲੇ ਨਹੀਂ ਕੀਤਾ ਜਾ ਰਿਹਾ ਬਿਕੋਜ਼ ਆਫ ਕੋਵਿਡ ਸਿਚੁਏਸ਼ਨ। ਇਹ ਵੀ ਡਿਪੈਂਡ ਕਰਦਾ ਕਿਸ ਕੰਟਰੀ ਦੇ ਵਿੱਚ ਉਹ ਵਾਪਸ ਜਾ ਰਹੇ ਨੇ, ਬਟ ਇਹ ਪੋਸੀਬਿਲਿਟੀ ਹੈ, ਉਹਨਾਂ ਨੂੰ ਡਿਨਾਈ ਕੀਤਾ ਜਾ ਸਕਦਾ, ਉਹਨਾਂ ਨੂੰ ਰਿਮੂਵਲ ਆਰਡਰ ਦਿੱਤਾ ਜਾ ਸਕਦਾ ਈਵਨ ਦੋ ਉਹ ਟੈਂਪਰਰੀ ਬਾਹਰ ਹੈ, ਬਟ ਉਹ ਜਿਹੜੀ ਇੱਕ ਡੇਟ ਦਿੱਤੀ ਜਾ ਸਕਦੀ ਹੈ ਜੇ ਹੁਣ ਨਹੀਂ ਤਾਂ ਆਉਂਦੇ ਮਹੀਨੇ ਤੱਕ ਮੈਕਸੀਮਮ ਜਿਹੜੀ ਸਟੇ ਮਿਲਦੀ ਹੈ ਉਹ 30 ਡੇਜ਼ ਮਿਲਦੀ ਹੈ, ਪਰ ਇਹ ਸਪੈਸ਼ਲ ਸਰਕਮਸਟਾਂਸਿਸ ਨੇ, ਹੋ ਸਕਦਾ ਸੁਪਰਵਾਈਜ਼ਰ ਡਿਸਾਈਡ ਕਰੇ ਵੀ ਜਿਹੜੇ ਰਿਮੂਵਲ ਦੀ ਜਿਹੜੀ ਡੇਟ ਹੈ ਵਧਾ ਕੇ ਉਹਨੂੰ ਜੁਲਾਈ ਤੋਂ ਬਾਅਦ ਕੋਈ ਡੇਟ ਰੱਖ ਲਈ ਜਾਵੇ ਜਦੋਂ ਬਾਰਡਰ ਜਿਹੜੇ ਨੇ ਬਾਕੀ ਕੰਟਰੀਜ਼ ਦੇ ਵੀ ਖੁੱਲ੍ਹ ਜਾਣ ਔਰ ਇਹ ਟਰੈਵਲ ਜਿਹੜਾ ਜ਼ਿਆਦਾ ਸਮੂਥ ਹੋ ਜਾਏ। ਬਟ ਜਦੋਂ ਵੀ ਤੁਸੀਂ ਬਾਰਡਰ ਤੇ ਜਾਂਦੇ ਹੋ ਬਈ ਜੀ, ਯੈਸ ਇਹ ਕੋਈ ਗਿਵਨ ਪ੍ਰੋਸੈਸ ਨਹੀਂ ਹੈ ਵੀ ਤੁਹਾਨੂੰ ਵਰਕ ਪਰਮਿਟ ਦੇ ਹੀ ਦਿੱਤਾ ਜਾਏਗਾ, ਬਕਾਇਦਾ ਤੁਹਾਡੀ ਇੰਟਰਵਿਊ ਲਈ ਜਾਂਦੀ ਹੈ, ਬਕਾਇਦਾ ਪਤਾ ਕੀਤਾ ਜਾਂਦਾ ਵੀ ਤੁਹਾਨੂੰ ਫੈਸਿਲੀਟੇਟ ਤਾਂ ਨਹੀਂ ਕਰਿਆ ਜਾ ਰਿਹਾ ਵੀ ਜਿਹੜੀ ਇੰਪਲੋਇਮੈਂਟ ਹੈ ਉਹ ਜੈਨੂਇਨ ਇੰਪਲੋਇਮੈਂਟ ਹੈ, ਕੋਈ ਪੈਸੇ ਦਾ ਲੈਣ ਦੇਣ ਕੋਈ ਇਸ ਤਰ੍ਹਾਂ ਦਾ ਕੋਈ ਇਸ਼ੂ ਇਨਵੋਲਵ ਨਹੀਂ ਹੈ ਜਿਹੜਾ ਕਿ ਇਨਲੀਗਲ ਹੈ, ਤੁਸੀਂ ਕਿਸੇ ਨੂੰ ਬ੍ਰਾਈਬ ਨਹੀਂ ਕਰ ਸਕਦੇ ਹੋ ਜੋਬ ਆਫਰ ਲੈਣ ਦੇ ਲਈ। ਸੋ ਇਹ ਸਾਰੀਆਂ ਚੀਜ਼ਾਂ ਦੇਖਣ ਤੋਂ ਬਾਅਦ ਹੀ ਜਿਹੜਾ ਪਰਮਿਟ ਹੈ ਇਸ਼ੂ ਕੀਤਾ ਜਾਂਦਾ। ਜੇ ਉਹਨਾਂ ਨੂੰ ਸਪੈਸ਼ਲੀ ਐਸੈਂਸ਼ੀਅਲ ਵਰਕਰਸ ਨੇ ਉਹਨਾਂ ਤੇ ਇੱਕ ਹੋਰ ਵੀ ਰਿਸਟ੍ਰਿਕਸ਼ਨ ਲੱਗਦੀ ਹੈ ਵੀ ਜਿਹੜਾ ਜੇ ਬਾਹਰੋਂ ਇੰਡੀਵਿਜੁਅਲ ਕੋਈ ਆ ਰਿਹਾ ਕ੍ਰੋਸ ਕਰਕੇ ਤਾਂ ਉਹਨਾਂ ਦੇ 14 ਡੇਜ਼ ਦਾ ਜਿਹੜਾ ਕੁਆਰੰਟੀਨ ਦਾ ਪ੍ਰੋਗਰਾਮ ਹੈ ਜਾਂ ਪ੍ਰੋਸੈਸ ਹੈ ਉਹ ਵੀ ਰੱਖਿਆ ਜਾਂਦਾ। ਇਸ ਦੇ ਨਾਲ ਨਾਲ ਸਪੈਸ਼ਲ ਇਹ ਵੀ ਇੰਟਰਵਿਊ ਦੇ ਵਿੱਚ ਕੁਐਸਚਨਸ ਆ ਰਹੇ ਨੇ
ਜਿਹਦੇ ਵਿੱਚ ਉਹ ਪੁੱਛਿਆ ਜਾ ਰਿਹਾ ਵੀ ਹੋਰ ਵਰਕਰਸ ਕਿਹੜੇ ਆ ਰਹੇ ਨੇ, ਕਿਸ ਕੰਟਰੀ ਤੋਂ ਆ ਰਹੇ ਨੇ, ਤੇ ਇੱਕ ਜਿਹੜੀ ਕੋਵਿਡ ਦਾ ਜਿਹੜੀ ਸਿਚੁਏਸ਼ਨ ਹੈ ਉਹਨੂੰ ਓਵਰਕਮ ਕਰਨ ਦੇ ਲਈ ਜਾਂ ਉਹਦੀ ਜਿਹੜੀ ਜਿਹੜੀ ਪ੍ਰੀਕੋਸ਼ਨਸ ਨੇ ਉਹ ਕਿਸ ਲੈਵਲ ਤੱਕ ਲਏ ਜਾ ਰਹੇ ਨੇ, ਕੀ ਉਹ ਕੰਪਲਾਈ ਕਰ ਰਹੇ ਨੇ ਜਿਹੜੀ ਫੇਜ਼ਰ ਹੈਲਥ ਅਥਾਰਟੀ ਦੀ ਗਾਈਡਲਾਈਨਸ ਨੇ, ਔਰ ਸਪੈਸ਼ਲੀ ਇੰਪਲੋਇਰਸ ਜਿਹੜੇ ਫਾਰਮ ਵਰਕਰਸ ਨਾਲ ਡੀਲ ਕਰਦੇ ਨੇ ਉਹਨਾਂ 'ਤੇ ਰਿਸਟ੍ਰਿਕਸ਼ਨਸ ਹੋਰ ਵੀ ਵਧਾਈਆਂ ਹੋਈਆਂ ਨੇ, ਕੀ ਉਹ ਇੰਪਲੋਇਰ ਜਿਹੜਾ ਹੈਗਾ ਉਹ ਇਹ ਜਿਹੜੀ ਜ਼ਿੰਮੇਵਾਰੀ ਲੈਣ ਲਈ ਤਿਆਰ ਹੈ ਵੀ ਉਹ ਜਿਹੜੇ ਵਰਕਰਸ ਨੇ ਉਹਨਾਂ ਦੀ ਪ੍ਰੋਟੈਕਸ਼ਨ ਲਈ ਜਾਂ ਪ੍ਰੀਕੋਸ਼ਨ ਲਈ ਇਹ ਸਟੈਪਸ ਲੈ ਰਿਹਾ। ਤਾਂ ਇਹ ਸਾਰਾ ਦੇਖਣ ਤੋਂ ਬਾਅਦ ਹੀ ਜਿਹੜੇ ਪਰਮਿਟਸ ਨੇ ਇਸ਼ੂ ਕੀਤੇ ਜਾਣਗੇ, ਅਦਰਵਾਈਜ਼ ਜੇ ਉਹਨਾਂ ਨੂੰ ਲੱਗਦਾ ਵੀ ਇਹ ਚੀਜ਼ ਕੋਈ ਫੋਲੋ ਨਹੀਂ ਹੋ ਰਹੀ ਤਾਂ ਫਿਰ ਇਹ ਪਰਮਿਟ ਜਿਹੜਾ ਹੈਗਾ ਡਿਨਾਈ ਵੀ ਕੀਤਾ ਜਾ ਸਕਦਾ। ਔਰ ਇਹੋ ਜਿਹੇ ਸਿਨੈਰੀਓ ਦੇ ਵਿੱਚ ਇੰਪਲੋਇਰਸ ਦੀ ਫੋਨ ਓਵਰ ਦਾ ਫੋਨ ਇੰਟਰਵਿਊ ਹੋਣੀ ਇੱਕ ਬੜੀ ਕਾਮਨ ਜੀ ਗੱਲ ਹੈ, ਇੱਕ ਸੁਭਾਵਿਕ ਗੱਲ ਹੈ, ਔਰ ਇੰਪਲੋਇਰਸ ਵੀ ਅਵੇਲੇਬਲ ਰਹਿਣ ਇੰਟਰਵਿਊ ਦੇ ਲਈ ਜਦੋਂ ਵੀ ਵਰਕਰ ਉਹ ਕਿਸੇ ਬਾਰਡਰ ਤੇ ਭੇਜਦੇ ਨੇ, ਤਾਂ ਕਿ ਇਹ ਇਨਫੋਰਮੇਸ਼ਨ ਜਿਹੜੀ ਆ ਕਨਫਰਮ ਕੀਤੀ ਜਾ ਸਕੇ ਇੰਪਲੋਇਰ ਦੇ ਵੱਲੋਂ ਡਾਇਰੈਕਟਲੀ। ਦੋ ਹੁਣੇ ਖਬਰਾਂ ਭੇਜੀਆਂ ਨੇ ਜੀ ਵੀ ਕੂਸ ਬਾਰਡਰ ਅਲਬਰਟ ਅਤੇ ਅੰਮ੍ਰਿਤਸਰ ਬਾਰਡਰ ਵਿਨੀਪੈਗ ਦੇ ਵਿੱਚ ਇਹ ਕੇਸ ਹੋਇਆ, ਤੇ ਦੂਸਰੀ ਜਿਹੜਾ ਵੱਡਾ ਕੇਸ ਹੋਇਆ ਕਿਸੇ ਗਰੀਬ ਪਰਿਵਾਰ ਦੀ ਲੜਕੀ 2 ਲੱਖ ਦੀ ਟਿਕਟ ਲੈ ਕੇ ਏਅਰ ਇੰਡੀਆ ਤੇ ਪਹੁੰਚੀ ਹੈ। ਤੁਹਾਨੂੰ ਪਤਾ ਹੈ ਉਹ ਸ਼ਾਇਦ ਖਬਰ ਹੋਵੇ ਟੋਰਾਂਟੋ ਦੇ ਵਿੱਚ, ਜਦ ਉਸਦੇ ਇੰਪਲਾਇਰ ਨੂੰ ਫੋਨ ਕੀਤਾ ਸੈਲੋਨ ਦਾ ਉਹਦਾ ਵਰਕ ਪਰਮਿਟ ਸੀ, ਉਹ ਕਹਿੰਦੇ ਨਾ ਜੀ ਅਸੀਂ ਤਾਂ ਹਲੇ 6 ਹਫ਼ਤੇ ਨੂੰ ਖੋਲਣਾ, ਤੇ ਲੜਕੀ ਨੂੰ ਵਾਪਸ ਭੇਜ ਦਿੱਤਾ ਗਿਆ। ਤੋ ਇਹ ਬਹੁਤ ਖਾਸ ਖਿਆਲ ਰੱਖਣ ਦੀ ਲੋੜ ਹੈ। ਅੱਛਾ ਜੀ, ਹੁਣ ਗੱਲ ਖਰਬੂਜੇ ਦੀ ਮੈਂ ਕਰਨੀ ਹੈ। ਖਰਬੂਜਾ ਹੀ ਵੱਢਿਆ ਜਾਣਾ ਹੈ, ਡਿੱਗ ਪਏ ਚਾਕੂ ਤੇ ਜਾਂ ਚਾਕੂ ਖਰਬੂਜੇ ਚ ਵੱਜਵੇ। ਹੁਣ ਜਿਹਨਾਂ ਦੇ LMIA ਦੀ ਡੀਲ ਚੱਲ ਰਹੀ ਸੀ, ਤੁਹਾਨੂੰ ਪਤਾ ਮਨੀ ਇਨਵੋਲਵ ਆ ਇਹਦੇ ਵਿੱਚ, ਇੰਪਲਾਇਰ ਪੈਸਾ ਲੈਂਦੇ ਨੇ, ਕਿੰਨੇ ਨੇ ਇਹ ਲੀਗਲੀ ਤਾਂ ਦੱਸ ਨਹੀਂ ਹੁੰਦਾ, ਪਰ ਜਿਵੇਂ ਵੀ 10-20 ਹਜ਼ਾਰ 30 ਤੱਕ ਗੱਲਾਂ ਚੱਲਦੀਆਂ ਨੇ। ਹੁਣ ਜਿਹਨਾਂ ਨੇ ਇਹ ਕੈਸ਼ ਦੇਤਾ ਪੰਜਾਬੀ ਸਟਾਈਲ, ਉਹਨਾਂ ਕੋਲ ਕੋਈ ਹੱਕ ਹਕੂਕ ਹੈ ਜੇ ਉਹਨਾਂ ਦੀ LMIA ਕੈਸ਼ਲ ਹੋ ਜਾਂਦੀ ਹੈ? ਨਹੀਂ, ਐਸ ਸੱਚ ਤਾਂ ਬਾਈ ਜੀ ਕੰਪਲੇਂਟ ਪ੍ਰੋਸੈਸ ਹੈ, ਸਰਕਾਰ ਵੱਲੋਂ ਕੰਪਲੇਂਟ ਪ੍ਰੋਸੈਸ ਬਾਈ ਜੀ ਚਲਾਇਆ ਹੋਇਆ, ਮਤਲਬ ਇੰਡੀਵਿਜੁਅਲ ਕੰਪਲੇਨ ਕਰ ਸਕਦਾ, ਸਰਕਾਰ ਆਪਸ਼ਨ ਵੀ ਦਿੰਦੀ ਹੈ ਵੀ, ਕਿਉਂਕਿ ਪਿਛਲੇ ਸਮੇਂ ਦੇ ਵਿੱਚ ਇੱਕ ਬਹੁਤ ਬੜੀ ਪ੍ਰੋਬਲਮ ਸੀ ਜਦੋਂ ਕੋਈ ਵਿਕਟਮ ਜਾ ਕੇ ਸਰਕਾਰ ਕੋਲ ਕੰਪਲੇਨ ਕਰਦਾ ਸੀ, ਤਾਂ ਫਿਰ ਸਰਕਾਰ ਯੂਜਲੀ ਇਹੋ ਜਿਹੇ ਕੇਸਿਸ ਦੇ ਵਿੱਚ ਜਿਹੜਾ ਇੰਡੀਵਿਜੁਅਲ ਕੰਪਲੇਨ ਕਰ ਰਿਹਾ ਉਹਦੇ ਅਗੇਂਸਟ ਐਕਸ਼ਨ ਜਿਹੜਾ ਹੈਗਾ ਲਿਆ ਜਾਂਦਾ ਸੀ, ਉਹਨਾਂ ਨੂੰ ਰਿਮੂਵ ਕੀਤਾ ਜਾਂਦਾ ਸੀ। ਸੋ ਇਸ ਲਈ ਇਹ ਕੰਪਲੇਂਟਸ ਜਿਹੜੀਆਂ ਸਾਹਮਣੇ ਨਹੀਂ ਆਉਂਦੀਆਂ ਸੀ, ਬਟ ਸਰਕਾਰ ਨੇ ਜਿਹੜਾ ਹੁਣ ਪ੍ਰੋਸੈਸ ਚਲਾਇਆ ਸੀ ਜਿੱਥੇ ਉਹ ਇੰਡੀਵਿਜੁਅਲ ਜੇ ਕੰਪਲੇਨ ਕਰਦਾ ਔਰ ਜੇ ਉਹਦੀ ਕੰਪਲੇਂਟ ਜੈਨੂਨ ਪਾਈ ਜਾਂਦੀ ਹੈ, ਕੰਪਲੇਂਟਸ ਤਾਂ ਐਸ ਸੱਚ ਕਾਫੀ ਹੋ ਜਾਂਦੀਆਂ ਨੇ, ਕੋਈ ਵੀ ਜਾ ਕੇ ਕੰਪਲੇਨ ਦਾਇਰ ਕਰ ਸਕਦਾ, ਪਰ ਐਟ ਦ ਸੇਮ ਟਾਈਮ ਉਹ ਕੰਪਲੇਨ ਜੈਨੂਨ ਵੀ ਹੋਣੀ ਚਾਹੀਦੀ ਹੈ, ਤੁਹਾਨੂੰ ਐਵੀਡੈਂਸ ਵੀ ਸਬਮਿਟ ਕਰਨੇ ਪੈਂਦੇ ਨੇ ਵੀ ਤੁਹਾਡੇ ਕੋਲ ਕੀ ਐਵੀਡੈਂਸ ਹੈ, ਫਿਰ ਦੂਸਰੀ ਪਾਰਟੀ ਨੂੰ ਵੀ ਇਹ ਚੀਜ਼ ਬਾਰੇ ਪੁੱਛਿਆ ਜਾਂਦਾ, ਉਸ ਤੋਂ ਬਾਅਦ ਸਰਕਾਰ ਜਿਹੜਾ ਹੈਗਾ ਡਿਸੀਜਨ ਦਿੰਦੀ ਹੈ। ਨਾ ਜੇ ਸਰਕਾਰ ਵਰਕਰ ਦੇ ਫੇਵਰ ਡਿਸੀਜਨ ਦਿੰਦੀ ਹੈ ਤਾਂ ਉਹਨਾਂ ਨੂੰ 2 ਸਾਲ ਦਾ ਜਿਹੜਾ ਓਪਨ ਵਰਕ ਪਰਮਿਟ ਹੈ ਸਰਕਾਰ ਦੇ ਦਿੰਦੀ ਹੈ, ਤੇ ਉਹ ਫਿਰ ਕਿਤੇ ਵੀ ਕੰਮ ਜਿਹੜਾ ਹੈਗਾ ਕੈਨੇਡਾ ਦੇ ਵਿੱਚ ਕਰ ਸਕਦੇ ਨੇ। ਬਟ ਐਸ ਸੱਚ ਜੇ ਸਾਬਿਤ ਨਹੀਂ ਕਰ ਪਾਉਂਦੇ ਤਾਂ ਯੈਸ, ਜਿਹੜਾ ਇੰਡੀਵਿਜੁਅਲ ਨੂੰ ਰਿਮੂਵਲ ਆਰਡਰ ਵੀ ਮਿਲ ਸਕਦਾ ਜੀ। ਇੱਕ ਜੇ ਹੁਣ ਵਰਕ ਪਰਮਿਟ ਆ ਜਿਹੜਾ ਉਹ ਅਸੈਂਸ਼ੀਅਲ ਸਰਵਿਸਿਜ਼ ਦੇ ਵਿੱਚ ਨਹੀਂ ਹੈ, ਉਹ ਉਹਦਾ ਕੰਮ ਨਹੀਂ ਮੁੱਕ ਰਿਹਾ, ਅਪਰੂਵਲ ਮਿਲੀ ਹੋਈ ਹੈ, ਬੰਦਾ ਕਿਤੇ ਕੋਈ ਚੇਂਜ ਕਰਾ ਸਕਦਾ ਜੀ? ਜੀ ਬਿਲਕੁਲ, ਸਰਕਾਰ ਨੇ ਜਿਹੜਾ ਇੱਕ ਚੇਂਜ ਲੈ ਕੇ ਆਉਂਦਾ ਉਹਦੇ ਚ ਹੈਗਾ ਵੀ ਜੇ ਤੁਸੀਂ ਆਲਰੇਡੀ ਐਗਜ਼ਿਸਟਿੰਗ ਵਰਕ ਕਿਤੇ ਕੰਮ ਕਰ ਰਹੇ ਹੋ, ਵਰਕ ਪਰਮਿਟ ਦੇ ਉੱਤੇ ਕੰਮ ਕਰ ਰਹੇ ਹੋ, ਤੇ ਤੁਹਾਨੂੰ ਨਵਾਂ ਕੋਈ ਇੰਪਲੋਇਰ ਹਾਇਰ ਕਰ ਰਿਹਾ, ਤਾਂ ਤੁਹਾਨੂੰ 10 ਦਿਨਾਂ ਦੇ ਵਿੱਚ ਜਿਹੜੀ ਹੈ ਇੱਕ ਕੰਡੀਸ਼ਨਲ ਅਪਰੂਵਲ ਸਰਕਾਰ ਵੱਲੋਂ ਈਮੇਲ ਦੇ ਦੁਆਰਾ ਦਿੱਤੀ ਜਾਂਦੀ ਹੈ, ਤੇ ਤੁਸੀਂ ਨਵੀਂ ਜਗ੍ਹਾ ਤੇ 10 ਦਿਨਾਂ ਚ ਜਿਹੜੀ ਐਪਲੀਕੇਸ਼ਨ ਉਹ ਦਾਇਰ ਕਰ ਸਕਦੇ ਹੋ। ਸੈਕਿੰਡ ਜਿਹੜੀ ਚੀਜ਼ ਹੈ ਜਿਹੜੀ ਖਾਸ ਕਰਕੇ ਵੀਜ਼ਾ ਪੋਸਟ ਦੇ ਉੱਤੇ ਐਪਲੀਕੇਸ਼ਨ ਲੱਗੀਆਂ ਹੋਈਆਂ ਨੇ ਬਾਹਰ ਕੈਨੇਡਾ ਤੋਂ ਬਾਹਰ, ਉਹਦੇ ਵਿੱਚ ਜਿਹੜੀਆਂ ਵੀਜ਼ਾ ਪੋਸਟ ਨੇ ਕਈ ਉਹ ਡਿਸੀਜਨ ਇਹੋ ਜਿਹੇ ਲੈ ਰਹੀਆਂ ਨੇ, ਜਿਵੇਂ ਫਰਜ਼ ਕੀਤਾ ਜਿਸ ਤਰ੍ਹਾਂ ਤੁਸੀਂ ਇਗਜ਼ਾਮਪਲ ਲਿਆ ਸੀ ਵੀ ਸਲੋਨ ਜਿਹੜਾ ਉਹਨਾਂ ਨੇ ਬੰਦ ਕੀਤਾ 6 ਹਫ਼ਤਿਆਂ ਬਾਅਦ ਖੋਲਣਾ ਸੀ, ਸੋ ਇਸੇ ਤਰ੍ਹਾਂ ਕਾਫੀ ਕਰੀਡਿੰਗ ਬਿਜ਼ਨਸਿਸ ਨੇ ਜਿਹੜੇ ਬੰਦ ਹੋਏ ਹੋਏ ਨੇ। ਤੋ ਸਰਕਾਰ ਜਦੋਂ ਐਪਲੀਕੇਸ਼ਨ ਤੇ ਡਿਸੀਜਨ ਲੈਂਦੀ ਹੈ ਤਾਂ ਉਹ ਇਹ ਦੇਖ ਰਹੀ ਹੈ ਵੀ ਇਹ ਕੀ ਇਹ ਬਿਜ਼ਨਸ ਜਿਹੜਾ ਹੈਗਾ ਨਾਨ ਅਸੈਂਸ਼ੀਅਲ ਸਰਵਿਸਿਸ ਦੇ ਵਿੱਚ ਆਉਂਦਾ, ਤੇ ਇਹ ਜਿਹੜਾ ਬਿਜ਼ਨਸ ਅਜੇ ਖੋਲਿਆ ਨਹੀਂ ਹੈਗਾ ਜਾਂ ਅਜੇ ਬੰਦ ਹੋਣ ਦੇ ਜਿਹੜੇ ਰਿਸਟ੍ਰਿਕਸ਼ਨਸ ਲੱਗੀਆਂ ਹੋਈਆਂ ਨੇ ਕਿਸੇ ਕਿਸਮ ਦੀਆਂ, ਜਿਵੇਂ ਜਿਮਸ ਹੋ ਗਏ ਜਾਂ ਯੋਗਾ ਸਟੂਡੀਓ, ਇਹੋ ਜਿਹੇ ਸਟੂਡੀਓਜ਼ ਹੋ ਗਏ ਜਿਵੇਂ
जिथे सरकार ने मनाही की हुई है तो उन्होंने केसिस के सरकार एप्लीकेशन डिनाई कर रही है बिकॉज जो भी एप्लीकेशन एग्जामिन की जाती है जो वीजा ऑफिसर खोल रहा है एप्लीकेशन उस टाइम के जोड़े सरकमस्टांसिज देखे जाएंगे वो यही नहीं देखा जाएगा भी थोड़ी एल एम आई अपरूव हुई हुई है क्योंकि जो थोड़ी एल एम आई अपरूव हुई सी सरकमस्टांस डिफरेंट सी ये जी लैवरेज है ये वीजा ऑफिसर को एग्जिस्ट करती है अज तो नहीं करती जो उनके इमीग्रेशन इरपा 2002 बनिया होया उदो तो ही करती है भी वीजा ऑफिसर फाइनल अथॉरिटी होएगा डिसाइड करने के लिए सरकमस्टांसिज देख के भी जिमें अज ये व्यक्ति की उत्थे कैनेडा के जरूरत है या नहीं इस दे नाल नाल उदे डिसीजन नू चैलेंज कर लई भी प्रोविजन दिता होया जे तुसी डिसीजन तो खुश नहीं हो तो फर्दर तुसी अपील अपने थोड़े अपील राइट्स हुंदे ने तुसी अपील कर सकते हो सो जेड़े बिजनेसेस या जिन्हां ने एप्लीकेशन लाइया हुई ने तो वह बिल्कुल अपडेट कर जो बिजनेस खुल गया तो उन्होंने एप्लीकेशन इन प्रोसेस है तो वीजा पोस्ट के उत्ते अपनी जी इंफॉर्मेशन जरूर कन्वे कर क्योंकि जो एप्लीकेशन खुले तो वीजा ऑफिसर मूहरे एविडेंस हो बिजनेस जोड़ा है दोबारा ऑपरेशन हो गया तो इस व्यक्ति की कैनेडा के जरूरत है जेडे इंडिविजुअल वीजा मिल गया वो प्लीज इंपलॉयर तो एक लैटर जरूर लैके चढ़न जहाज फ्लाइट बोर्ड करने तो पहला भी उन्होंने बिजनेस खुल गया ऑपरेशनल है और उन्होंने वर्कर की जरूरत है क्योंकि यह चीज बड़ी माइन्यूटली देखी जा रही है ईवन दो चार वीजा जेडे पोस्ट ने खुलिया हुई ने तो फिर ये चीज बड़ी मैन्यूटली देखी जा रही है इंपलॉयर्स नू कॉल की जा रही है इंपलॉयर्स नू कन्फर्म किया जा रहा भी उन्होंने कोल जिहड़ा 14 डेज का जिहड़ा प्रिकॉशन हैगा कोविड का उहदा की प्लान है इस तो इलावा जिहड़े वर्कर्स की जरूरत है उहदी वर्कर्स की जरूरत अज एग्जिस्ट कर रही है या नहीं कर रही सो ये जे दोनों चीजा सैटिस्फाई कर रहे हैं फिर इंडिविजुअल नू कैनेडा जिहड़ा वर्क परमिट ते आउण दिता जा रहा अदरवाइज उन्होंने मना किया जा रहा है जी बिल्कुल बी जी जेड़ा फार्मर्स ने मैं उन्होंने रिक्वेस्ट करूंगा जेड़ी कोविड की प्लान है ईवन दो उन्होंने सर्विस कैनेडा ऑफिसर भी समझा रहे ने इन थोड़ा सीरियसली लैन एप्लीकेशन अप्रूव जरूर की जा रही ने सरकार वालों बट एट द सेम टाइम उन्होंने ऑब्लीगेशन भी रखी जा रही है तो उदा जेड़ा डॉक्यूमेंटेशन है साढ़े ऑफिस कॉल करके कलैक्ट कर लैन और हरेक वर्कर जेड़ा कैनेडा दाखिल हो रहा है प्लीज उन्होंने तो साइन करा के अपने को रख लैन फ्यूचर च कदे भी कोई यह इशू खड़ा हो जिथे कोविड दे विच कोई वर्कर एक्सपोज हो जाता तो फिर सरकार बिल्कुल एक पैरवाई करेगी और जे इंपलॉयर दोषी पाया जाता तो बहुत हैवी पेनल्टीज भी ने बट जे तुम प्रिकॉशन लाए हुए ने मैं यही कहना बी जी भी सरकार ने रूल तो बनाए हुए ने रूल तो यह भी बनया हुआ भी जे आप किसी दुकान के एंटर करते हैं शॉपलिफ्ट करते हैं तो आप क्रिमिनल चार्ज लग सकता है तो आप शॉप के जाना बंद नहीं कर देंगे ਆਪਾਂ ਕੰਪਲਾਈ ਕਰਦੇ ਹਾਂ ਰੂਲਸ ਨੂੰ ਵੀ ਆਪਾਂ ਸ਼ੋਪਲਿਫਟ ਨਹੀਂ ਕਰਨਾ ਸਿਮਿਲਰਲੀ ਇਸ ਦੇ ਵਿੱਚ ਵੀ ਸਰਕਾਰ ਨੇ ਰੂਲ ਬਣਾਇਆ ਹੋਇਆ ਪਰ ਤੁਸੀਂ ਉਹਨੂੰ ਕੰਪਲਾਈ ਕਰੋ ਜਿਹੜੀ ਸਰਕਾਰ ਦੀ ਰਿਕੁਆਇਰਮੈਂਟ ਹੈ ਤੁਸੀਂ ਆਪਣੇ ਵਰਕਰ ਨੂੰ ਐਜੂਕੇਟ ਕਰੋ ਔਰ ਅਪਡੇਟ ਕਰੋ ਵੀ ਆਹ ਸਾਰਾ ਸਿਨੈਰੀਓ ਹੈਗਾ ਤੇ ਇਹ ਚੀਜ਼ਾਂ ਫੁਲਫਿਲ ਹੋ ਰਹੀਆਂ ਨੇ ਬਾਅਦ ਦੇ ਵਿੱਚ ਕਿਉਂਕਿ ਜਦੋਂ ਕੋਈ ਇਹੋ ਜਿਹਾ ਇਸ਼ੂ ਖੜਾ ਹੁੰਦਾ ਤਾਂ ਫਿਰ ਉਹ ਇੱਕ ਹੇਅਰ ਸੇ ਐਵੀਡੈਂਸ ਹੈਗਾ ਜਾਂ ਇੱਕ ਦੂਜੇ ਉੱਤੇ ਫਿੰਗਰ ਪੁਆਇੰਟਿੰਗ ਸ਼ੁਰੂ ਹੁੰਦੀ ਹੈ ਤੇ ਤੁਹਾਡੀ ਪ੍ਰੋਟੈਕਸ਼ਨ ਜਿਹੜੀ ਹੈ ਇੰਪਲੋਇਰ ਆਲਰੇਡੀ ਇੱਕ ਵੀਕਰ ਸਪੋਟ ਤੇ ਖੜਾ ਹੁੰਦਾ ਐਟ ਦੈਟ ਟਾਈਮ ਸੋ ਪਲੀਜ਼ ਆਪਣੇ ਆਪ ਨੂੰ ਪ੍ਰੋਟੈਕਟ ਕਰੋ ਔਰ ਆਪਣੀ ਜਿਹੜੀ ਉਹ ਡਾਕੂਮੈਂਟੇਸ਼ਨ ਉਹਨੂੰ ਸਾਈਨ ਕਰਾ ਕੇ ਆਪਣੇ ਕੋਲ ਰੱਖ ਲਓ ਵਰਕਰ ਨੂੰ ਐਜੂਕੇਟ ਕਰਨ ਤੋਂ ਬਾਅਦ ਤਾਂ ਕਿ ਦੋਨੇ ਪਾਰਟੀਜ਼ ਇਨਫੋਰਮਡ ਹੋਣ ਔਰ ਫਿਊਚਰ 'ਚ ਦੋਨੇ ਪਾਰਟੀ ਦੀ ਪ੍ਰੋਟੈਕਸ਼ਨ ਜਿਹੜੀ ਹੈ ਉਹ ਰਹੇ ਔਫਿਸ ਵੀ ਤੁਸੀਂ ਕਾਲ ਕਰ ਸਕਦੇ ਹੋ www.cwccanada.com ਜਾਂ ਫਿਰ ਸਾਡਾ ਨੰਬਰ ਹੈ 604-598-5555 एपिसोड साडा नंबर है 604-852-4444 उत्थे कॉल करके जानकारी जिहड़ी लई जा सकदी है और वो जिहड़ा पेपर वर्क है फ्री ऑफ कॉस्ट तुसीं कलैक्ट कर सकदे हो धन्नवाद जी थैंक यू 12:00 जी पूरे एक आ दिनां दे विच गर्मियां च जां तुसीं हुण ਘੁੰਮਣ ਫਿਰਨ ਜਾਣਾ ਬਾਹਰ ਤਾਂ ਅਸੋਏ ਸਟੇ ਓਲੀਵਰ ਦਾ ਏਰੀਆ ਬਹੁਤ ਵਧੀਆ ਹਾਈਵੇ 3 ਇਧਰੋਂ ਆਪਾਂ ਜਾਂਦੇ ਹਾਂ ਤੇ ਜਦ ਅਸੋਏਸ ਬਣਨਾ ਪਹਿਲਾਂ ਤਾਂ ਉੱਪਰਲੀ ਪਹਾੜੀ ਤੋਂ ਜਿੱਥੋਂ ਅਸੋਏਸ ਦਿਖਣ ਲੱਗ ਜਾਂਦਾ ਤੇ ਲੇਕ ਦਿਖਦੇ ਉੱਥੇ ਖੜ ਕੇ ਫੋਟੋਆਂ ਵਗੈਰਾ ਖਿੱਚਿਆ ਕਰੋ ਬਹੁਤ ਵਧੀਆ ਵਿਊ ਪੁਆਇੰਟ ਹੈ ਤੇ ਗਾਂ
ਰੈਨਬਰੁੱਕ ਵਾਲੀ ਸੜਕ ਵੀ ਦਿਖਦੀ ਹੈ ਤੇ ਝੀਲ ਦਿਖਦੀ ਹੈ, ਹੋਟਲ ਮੋਟਲ ਦਿਖਦੇ ਆ। ਜਦ ਫਿਰ ਚੜਾਈ ਉਤਰਨਾ ਥੱਲੇ ਨੂੰ ਜਾਣਾ ਤੇ ਅੱਗਿਓਂ ਹਾਈਵੇ ਤੋਂ ਕਨੈਕਟ ਕਰਨਾ ਮੇਨ ਜਿਹੜਾ ਬਾਰਡਰ ਨੂੰ ਜਾਂਦਾ ਕਲੋਨਾ ਤੋਂ ਆਉਂਦਾ ਤੇ ਇਧਰੋਂ ਤੁਸੀਂ ਜਾਣਾ ਤਾਂ ਹਾਈਵੇ 3 ਤੇ ਹੀ ਇਧਰੋਂ ਜਾਂਦੇ ਖੱਬੇ ਬੰਨੇ ਇੱਕ ਫਰੂਟ ਸਟੈਂਡ ਆ, ਫਰੂਟ ਸਟੈਂਡ ਨਹੀਂ ਇੱਕ ਰਿਜ਼ੋਰਟ ਵਰਗੀ ਫੀਲਿੰਗ ਆ, ਸਵਿਸ ਫਰੂਟ ਬਾਸਕਿਟ ਉਹਦਾ ਨਾਂ ਹੈ। ਖੱਬੇ ਬੰਨੇ ਇਧਰੋਂ ਜਾਂਦੇ ਬਿਲਕੁਲ ਮਤਲਬ ਸਾਹਮਣੇ ਰੋਡ ਦੇ ਇੰਟਰਸੈਕਸ਼ਨ ਤੋਂ ਲਾਈਟਸ ਤੋਂ ਸਿਰਫ 100 ਮੀਟਰ ਪਿੱਛੇ ਆ। ਮਨਪ੍ਰੀਤ ਸਿੰਘ ਔਜਲੇ ਉਹਨਾਂ ਦਾ ਇਹ ਫਰੂਟ ਸਟੈਂਡ ਆ। ਪਹਿਲੀ ਤਾਂ ਗੱਲ ਜਦ ਉੱਥੇ ਰੁਕਣਾ ਜਾ ਕੇ ਚਾਹ ਦਾ ਦੇਗਾ ਚੜਿਆ ਹੁੰਦਾ, ਚਾਹ ਵੀ ਐਨ ਪੂਰੀ ਗਾੜੀ ਚੈੱਕ ਕਰਗੀ, ਪਹਿਲਾਂ ਤਾਂ ਚਾਹ ਪੀਣੀ ਆ ਉੱਥੇ ਡਾਂ ਕਰਕੇ ਚਾਹ, ਥੱਕੇ ਹੁੰਦਾ ਬੰਦਾ 4-5 ਘੰਟੇ ਇਧਰੋਂ ਚਲਾ ਕੇ ਗਿਆ ਗੱਡੀ, ਪਹਿਲਾਂ ਤਾਂ ਚਾਹ ਦਾ ਗੱਫਾ ਲਾ ਕੇ ਫਿਰ ਫਰੂਟ ਸਟੈਂਡ ਚੋਂ ਵੜਿਓ ਤੇ ਵੇਖਿਓ ਵੀ ਫਰੂਟ ਸਟੈਂਡ ਜਿਹੜੇ ਨੇ ਉਹਨਾਂ ਚ ਕੀ ਉਰਲੇ ਬੰਨੇ ਵੀ ਲਿਦੜਾਂ ਦਾ ਫਰੂਟ ਸਟੈਂਡ ਵੀ ਜਿਹੜਾ ਬਹੁਤ ਵਧੀਆ, ਕਾਸਟਨ ਦਾ ਜਿਹੜਾ ਕੈਰਮੀਅਸ ਦਾ ਬਹੁਤ ਵਧੀਆ, ਇਧਰੋਂ ਜਾਂਦੇ ਸੱਜੇ ਬੰਨੇ ਉਹ ਹੈ ਤੇ ਵਧੀਆ ਸਾਡੇ ਫਾਰਮਰ ਨੇ ਉੱਥੇ ਬਾਈ ਜੀ ਮਹਿੰਦਰ ਧਾਲੀਵਾਲ ਹੋਣੀ ਰਾਊਕਿਆਂ ਵਾਲੇ ਤੇ ਗਿੱਲ ਬ੍ਰਦਰ ਤੇ ਰੂਪੀ ਕਾਸਟਨ ਸਾਡਾ ਬਾਈ, ਤੇ ਉਸ ਤੋਂ ਅੱਗੇ ਜਦ ਜਾਣਾ ਅਸੋਇਸ ਦੇ ਵਿੱਚ ਇਸ ਫਰੂਟ ਸਟੈਂਡ ਤੇ ਰੁਕਣਾ, ਉੱਥੇ ਚੈਰੀ ਵਧੀਆ ਚੈਰੀਜ਼ ਨੇ ਜਿਹੜੇ ਪੀਚ, ਨੈਕਟ੍ਰੇਨਸ, ਪੀਅਰ, ਪਲੰਸ, ਕੈਂਟਾਲੂਟਸ ਜਿਹੜੇ ਹੁਣ ਇਹਨਾਂ ਪੰਜਾਬੀ ਦੇ ਵਿੱਚ ਚੈਰੀਆਂ ਨੇ, ਤੇ ਆੜੂ, ਬੱਗੂ ਗੋਸ਼ੇ, ਖਰਬੂਜੇ, ਤਰਬੂਜ ਹਲਵਾਣੇ ਵੀ ਕਹਿੰਦੇ ਨੇ, ਤੇ ਲਾਲ ਮਿਰਚਾਂ ਜਿਹੜੀਆਂ ਕੰਨਾਂ ਚੋਂ ਭਾਫਾਂ ਕੱਢਦੀਆਂ ਉਹ, ਤੇ ਸ਼ਿਮਲਾ ਮਿਰਚ, ਬਤਾਊ ਲੰਬੇ ਤੇ ਗੋਲ, ਇਹ ਤਾਜ਼ੇ ਨੇ ਸਾਰੇ, ਕਰੇਲਾ ਤੇ ਭਿੰਡੀ ਤੇ ਸਭ ਕੁਛ, ਇਹ ਸਬਜ਼ੀਆਂ ਦੇ ਨਾਲ ਨਾਲ ਫਰੂਟ, ਤੇ ਖਾਸ ਤੌਰ ਤੇ ਲਸਣ ਜਿਹੜਾ ਰਸ਼ੀਅਨ ਲਸਣ ਹੈ ਉਹ ਤੁਸੀਂ ਜ਼ਰੂਰ ਇੱਥੋਂ ਲੈ ਕੇ ਆਉਣਾ, ਚਾਹ ਪੀ ਕੇ ਆਉਣੀ, ਤੇ ਇਸ ਜਾਣ ਵੇਲੇ ਵੀ 2-3 ਦਿਨ ਰਹਿਣਾ ਤਾਂ ਫਰੂਟ ਤਾਜ਼ਾ, ਆਉਣ ਵੇਲੇ ਘਰ ਨੂੰ ਲੈ ਕੇ ਆਉਣਾ, ਤੇ ਮਨਪ੍ਰੀਤ ਸਿੰਘ ਔਜਲੇ ਦੇ ਨਾਲ ਗੱਲਬਾਤ ਕਰ ਰਹੀ ਹੈ ਤੇ ਪ੍ਰੋਗਰਾਮ ਨੂੰ ਦੇਣਾ ਹਵਾਲਾ ਉੱਥੇ। ਮਨਪ੍ਰੀਤ ਔਜਲੇ ਦਾ ਨੰਬਰ ਹੈ 7788-7789-99, 7788-7789-89। ਸਪੈਸ਼ਲ ਡਿਸਕਾਊਂਟ ਹੈ ਆਪਣੇ ਪ੍ਰੋਗਰਾਮ ਦਾ, ਲੋਕ ਸਾਦਾ ਜਦ ਹਵਾਲਾ ਦੇਣਗੇ KRPI ਦਾ ਜਿਹੜੇ ਲਿਸਨਰ ਨੇ ਉਹਨਾਂ ਲਈ ਵੀ, ਖਾਸ ਤੌਰ ਤੇ ਅਸੋਇਸ ਫਰੂਟ ਬਾਸਕਟ, ਇਸ ਤੇ ਤੁਸੀਂ ਜ਼ਰੂਰ ਰੋਕ ਕੇ ਜਾਣਾ ਜਦ ਵੀ ਅਸੋਇਸ ਜਾਂਦੇ, ਤੇ ਇਸ ਵਾਰ ਜ਼ਰੂਰ ਤੁਸੀਂ ਵਿੰਟਰ ਆਪਣੇ ਸਮਰ ਦੀਆਂ ਵਕੇਸ਼ਨ, ਅਸੋਇਸ ਫਰੈਸ਼ ਵਾਟਰ ਲੇਕ ਹੈ, ਬਹੁਤ ਵਧੀਆ ਝੀਲ ਹੈ, ਸਸਤੇ ਵਾਲੇ ਹੋਟਲ ਮੋਟਲ ਮਹਿੰਗੇ ਨਹੀਂ ਹੈ, Airbnb ਵੀ ਮਿਲਦੀ ਹੈ ਤੇ ਰੈਸਟੋਰੈਂਟ ਬਹੁਤ ਵਧੀਆ ਨੇ, ਜਿਹੜਾ ਖਾਸ ਤੌਰ ਤੇ ਇੰਡੀਅਨ ਬੀਸਟਰੋ ਧਾਲੀਵਾਲ ਭਰਾਵਾਂ ਦਾ ਬਹੁਤ ਵਧੀਆ ਰੈਸਟੋਰੈਂਟ ਹੈ, ਤੇ ਗੁਰਦੁਆਰਾ ਸਾਹਿਬ ਓਲੇਵਰ ਦੇ ਵਿੱਚ ਬਹੁਤ ਵਧੀਆ, ਉੱਥੇ ਤੁਸੀਂ ਜ਼ਰੂਰ, ਬਾਈ ਹਰਜੀਤ ਸਿੰਘ ਹੋਣੀ ਉੱਥੇ ਨੇ, ਸਾਡੇ ਮਿੱਤਰ ਪੱਪੂ ਹੋਣੀ ਤੇ ਸਾਰੇ ਉੱਥੇ, ਬਹੁਤ ਵੱਡਾ ਰਣਜੀਤ ਸਿੰਘ ਢਿੱਲੋਂ, ਬਹੁਤ ਵੱਡਾ ਪਰਿਵਾਰ ਆ ਆਪਣਾ ਉੱਥੇ, ਬਲਵਿੰਦਰ ਸਿੰਘ ਔਲਖ ਹੋਣੀ ਤਾਂ ਕਲੋਨਾ ਚਲੇ ਗਏ, ਜਦੇ ਕਦੇ ਜਾਂਦੇ ਹੋ ਉੱਥੋਂ ਦੱਸਿਓ ਫੋਨ ਕਰਕੇ ਜਾਂ ਇੱਥੋਂ ਦੱਸ ਦਿਓ ਤੇ ਤੁਹਾਡੀ ਖਾਸ ਉੱਥੇ ਸੇਵਾ ਪਾਣੀ ਜਿਹੜੀ ਵਧੀਆ ਕਰਾਵਾਂਗੇ। 604-729-1224 ਮੇਰਾ ਨੰਬਰ ਹੈ, ਜਾਂ ਤੁਸੀਂ ਵੀ ਜਾਣਾ ਪਲੀਜ਼ ਦੱਸਿਓ, 7788-7789-99 ਸਾਰ ਔਜਲਾ ਦਾ ਨੰਬਰ ਹੈ। ਮੈਂ ਤਾਂ ਕਹਿੰਦਾ ਹੁੰਦਾ ਉਹ ਆਪਣਾ ਪਰਿਵਾਰ ਨੇ ਉੱਥੇ ਸਾਰੇ, ਦੱਸ ਵੀ ਬਹੁਤ ਕਲੋਜ਼ ਪਰਿਵਾਰ ਨੇ, ਉਹ ਕਦੇ ਕਦੇ ਵੀ ਜਾਣਾ ਤੇ ਦੱਸਿਓ ਅਸੋਇਸ ਦੇ ਵਿੱਚ, ਤੇ ਜਾਣ ਵੇਲੇ ਅਸੋਇਸ ਫਰੂਟ ਬਾਸਕਟ ਤੇ ਜ਼ਰੂਰ ਰੁਕਣਾ। ਖਬਰਾਂ ਦੀ ਸਾਂਝ ਅੱਗੇ ਪਾਉਂਦੇ ਹਾਂ। ਸੁੱਖ ਜੀ ਲਾਈਨ ਨੰਬਰ 2 ਤੁਸੀਂ ਇਹ ਤੇ ਹੋ। ਸਤਿ ਸ੍ਰੀ ਅਕਾਲ ਬਾਈ ਜੀ। ਸਤਿ ਸ੍ਰੀ ਅਕਾਲ ਜੀ। ਹੈਲੋ, ਸਤਿ ਸ੍ਰੀ ਅਕਾਲ ਜੀ। ਹਾਂਜੀ, ਇੱਕ ਮੈਂ ਰਿਕਾਰਡ ਕੁਐਸਚਨ ਸੀਗਾ ਇਮੀਗ੍ਰੇਸ਼ਨ ਦੇ ਪ੍ਰੋਗਰਾਮ ਦੇ ਰਿਗਾਰਡਿੰਗ। ਹਾਂਜੀ ਦੱਸੋ। ਤੁਸੀਂ ਇਹਨਾਂ ਨੂੰ ਲੈ ਕੇ ਆਉਂਦਾ ਸੀ CWC ਵਾਲਿਆਂ ਨੂੰ ਅੱਜ ਔਨ ਏਅਰ ਤੇ? ਹਾਂਜੀ ਜੀ, ਤੇ ਮੈਂ ਤੁਹਾਨੂੰ ਰੋਜ਼ ਹੀ ਸੁਣਦਾ ਤੇ ਬੜਾ ਤੁਹਾਡਾ ਇਨਫੋਰਮੇਟਿਵ ਪ੍ਰੋਗਰਾਮ ਹੁੰਦਾ ਤੁਹਾਡਾ ਸਾਰਾ। ਇਹ
ਤੁਸੀਂ ਇਹ ਵੀ ਇੱਥੇ ਔਨ ਏਅਰ ਬਹੁਤ ਵਾਰ ਮੈਂ ਤੁਹਾਨੂੰ ਸੁਣਿਆ ਹੈ ਕਿ ਇਹ ਪੈਸੇ ਲੈਂਦੇ ਆ ਜੀ ਜਿੱਦਾਂ ਵਰਕ ਪਰਮਿਟ ਦੇ ਰਿਗਾਰਡਿੰਗ। ਇੱਕ ਇਹਨਾਂ ਕੋਲ ਅਸੀਂ 4 ਸਾਲ ਪਹਿਲਾਂ CWC ਵਾਲਿਆਂ ਕੋਲ ਐਬਸਫੋਰਡ ਬ੍ਰਾਂਚ ਦੇ ਵਿੱਚ ਇੱਕ ਵਰਕ ਪਰਮਿਟ ਮੈਂ ਆਪਣੇ ਰਿਲੇਟਿਵਸ ਦਾ ਫਾਰਮਿੰਗ ਦਾ ਕਰਵਾਉਣਾ ਸੀਗਾ ਤੇ ਇਹਨਾਂ ਨੂੰ ਐਡਵਾਂਸ ਪੈਸੇ ਵੀ ਦੇ ਦਿੱਤੇ। ਇਹਨਾਂ ਦਾ ਜਿਹੜਾ ਬੰਦਾ ਸੀ ਉਹ ਕਹਿੰਦਾ ਸੀਗਾ ਜੀ ਜੇ ਪਰਮਿਟ ਨਹੀਂ ਲੱਗੂਗਾ ਰਿਫਿਊਜ਼ ਹੋਊਗਾ ਤਾਂ ਸਾਰੇ ਪੈਸੇ ਵਾਪਸ ਦਿੱਤੇ ਜਾਣਗੇ ਤੇ ਉਸ ਤੋਂ ਬਾਅਦ ਉਹ ਰਿਫਿਊਜ਼ ਹੋ ਗਿਆ ਵਰਕ ਪਰਮਿਟ ਤੇ ਇਹਨਾਂ ਦੇ ਆਫਿਸ ਦੇ ਮੈਂ ਕਈ ਗੇੜੇ ਮਾਰ ਮਾਰ ਥੱਕ ਗਿਆ। ਇਹਨਾਂ ਦਾ ਮੋਹਾਲੀ ਆਫਿਸ ਵੀ ਅਸੀਂ ਗਏ ਚੰਡੀਗੜ੍ਹ ਦੇ ਕੋਲੇ ਉੱਥੇ ਵੀ ਉਹ ਕਹਿੰਦੇ ਜੀ ਰਿਫੰਡ ਤੁਹਾਨੂੰ ਇਸ਼ੂ ਕੈਨੇਡਾ ਤੋਂ ਹੋਣਾ ਇਹ ਕਹਿੰਦੇ ਜੀ ਅਸੀਂ ਰਿਫੰਡ ਇਸ਼ੂ ਕਰਦੇ ਨਹੀਂ ਹੈਗੇ। ਉਹ ਸਾਡਾ $3,000 4 ਸਾਲ ਹੋ ਗਏ ਜੀ ਇਹ ਮਾਰੀ ਬੈਠੇ ਜੀ ਕੀ ਇਹਦੇ ਤੁਸੀਂ ਸਾਡੀ ਉਹ ਹੈਲਪ ਕਰ ਸਕਦੇ ਹੋ ਵੀਰ ਜੀ ਇੱਥੇ ਮੈਂ ਸਕਿਉਰਟੀ ਦੀਆਂ 5 ਸਾਲ ਪਹਿਲਾਂ ਇੱਥੇ ਕੰਮ ਕਰ ਕਰਕੇ ਇਹਨਾਂ ਨੂੰ ਮੈਂ ਪੈਸੇ ਦਿੱਤੇ ਆ। ਸੁਖ ਜੀ ਅੱਛਾ ਤੁਸੀਂ ਮੈਨੂੰ ਇਹ ਸਮਝਾਇਓ ਕਿੰਨੀ ਮਨੀ ਦਿੱਤੀ ਆ ਟੋਟਲ? ਇਹਨਾਂ ਨੂੰ 3,000 ਦਿੱਤਾ ਸੀਗਾ ਤੇ ਟੋਟਲ ਗੱਲ ਤਾਂ ਚਲੋ ਜਿੰਨੀ ਚੀ ਹੋਈ ਸੀਗੀ 3,000 ਫਾਰਮਿੰਗ ਦਾ ਦਿੱਤਾ ਸੀਗਾ ਜਦਕਿ ਫਾਰਮਿੰਗ ਵਰਕ ਪਰਮਿਟ ਤੇ LMIA ਦੀ ਕੋਈ ਫੀਸ ਵੀ ਨਹੀਂ ਹੁੰਦੀ $1,000 ਵੀ ਨਹੀਂ ਹੁੰਦਾ। ਕੋਈ ਨਾ ਜੀ ਤੁਸੀਂ ਮੈਨੂੰ ਪ੍ਰੋਗਰਾਮ ਤੋਂ ਬਾਅਦ ਬ੍ਰਦਰ ਫੋਨ ਕਰਿਓ 6047291224 ਮੈਨੂੰ ਸਾਰਾ ਸਮਝਾਇਓ ਫਿਰ ਆਪਾਂ ਗੱਲ ਕਰੂੰਗਾ ਮੈਂ ਅਮਨ ਨਾਲ। ਇਹ ਜੀ ਕੋਈ ਕਹਾਣੀ ਨਹੀਂ ਦੇਖੋ ਐਡਵਰਟਾਈਜ਼ਮੈਂਟ ਆਪਾਂ ਕਰਦੇ ਬਿਲਕੁਲ ਮੈਂ ਕਿਹਾ ਫਿਕਰ ਨਹੀਂ ਗੱਲ ਦੇਖੋ ਕੋਈ ਡਬਲ ਕਹਾਣੀ ਨਹੀਂ ਐਡਵਰਟਾਈਜ਼ਮੈਂਟ ਆਪਾਂ ਕਰਦੇ ਆ ਹਰ ਇੱਕ ਕਿਸੇ ਵੀ ਬਿਜ਼ਨਸ ਦੀ ਪਰ ਉਹ ਜੇ ਬਿਜ਼ਨਸ ਦੇ ਵਿੱਚ ਕੁਝ ਠੀਕ ਨਹੀਂ ਲੱਗਦਾ ਮੇਰੇ ਲਿਸਨਰ ਦੱਸਣਗੇ ਤਾਂ ਉਸ ਦੀ ਵੀ ਗੱਲਬਾਤ ਕਰਨੀ। ਹਾਂਜੀ ਬਿਲਕੁਲ ਕਰਾਂ। ਠੀਕ ਆ ਸਰ ਥੈਂਕ ਯੂ ਜੀ ਥੈਂਕ ਯੂ ਸੋ ਮਚ ਜੀ ਥੈਂਕ ਯੂ। ਹਾਂ ਧੰਨਵਾਦ। ਆਪਾਂ ਵਜ਼ਨ ਲੈ ਕੇ ਨਹੀਂ ਜਿਉਣਾ ਬਿਲਕੁਲ ਕਦੇ ਵੀ ਜ਼ਿੰਦਗੀ 'ਚ ਜਿਹੜੀ ਸਹੀ ਗੱਲ ਤਾਂ ਸਹੀ ਉਹ ਕਰਨੀ ਇਹੋ ਨਹੀਂ ਕਹਾਣੀ ਹੋਣੀ। ਧੰਨਵਾਦ ਸਾਰਿਆਂ ਦਾ ਜੀ। ਇੱਕ ਪਿਛਲੇ ਦਿਨੀ ਸਾਰਿਆਂ ਦਾ ਧੰਨਵਾਦ ਜਿਹੜੇ ਪਰਿਵਾਰ ਦੇ ਇਸ ਦੁੱਖ ਦੇ ਸਮੇਂ 'ਚ ਨਾਲ ਖੜੇ। ਪਿਛਲੇ ਦਿਨੀ ਪੰਜਾਬ ਦੇ ਵਿੱਚ ਸਤਿਕਾਰਯੋਗ ਬਾਪੂ ਜੀ ਹੋਰਾਂ ਦਾ ਸਵਰਗਵਾਸ ਹੋ ਗਏ। ਮੈਂ ਅਕਸਰ ਇਹ ਗੱਲ ਤੁਹਾਨੂੰ ਕਹਿੰਦਾ ਹੁੰਦਾ ਸੀ ਕਿ ਕਦੇ ਵੀ ਸੱਸ ਜਾਂ ਸਹੁਰਾ ਸ਼ਬਦ ਨਹੀਂ ਵਰਤਣਾ ਚਾਹੀਦਾ ਮਾਪੇ ਹੀ ਹੁੰਦੇ ਆ। ਬਹੁਤਿਆਂ ਨੇ ਸੁਨੇਹੇ ਦੇ ਬਾਅਦ ਉਹ ਬਾਈ ਜੀ ਸਾਨੂੰ ਪਤਾ ਨਹੀਂ ਸੀ ਅੱਛਾ ਸਹੁਰਾ ਸਾਧ ਸੀ। ਮੈਂ ਕਿਹਾ ਯਾਰ ਵੀ ਇਉਂ ਨਾ ਕਰੋ ਜੇ ਦੁੱਖ ਦੀ ਆਪਾਂ ਘੜੀ 'ਚ ਹਮਦਰਦੀ ਆ ਤਾਂ ਮਾਪੇ ਮਾਪੇ ਹੁੰਦੇ ਆ ਬਸ ਦੂਜਾ ਸ਼ਬਦ ਨਹੀਂ ਹੈ। ਤੁਹਾਡੀ ਜ਼ਿੰਦਗੀ ਦੀ ਸੰਪੂਰਨਤਾ ਹੁੰਦੀ ਹੈ ਤੁਹਾਡੇ ਜੀਵਨ ਸਾਥੀ ਨਾਲ ਤੇ ਉਹ ਜੀਵਨ ਸਾਥੀ ਦਾ ਜਨਮ ਉਹਨਾਂ ਮਾਪਿਆਂ ਮਾਂ ਦੀ ਕੁੱਖੋਂ ਤੇ ਉਹ ਉਸ ਪਰਿਵਾਰ 'ਚ ਪਲ ਕੇ ਤੁਹਾਡੇ ਕੋਲ ਤੁਸੀਂ ਤੁਹਾਡੀ ਜ਼ਿੰਦਗੀ ਦੇ ਵਿੱਚ ਇੱਕ ਇਨਸਾਨ ਆਉਂਦਾ ਤੇ ਤੁਹਾਨੂੰ ਤੁਹਾਡੀ ਜ਼ਿੰਦਗੀ ਸੰਪੂਰਨ ਕਰਦਾ ਇਦੋਂ ਬੜਾ ਮਾਣ ਨਹੀਂ ਹੈ। ਖਾਸ ਤੌਰ ਤੇ ਤੁਹਾਡੇ ਸਹੁਰਿਆਂ ਵਾਲੇ ਪਾਸਿਓਂ ਇੱਕ 20-25 ਸਾਲ ਕਿਤੇ ਰਹਿ ਕੇ ਜਦ ਕਿਸੇ ਇਨਸਾਨ ਨੇ ਆਉਣਾ ਤੇ ਕੁੜੀਆਂ ਊ ਅਲੱਗ ਉਹਨਾਂ ਦੀ ਫਿਤਰਤ ਹੈ ਉਹਨਾਂ ਨੂੰ ਸੈੱਟ ਹੋਣਾ ਦੂਜੀ ਜਗ੍ਹਾ ਆ ਕੇ ਬੜਾ ਔਖਾ ਹੈ। ਧੰਨਵਾਦ ਹੈ ਫਿਰ ਵੀ ਸਾਰਿਆਂ ਦਾ ਬਹੁਤ ਬਹੁਤ ਤੁਸੀਂ ਸਾਰਿਆਂ ਨੇ ਪਿਆਰ ਕੀਤਾ ਇਹ ਸਾਰਾ ਪਰਿਵਾਰ ਪੰਜਾਬ ਹੈ ਉਹ ਬਦਕਿਸਮਤੀ ਹਰ ਸਾਲ ਜਾਂਦੇ ਹਾਂ ਪਰ ਇਸ ਵਾਰ COVID-19 ਕਰਕੇ ਜਾ ਨਾ ਸਕੇ ਬਜ਼ੁਰਗਾਂ ਨੂੰ ਮਿਲ ਨਾ ਸਕੇ ਉਹ ਮਨ ਦੇ ਵਿੱਚ ਇਹ ਗੱਲ ਬਹੁਤ ਜ਼ੋਰ ਕਰਦੀ ਹੈ ਮੁੜ ਮੁੜ ਕੇ ਤੇ ਰਿਸ਼ਤਾ ਤੁਹਾਡਾ ਜਿਹੜਾ ਇੰਨਾ ਨੇੜੇ ਦਾ ਹੋਵੇ ਤੇ ਉੱਥੇ ਤੁਸੀਂ ਅੰਤਿਮ ਰਸਮਾਂ 'ਚ ਨਾ ਜਾ ਸਕੋ ਇਹ ਬਹੁਤ ਦੁੱਖ ਦੀ ਕਹਾਣੀ। ਛੋਟਾ ਭਾਈ ਜਿਹੜਾ ਬ੍ਰਦਰ ਇਨ ਲਾ ਸਟਾਫ ਪਰਮਿੰਦਰ ਸਿੰਘ ਰੰਗੀਆ ਉਸਨੇ ਛੋਟੀ ਉਮਰ ਦੇ ਵਿੱਚ ਬੜੀ ਤਰੱਕੀ ਪਿੰਡ ਦੀ ਸਰਪੰਚੀ ਤੋਂ ਲੈ ਕੇ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਜਿੱਤੀ ਜਦ ਅਕਾਲੀ ਦਲ ਸਾਰੇ ਜ਼ਿਲ੍ਹਾ ਪ੍ਰੀਸ਼ਦ ਹਾਰ ਗਿਆ ਤਾਂ ਬਹੁਤ ਵੱਡੀਆਂ ਵੋਟਾਂ ਤੇ ਉਹ ਸਰਾਭਾ ਬਲਾਕ ਤੋਂ ਜਿੱਤ ਕੇ ਉਪ ਚੇਅਰਮੈਨ ਬਣਿਆ ਜ਼ਿਲ੍ਹਾ ਪ੍ਰੀਸ਼ਦ ਦਾ ਤੇ ਪਿੱਛੇ ਜੇ ਉਹਦੀ ਸ਼ਾਇਦ ਹਾਲੇ ਮੇਰੇ ਕੋਲ ਪੂਰੀ ਹੋ ਗਈ ਹੁਣ ਤਾਂ ਉਹਦੀ ਟਰਮ ਤੇ ਹਰਮਨ ਪਿਆਰ ਤਾਂ ਬਹੁਤ ਜ਼ਰੂਰੀ ਹੈ ਲੋਕਾਂ 'ਚ ਵਿਚਰਨਾ ਲੋਕਾਂ ਦਾ ਮਾਣ ਕਰਨਾ ਲੋਕਾਂ ਦਾ ਪਿਆਰ ਕਰਨਾ ਲੋਕਾਂ ਦੇ ਦੁੱਖ ਸੁੱਖ 'ਚ ਖੜਨਾ ਇਹ ਏਰੀਏ ਦੇ ਵਿੱਚ ਉਸ ਡੇਲੋਂ ਬਲਾਕ ਦੇ ਵਿੱਚ ਪੱਖੋਵਾਲ ਤੱਕ ਉਸ 20-50-100 ਪਿੰਡਾਂ ਦੇ ਵਿੱਚ ਉਸਦਾ ਨਾਂ ਹੈ ਉਸਦਾ ਕੰਮ
ਜਦ ਮਿਹਨਤ ਕਰਨੀ ਆ ਤੁਸੀਂ ਲੋਕਾਂ ਦੀ ਸੇਵਾ ਚ ਰਹਿਣਾ ਤਾਂ ਬਿਨਾਂ ਕਿਸੇ ਛਲ ਕਪਟ ਤੋਂ ਤੇ ਘਰੋਂ ਪੈਸੇ ਖਰਚ ਕੇ ਰਾਜਨੀਤੀ ਕਰਨੀ ਉਹਦਾ ਸਵਾਦ ਹੈ ਵੱਖਰਾ। ਸੋ ਧੰਨਵਾਦ ਫੇਰ ਸਾਰੇ ਪਰਿਵਾਰ ਵੱਲੋਂ ਤੁਹਾਡਾ ਜਿੰਨਿਆਂ ਨੇ ਤੁਸੀਂ ਇਸ ਦੁੱਖ ਦੀ ਘੜੀ ਚ ਨਾਲ ਤੁਸੀਂ ਰਹੇ, ਫੇਰ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ। ਦੂਸਰਾ ਡੋਗ ਲਵਰਸ ਨੇ ਜਿੰਨੇ ਵੀ ਦਰਵੇਸ਼ਾਂ ਨੂੰ ਪਿਆਰ ਕਰਨ ਵਾਲੇ ਉਹਨਾਂ ਨੂੰ ਬੜੀ ਇੱਕ ਖੁਸ਼ੀ ਦੀ ਜਿਹੜੀ ਹੈ ਉਹ ਖਬਰ ਹੈ ਕਿ ਸਾਡੇ ਪਰਮ ਮਿੱਤਰ ਸਰ ਕੁਲਦੀਪ ਸਿੰਘ ਤੱਖਰ ਜਿਨ੍ਹਾਂ ਦੀ ਦੋਸਤੀ ਦੇ ਵਿੱਚੋਂ ਨਿਊਟਨ ਸਿੱਧੂ ਹੋਣੀ ਮਿਲੇ ਸੀ ਤੇ ਆਪਾਂ ਫਲਾਈਟਸ ਦਾ ਕੰਮ ਚੱਕਿਆ ਸੀ, ਉਹ ਪੰਜਾਬ ਪੁਲਿਸ ਦੇ ਡੋਗ ਟ੍ਰੇਨ ਕਰਦੇ ਆ ਉੱਥੇ, ਉਹ ਹੁਣ ਵਾਪਸ ਆਏ ਹੋਏ ਨੇ। ਜੇ ਕਿਸੇ ਨੇ ਕੋਈ ਪ੍ਰੋਫੈਸ਼ਨਲ ਓਪੀਨੀਅਨ ਲੈਣੀ ਹੋਵੇ ਬਾਈ ਜੀ ਤੋਂ, ਮੈਂ ਲਿਆਵਾਂਗਾ ਕਿਸੇ ਦਿਨ ਸ਼ੋਅ ਤੇ ਵੀ, ਤੇ ਉਹ 604-728-5120 ਤੇ ਬਾਈ ਜੀ ਉਹਨਾਂ ਨਾਲ ਗੱਲਬਾਤ ਕਰ ਸਕਦੇ। ਬਹੁਤ ਤੁਹਾਡੇ ਫੋਨ ਆਉਂਦੇ ਰਹਿੰਦੇ ਸੀ ਡੋਗ ਟ੍ਰੇਨਿੰਗ ਬਾਰੇ, ਡੋਗ ਦੀ ਬਰੀਡਸ ਬਾਰੇ, ਤੇ ਕੋਈ ਡੋਗ ਨੂੰ ਮੁਸ਼ਕਲ ਹੋ ਗਈ ਤਾਂ ਉਹਦੇ ਬਾਰੇ ਵੀ। 604-728-5120 ਸਰ ਕੁਲਦੀਪ ਸਿੰਘ ਤੱਖਰ ਹੁਣ ਆ ਗਏ ਇੱਥੇ ਤੇ ਤੁਸੀਂ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਫਰੀ ਉਹ ਟ੍ਰੇਨ ਤੁਹਾਡੇ ਡੋਗ ਕਰਦੇ ਰਹੇ ਨੇ, ਇਹੀ ਖੁਸ਼ੀ ਦੀ ਗੱਲ ਆ। ਬਸ ਕਮਿਊਨਿਟੀ ਨੂੰ ਸਰਵ ਕਰਨਾ ਤੇ ਬਹੁਤ ਟੌਪ ਜਿਹੜੇ ਸੁਪਰ ਉਹਨਾਂ ਕੋਲ ਬਰੀਡ ਆ ਜਿਹੜੇ ਜਰਮਨ ਸ਼ੈਫਰਡਸ ਦੀ, ਬਲੈਕ ਵਾਈਟ ਤੇ ਅਸਲ, ਜਿਵੇਂ ਰੋਟਵੈਲਰਸ ਦੀ ਸੁਖਜਿੰਦਰ ਉਹਨਾਂ ਕੋਲ, ਆਪਣੇ ਬਿਗ ਰੋਟੀਜ਼ ਦੇ ਕੋਲ ਸਭ ਤੋਂ ਬੈਸਟ ਜਿਹੜੇ ਰੋਟਵੈਲਰਸ ਨੇ, ਇਸ ਤਰ੍ਹਾਂ ਸ਼ੈਫਰਡ ਨੇ ਜਿਹੜੇ ਉਹ ਬਾਈ ਜੀ ਤੱਕ ਉਹਨਾਂ ਕੋਲ। ਮੈਂ ਗੱਲਬਾਤ ਅੱਜ ਹੁਣ ਜਿਹੜੀ ਕਰਨੀ ਆ ਉਹ ਕੇਅਰ ਏਡਸ ਦੀ ਕਰਨੀ ਆ। ਬਹੁਤ ਪਰਿਵਾਰ ਨੇ ਸਾਡੇ, ਖਾਸ ਤੌਰ ਤੇ ਸਾਡੀਆਂ ਲੜਕੀਆਂ ਜਿਹੜੀਆਂ ਬੀਬੀਆਂ, ਉਹ ਇਸ ਰੈਜੀਡੈਂਟ ਕੇਅਰ ਅਟੈਂਡੈਂਟ, ਇਸ ਨੂੰ RCA ਤੇ ਕੇਅਰ ਏਡ, ਇਹ 8-9 ਮਹੀਨੇ ਦਾ ਕੋਰਸ ਸੀ, ਪ੍ਰਾਈਵੇਟ ਕੋਰਸਿਸ ਵੀ ਹੁੰਦੇ ਰਹੇ ਤੇ ਬਹੁਤ ਸਰਵਿਸ ਹੈ, ਐਡੀ ਸੇਵਾ ਹੈ, ਇਹ ਇਹਦਾ ਮਾਪਦੰਡ ਹੈ ਕੋਈ, ਕਿਉਂਕਿ ਇੱਕ ਸੇਵਾ ਦੇ ਨਾਲ ਇੱਕ ਇਨਸਾਨ ਲੱਗਿਆ ਹੋਇਆ ਇਨਸਾਨ ਨੂੰ ਸਰਵ ਕਰ, ਉਹ ਇਨਸਾਨ ਨੂੰ ਜਿਹਨੂੰ ਸਰਵ ਕਰ ਰਿਹਾ ਉਹ ਦੁੱਖ ਦਾ ਮਾਰਿਆ ਹੋਇਆ, ਹਿੱਲ ਨਹੀਂ ਸਕਦਾ, ਉਹ ਨਹਾ ਨਹੀਂ ਸਕਦਾ, ਉੱਠ ਨਹੀਂ ਸਕਦਾ, ਬਹਿ ਨਹੀਂ ਸਕਦਾ, ਦਵਾਈ ਨਹੀਂ ਲੈ ਸਕਦਾ, ਕੋਈ ਐਕਸੀਡੈਂਟ 'ਚ ਆ, ਕੋਈ ਬਜ਼ੁਰਗ ਹੈ, ਕੋਈ ਕੁਛ ਵੀ ਹੋ ਗਿਆ, ਘਰਾਂ ਦੇ ਵਿੱਚ ਸਰਵਿਸ ਉਹਨਾਂ ਨੂੰ ਦੇਣ ਉਹ ਜਾਂਦੇ ਆ। ਤੇ ਸੇਮ ਹੀ ਗਵਰਨਮੈਂਟ ਦੀਆਂ ਫੈਸਿਲਿਟੀ ਦੇ ਵਿੱਚ ਵੈਨਕੂਵਰ ਕੋਸਟਲ ਦੇ ਵਿੱਚ ਜਾਂ ਫਿਰ ਫੇਜ਼ ਹੈਲਥ ਦੇ ਵਿੱਚ, ਤੁਹਾਨੂੰ ਦੱਸਿਆ ਵੈਨਕੂਵਰ ਕੋਸਟਲ ਦੇ ਵਿੱਚ ਰਿਸ਼ਪਾਲ ਗਿੱਲ ਹੋਰਾਂ ਨੇ ਉਹੀ ਇਸ ਹੈਲਥ ਕੇਅਰ ਪ੍ਰੋਫੈਸ਼ਨ ਦੇ ਵਿੱਚੋਂ ਹੀ ਉਹ ਮਾਤਾ ਦੀ ਖਬਰ ਇੱਕ ਜਿਹੜੀ ਕਹਾਣੀ ਸੁਣਾਈ ਸੀ, ਜਿਹਨਾਂ ਨੂੰ ਆਪਾਂ ਫਿਰ ਇੰਟਰਵਿਊ ਵੀ ਕੀਤਾ ਸੀ, ਉਹ ਬਹੁਤ ਵਾਇਰਲ ਹੋਈ ਉਹਨਾਂ ਦੀ 5 ਮਿੰਟ ਦੀ ਕਹਾਣੀ, ਜਿਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਮਾਂ ਕਹਿੰਦੀ ਮੇਰੀ ਪੁੱਤ ਯਾਦਾਸ਼ਤ ਭੁੱਲ ਜਾ, ਇਹੋ ਜਿਹੀਆਂ ਮੈਨੂੰ ਗੋਲੀਆਂ ਦੇ ਦੀ, ਮੇਰਾ ਪੁੱਤ ਹਫ਼ਤਾ ਕਹਿ ਕੇ ਛੱਡ ਗਿਆ, ਮੈਨੂੰ ਇੱਥੇ ਛੱਡ ਗਿਆ, ਮੈਨੂੰ ਲੈ ਕੇ ਨਹੀਂ ਗਿਆ। ਇਹ ਉਹ ਸੇਵਾ ਕਰਨ ਵਾਲਾ ਇਹ ਗਰੁੱਪ ਆ। ਹੁਣ ਇਹਨਾਂ ਦੀ ਇੱਕ ਮੁਸ਼ਕਲ ਹੈ, ਫਰੇਜ਼ਰ ਹੈਲਥ ਦੀਆਂ ਸਿੱਧੀਆਂ ਫੈਸਿਲਿਟੀਆਂ ਦੇ ਵਿੱਚ ਸਾਡੀਆਂ ਬਹੁਤ ਕੁੜੀਆਂ ਲੱਗੀਆਂ ਹੋਈਆਂ ਜਿਹੜੀਆਂ ਰੈਗੂਲਰ ਨਹੀਂ ਹੈ, ਔਨ ਕਾਲ ਨੇ, ਸਾਰਾ ਦਿਨ ਉਹ ਤਿਆਰ ਹੋਈਆਂ ਬੈਠੀਆਂ ਨੇ, ਕੰਮ ਤੇ ਕਿਤੇ ਜਾ ਨਹੀਂ ਸਕਦੇ, 2-3 ਘੰਟੇ ਲਵਾ ਕੇ ਉਹਨਾਂ ਨੂੰ ਘਰ ਨੂੰ ਭੇਜ ਦਿੰਦੇ ਨੇ, $50 ਦੇ ਨਾਲ ਉਹ ਟੱਬਰ ਕਿਵੇਂ ਪਾਲਣਗੀਆਂ, 2000 ਲਈ ਉਹ ਕਹਿੰਦੇ ਇਸ ਤਰ੍ਹਾਂ ਉਹਦੇ ਲਈ ਵੀ ਜਸਟੀਫਾਈ ਨਹੀਂ ਹੋ ਸਕਦੀ ਕਿਉਂਕਿ ਅਸੀਂ ਕੰਮ ਤੇ ਹਾਂ, ਕੰਮ ਸਾਨੂੰ ਮਿਲਦਾ ਕੱਖ ਨਹੀਂ, ਤੇ $200-250 ਹਫ਼ਤੇ ਦੇ ਅਸੀਂ ਟੱਬਰ ਕਿਵੇਂ ਪਾਲਾਂਗੀਆਂ ਆਪਣੀਆਂ, ਉੱਧਰ ਫੈਸਿਲਿਟੀਜ਼ ਇੰਨੀਆਂ ਨੇ, ਪ੍ਰਾਈਵੇਟ ਸਾਨੂੰ ਹਾਇਰ ਕਰਨ ਨੂੰ ਕੰਪਨੀਆਂ ਜਿਹੜੀਆਂ ਉਹ ਰਹਿੰਦੀਆਂ ਨੇ, ਪਰ ਉਹ ਪੈਸੇ ਘੱਟ $15-16 ਦਿੰਦੀਆਂ ਨੇ, ਤੇ ਸਭ ਤੋਂ ਔਖਾ ਕੰਮ RCA ਜਿਹੜਾ ਕੇਅਰ ਏਡ ਜਿਸ ਨੂੰ ਆਪਾਂ ਕਹਿੰਦੇ ਸੀ, ਜਿਹੜਾ ਰੈਜੀਡੈਂਟ ਕੇਅਰ ਅਟੈਂਡੈਂਟ ਹੈ, ਇਦੋਂ ਵੱਡੀ ਸੇਵਾ ਨਹੀਂ ਹੈ, ਘਰਾਂ 'ਚ 2 ਘੰਟੇ ਲਈ ਉਹ ਜਾਂਦੀਆਂ, ਜਿਹਦੇ 'ਚ ਉਹਨਾਂ ਨੇ ਮਰੀਜ਼ ਨੂੰ ਦਵਾਈ ਦੇਣੀ ਆ, ਮਰੀਜ਼ ਨੂੰ ਮੈਨੂੰ ਨਹੀਂ ਪਤਾ ਹੋਰ ਵੀ ਕਿੰਨਾ ਕੁ ਉਹਨਾਂ ਨੂੰ ਸ਼ਾਵਰ ਤੱਕ ਹੈਲਪ ਕਰਨੀ ਆ ਜਾਂ ਕੀ ਕਰਨੀ ਆ ਉਹਨਾਂ ਦਾ ਪਤਾ ਹੈ, ਪਰ ਉਹ 2 ਘੰਟੇ 'ਚ ਮਾਂ ਬਾਪ ਜਿੱਥੇ ਉਹ ਬੈਠੇ ਨੇ ਉਹਨਾਂ ਦੇ ਚੁੱਲ੍ਹੇ ਚੌਂਕੇ ਤੇ ਸਫਾਈਆਂ ਦਾ ਵੀ ਗੇੜਾ ਕਰ ਦਿੰਦੇ ਨੇ, ਬੇਬੇ ਬੈਠੀ ਕਹਿੰਦੇ ਪੁੱਤ ਮੈਂ ਚਾਹ ਧਰ ਦੇ ਤੂੰ ਮਾੜਾ ਜਿਹਾ ਸਫਾਈ ਕਰ ਦੇ, ਉਹ ਉਰੀ ਵਾਂਗੂ ਘੁੱਕ ਜਾਂਦੀਆਂ ਵਿੱਚ ਕੰਮ ਕਰ ਜਾਂਦੀਆਂ ਸਾਰਾ ਕੁਛ ਉਹੀ 2 ਘੰਟੇ 'ਚ, ਔਰ ਕਿੰਨੇ ਘਰਾਂ 'ਚ ਜੇ 5 ਘਰਾਂ ਜਾਣਾ 10 ਘੰਟੇ 'ਚ ਉਹ ਕਿੰਨਾ ਕੰਮ ਹੈ, ਕਿਉਂਕਿ ਉਹਦੇ ਵਿੱਚ ਇੱਕ ਉਹ ਨੂੰਹ ਦੇ ਧੀ ਦੇ ਸੋਰੀ ਨੂੰਹ ਤਾਂ ਕਹਿਣਾ ਹੀ ਨਹੀਂ, ਧੀ ਦੇ ਰੂਪ ਦੇ ਵਿੱਚ ਵੀ ਫਿਰ ਰਹੀ ਵੀ ਮੇਰੇ ਮਾਪਿਆਂ ਵਰਗੇ ਨੇ ਇਹ, ਇਹਨਾਂ ਨੂੰ ਤੰਗੀ ਨਾ ਹੋਵੇ, ਮੈਂ ਆਹ ਵੀ ਕਰ ਦਵਾਂ, ਤੇ ਉਹਨਾਂ ਨੂੰ ਮੁਸ਼ਕਲ ਵੀ ਆਉਂਦੀ ਹੈ, ਉਹ ਮੁਸ਼ਕਲ ਆਪਾਂ ਡਿਸਕਸ ਕੀਤੀ ਆ ਬਹੁਤ ਵਾਰ, ਕਈ ਵਾਰ ਬਜ਼ੁਰਗਾਂ ਤੋਂ ਮੁਸ਼ਕਲ ਆਉਂਦੀ ਆ, ਕਈ ਵਾਰ ਜਵਾਨਾਂ ਤੋਂ ਮੁਸ਼ਕਲ ਆਉਂਦੀ ਆ, ਕਿਉਂਕਿ
ਜਦ ਕਿਸੇ ਨੂੰ ਟੱਚ ਕਰਨਾ ਹੈ ਉਹ ਟੱਚ ਉਹ ਇੱਕ ਸੇਵਾ ਇੱਕ ਮੈਡੀਕਲ ਪ੍ਰੋਫੈਸ਼ਨ ਦੇ ਤੌਰ ਤੇ ਟੱਚ ਕਰ ਰਹੇ ਨੇ ਉਹ ਸਭ ਕੁਛ ਉਹਨਾਂ ਨੂੰ ਕਰਨਾ ਪੈਂਦਾ ਮੈਡੀਕਲ ਪ੍ਰੋਫੈਸ਼ਨ ਬਹੁਤ ਵੱਡਾ ਪ੍ਰੋਫੈਸ਼ਨ ਹੈ ਐਡੀ ਸੇਵਾ ਇਹਦੇ ਵਿੱਚ ਔਰ ਦਿਲ ਦੇ ਐਡੇ ਰਾਜੇ ਇਹਦੇ ਵਿੱਚ ਕੰਮ ਕਰਦੇ ਆ ਕਿਸੇ ਨੂੰ ਸਾਫ਼ ਕਰਨਾ ਕਿਸੇ ਦੇ ਕੱਪੜੇ ਬਦਲਣੇ ਕਿਸੇ ਦੇ ਅੰਡਰ ਗਾਰਮੈਂਟਸ ਬਦਲਣੇ ਕਿਸੇ ਨੂੰ ਟੇਢਾ ਕਰਨਾ ਕਿਸੇ ਨੂੰ ਸਿੱਧਾ ਕਰਨਾ ਕਿਸੇ ਦੇ ਡਾਇਪਰ ਲਾਉਣੇ ਕਿਸੇ ਦੇ ਚਮਚਾ ਭਰ ਭਰ ਕੇ ਗਲੀਏ ਦਾ ਮੂੰਹ ਚ ਪਾਉਣਾ ਬੜਾ ਔਖਾ ਕੰਮ ਹੈ ਜੇ ਤੁਸੀਂ ਕਹੋ ਵੀ ਇਹਦੇ ਚ ਮਿਲੀਅਨਸ ਆਫ ਡਾਲਰ ਬਣਦੇ ਆ ਨੋ 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 ਇਹ ਨਹੀਂ ਗੱਲ ਹੈ ਦਸ ਵੀਹ ਡਾਲਰ ਦੀ ਐਵਰੇਜ ਪੱਚੀ ਦੀ ਤੀਹ ਦੀ ਡਾਲਰ ਜੋਬ ਆ ਉਹ ਚ 40% ਬ੍ਰੈਕਟ ਚ ਆ ਜਾਂਦੇ ਨੇ ਉਹ ਇਹ ਜਿਹੜੀ ਇਹਨਾਂ ਦੀ ਮੁਸ਼ਕਲ ਹੈ ਇਸ ਦੇ ਬਾਰੇ ਮੈਂ ਅੱਜ ਗੱਲਬਾਤ ਕਰਨੀ ਚਾਹੁੰਦਾ ਜਿਹੜਾ ਇਸ ਪ੍ਰੋਫੈਸ਼ਨ ਨਾਲ ਰਿਲੇਟਡ ਨੇ ਆਰ ਸੀ ਏ ਨੇ ਜਿਹੜੇ ਨਾਂ ਦੱਸਣ ਦੀ ਲੋੜ ਨਹੀਂ ਮਰਦ ਨੇ ਇਸਤਰੀਆਂ ਨੇ ਬੀਬੀਆਂ ਨੇ ਆਪਣੀਆਂ ਪਲੀਜ਼ ਕਾਲ ਕਰੋ ਨੰਬਰ ਵੀ ਨਾ ਫੋਨ ਨਾ ਦੱਸਿਓ ਨਾਂ ਨਾ ਦੱਸਿਓ ਮੈਂ ਅਨਾਨਮਸ ਕਹਿ ਕੇ ਤੁਹਾਡੇ ਨਾਂ ਨਹੀਂ ਦੱਸਦਾ ਦੱਸੋ ਇਹਦੇ ਚ ਤੁਹਾਨੂੰ ਮੁਸ਼ਕਲਾਂ ਕੀ ਨੇ ਗੁਪਤ ਨਾਂ ਦੇ ਨਾਲ ਤੁਸੀਂ ਦੱਸ ਸਕਦੇ ਵੀ ਆਹ ਸਾਨੂੰ ਮੁਸ਼ਕਲਾਂ ਨੇ ਇੱਥੇ ਇੱਥੇ ਕਦਮ ਹੀ ਆ ਇੰਨਾ ਇੰਨਾ ਸਾਨੂੰ ਪੇ ਨਹੀਂ ਕੀਤਾ ਜਾਂਦਾ ਸਾਨੂੰ ਫਰੇਜ਼ਰ ਹੈਲਥ ਅਥਾਰਟੀ ਸਾਨੂੰ ਪੱਕਿਆ ਨਹੀਂ ਕਰਦੀ ਸਾਨੂੰ ਘੱਟ ਸਮਾਂ ਦੇ ਰਿਹਾ ਹੁਣੇ ਵਾਪਸ ਆ ਕੇ ਤੁਹਾਡੀਆਂ ਕਾਲਜ ਲੈਣਾ ਸੋ ਇਹ ਜਿਹੜਾ ਇਸ਼ੂ ਹੈ ਜਦ ਫਸਟ ਹੈਂਡ ਤੁਸੀਂ ਦੱਸੋਗੇ ਨਾ ਜੀ ਫਿਰ ਪਤਾ ਲੱਗਦਾ ਵੀ ਇਹ ਰੌਲਾ ਕੀ ਹੈ ਕਿੱਥੇ ਰੈਗੂਲਰ ਤੁਹਾਨੂੰ ਆਵਰਸ ਨਹੀਂ ਮਿਲਦੇ ਤਾਂ ਘੱਟ ਕਿਉਂ ਮਿਲਦੇ ਆ ਜਾਂ ਫਿਰ ਕਿਤੇ ਕੰਮ ਕਰਨ ਜਾਂਦੇ ਹੋ ਉੱਥੇ ਕੀ ਤੰਗੀ ਹੁੰਦੀ ਹੈ ਇਹਦੇ ਲਈ ਮੈਂ ਤੁਹਾਨੂੰ ਸਮਾਂ ਦਿੱਤਾ ਅੱਜ ਕਿਉਂਕਿ ਇਹਦੀਆਂ ਬਹੁਤ ਕੰਪਲੇਂਟਸ ਆਉਂਦੀਆਂ ਸੀ ਕਿ ਹੈਲਥ ਕੇਅਰ ਵਰਕਰਸ ਆ ਜਿਹੜੇ ਰੈਜੀਡੈਂਟ ਕੇਅਰ ਅਟੈਂਡੈਂਟ ਆ ਇਹਨਾਂ ਦਾ ਹੀ ਮੁਸ਼ਕਲ ਜਿਹੜੀ ਘਰਾਂ ਚ ਵੀ ਹੋ ਰਹੀ ਆ ਫੈਸਿਲਿਟੀ ਚ ਵੀ ਹੋ ਰਹੀ ਆ ਕੋਵਿਡ 19 ਦੇ ਵਿੱਚ ਔਖਾ ਸਮਾਂ ਇਹਦੇ ਵਿੱਚ ਵੀ ਘੰਟੇ ਨਹੀਂ ਉਹਨਾਂ ਦੇ ਲੱਗ ਰਹੇ 1-844-247-1550 ਗੱਲਬਾਤ ਤੁਸੀਂ ਕਰ ਸਕਦੇ ਹੋ ਕਾਲ ਜੀ ਲਾਈਨ ਨੰਬਰ 2 ਤੁਸੀਂ ਏਅਰ ਤੇ ਹੋ ਪਹਿਲਾਂ ਤਾਂ ਤੁਹਾਨੂੰ ਤੁਹਾਡੀ ਨਿਤੜਕ ਤੇ ਜਿਹੜੀ ਨਿਡਰ ਸੋਚ ਨੂੰ ਸਲਾਮ ਹੈ ਜੱਜ ਸਾਹਿਬ ਤੁਸੀਂ ਬਹੁਤ ਅੱਛਾ ਜਿਹੜਾ ਮੁੱਦਾ ਇੱਕ ਸੇਵਾ ਨਿਭਾ ਰਹੇ ਹੋ ਤੇ ਮੈਂ ਤਾਂ ਜੀ ਐਤਕੀ ਵੋਟਾਂ ਵੀ ਤੁਹਾਨੂੰ ਹੀ ਪਾਈਆਂ ਸੀ ਪਰ ਚਲੋ ਕੋਈ ਗੱਲ ਨੀ 15 ਮੈਂਬਰ ਅਗਲੀ ਵਾਰੀ ਵੀ ਪਾਵਾਂਗੇ ਜੀ ਪਰ ਗੱਲ ਇਹ ਭਾਜੀ ਜਿਹੜੇ ਲੋਕ ਜਿੱਦਾਂ ਇਮੀਗ੍ਰੇਸ਼ਨ ਉਤਰਦੇ ਆ ਜਿਹੜੇ ਵਿਜ਼ਟਰ ਵੀਜ਼ੇ ਵਾਲੇ ਭਾਜੀ ਉਹਨਾਂ ਵਾਸਤੇ ਭਾਜੀ ਉਹ ਵੀ ਫਰੋਡ ਭਾਜੀ ਕੋਈ ਰੈਗੂਲੇਟਡ ਬਾਡੀ ਉਹਨਾਂ ਨੂੰ ਮੋਨੀਟਰ ਭਾਜੀ ਕਰਦੀ ਹੈ ਜਾਂ ਇਹ ਜਿੱਦਾਂ ਉਤਰਦੇ ਸਾਰ ਇਹ ਦੱਸਦੇ ਅਸੀਂ ਵਿਜ਼ਟਰ ਆਏ ਹਾਂ ਤੇ ਪਲੈਨਿੰਗ 15 ਦਿਨਾਂ ਬਾਅਦ ਚੇਂਜ ਹੋ ਜਾਂਦੀ ਹੈ ਵੀ ਅਸੀਂ LMIA ਲੈਣੇ ਆ ਭਾਜੀ ਭਾਜੀ ਇਸ ਚੀਜ਼ ਤੇ ਆਉਣ ਵਾਲੇ ਟਾਈਮ ਦੇ ਵਿੱਚ ਭਵਿੱਖ ਦੇ ਵਿੱਚ ਜਿਹੜੀ ਇਕੋਨਮੀ ਕੈਨੇਡਾ ਦੀ ਜਿਹੜੀ ਹੈ ਉਹਨੂੰ ਅਸਰ ਪਾਊਗਾ ਜਾਂ ਨਹੀਂ ਇਹਦੇ ਬਾਰੇ ਜ਼ਰੂਰ ਦੱਸਣਾ ਜੀ ਬੜੀ ਮਿਹਰਬਾਨੀ ਠੀਕ ਹੈ ਜੀ ਗਿਲ ਸਰ ਥੈਂਕ ਯੂ ਪਾਲ ਜੀ ਥੈਂਕ ਯੂ ਇਸ ਦੇ ਬਾਰੇ ਵੀ ਮੈਂ ਗੱਲਬਾਤ ਕਰਾਂ ਤਾਂ ਅੱਜ ਤੁਹਾਡਾ ਹੈਲਥ ਕੇਅਰ ਵਰਕਰਸ ਦਾ ਸਾਹਿਬ ਬਰਾੜ ਹੁਣੀ ਆਪਣੇ ਲਿਸਨਰ ਨੇ ਉਹ ਲਿਖਦੇ ਆ ਕਹਿੰਦੇ ਬਈ ਅਸੀਂ ਮੈਂ ਤੇ ਮੇਰੀ ਸਰਦਾਰਨੀ ਦੋਨੇ ਹੈਲਥ ਕੇਅਰ ਅਸਿਸਟੈਂਟ ਆ 7 ਸਾਲ ਤੋਂ ਕੈਜੂਅਲ ਆ ਮੈਂ 5 ਸਾਲ ਕੰਮ ਕਰਕੇ ਹੁਣ ਟਰੱਕ ਡਰਾਈਵਰ ਬਣਿਆ ਤੇ ਮੈਂ ਇਹ ਪਰਿਵਾਰ ਦੇ ਵਿੱਚ ਪੰਜਾਬ ਦੇ ਵਿੱਚ ਮਾਤਾ ਜੀ ਬਿਮਾਰ ਹੋਏ ਤਾਂ ਬਿਨਾਂ ਕਿਸੇ ਤਜਰਬੇ ਦੇ ਉਹਨਾਂ ਦੇ ਗਲ ਵਿੱਚ ਪਾਈਪ ਪਾ ਕੇ ਸਕਸ਼ਨ ਕਰਦਾ ਹੁੰਦਾ ਸੀ ਤਾਂ ਆ ਕੇ ਮੈਂ ਇਹ ਕੋਰਸ ਕੀਤਾ ਕੰਮ ਬਹੁਤ ਚੰਗਾ ਕਹਿੰਦੇ ਪਰ ਫਰੇਜ਼ਰ ਹੈਲਥ ਦੇ ਅਸੂਲ ਮਾੜੇ ਆ ਪੱਕੇ ਪੇਸ਼ੈਂਟ ਨਹੀਂ ਮਿਲਦੇ ਹਰ ਵਾਰ ਨਵੇਂ ਹੁੰਦੇ ਆ ਸਭ ਦੀ ਕੇਅਰ ਅਲੱਗ ਅਲੱਗ ਤਰ੍ਹਾਂ ਹੁੰਦੀ ਹੈ ਜੇ ਪੱਕੇ ਪੇਸ਼ੈਂਟ ਹੁਣ ਕੰਮ ਕਰਨਾ ਸੌਖਾ ਹੈ ਬਰਾੜ ਨੇ ਇਹ ਗੱਲ ਲਿਖੀ ਹੈ ਹੁਣ ਤੁਸੀਂ ਜਿਹੜੇ ਤਜਰਬੇ ਦੇ ਵਿੱਚ ਨੇ ਉਹ ਵੀ ਪਲੀਜ਼ ਦੱਸੋ ਮੈਂ ਤੁਹਾਡੀ ਵੇਟ ਕਰ ਰਿਹਾ ਤੁਹਾਡੇ ਲਈ ਇਹ ਪ੍ਰੋਗਰਾਮ ਕੀਤਾ ਕੁਛ ਵਰਕਰਸ ਨੇ ਮੈਨੂੰ ਅਪਰੋਚ ਕੀਤਾ ਸੀ ਬਈ ਸਾਨੂੰ ਇਹ ਮੁਸ਼ਕਲ ਹੈ ਕੈਜੂਅਲ ਆਹੀ ਗੱਲ ਜਿਹੜੀ ਦੱਸ ਕੇ ਹਟੇ ਨੇ ਬਰਾੜ ਹੋਣੀ ਵੀ ਕੈਜੂਅਲ ਹੀ ਰੱਖਦੇ ਆ ਸਾਨੂੰ ਤੇ ਪੱਕੇ ਕਦ ਕਰਨਾ 7-7 ਸਾਲ ਕੈਜੂਅਲ ਤੇ ਦੂਸਰੇ ਬੰਨੇ ਇਹ ਨੀ ਮੈਂ ਕਹਿੰਦਾ ਪ੍ਰਾਈਵੇਟ ਬਿਜ਼ਨਸ ਵਾਲੇ ਨਾ ਕਰਨ ਪ੍ਰਾਈਵੇਟ ਵਾਲੇ ਵੀ ਕਰਨ ਪਰ ਜਾਂ ਸਰਕਾਰ ਦੇ ਕੋਲ ਐਡੇ ਬਜਟ ਹੈ ਤੇ ਸਾਡੇ ਬਜ਼ੁਰਗ ਨੇ ਜਿਹੜੇ ਇੱਕ ਨਾਲ ਇਹ ਪ੍ਰਾਈਵੇਟ ਵੀ ਬਹੁਤ ਵੱਡਾ ਇੱਕ ਬਿਜ਼ਨਸ ਆ ਜਿਹੜੇ ਪ੍ਰਾਈਵੇਟ ਹੈਲਥ ਕੇਅਰ ਜਿਹੜੇ ਉਹਨਾਂ ਦੇ ਫੈਸਿਲਿਟੀਜ਼ ਬਣਾਈਆਂ ਹੋਈਆਂ ਨੇ ਉਹਦੇ ਵਿੱਚ ਵੀ ਸੇਵਾ ਹੁੰਦੀ ਹੈ ਸਰਕਾਰ ਕੋਲ ਸਿਸਟਮ ਨੇ ਔਰ ਬਜ਼ੁਰਗ ਹੁਣ ਇਹਨਾਂ ਫੈਸਿਲਿਟੀ 'ਚ ਜਾਣੋ ਔਖੇ ਹੋ ਰਹੇ ਨੇ ਇਹਨਾਂ
ਆਪਣਾ ਖਾਣਾ ਪੀਣਾ ਉੱਥੇ ਜਾ ਕੇ ਮਿਲਦਾ ਨੀ। ਜੇ ਹੁਣ ਸਾਰੀ ਜ਼ਿੰਦਗੀ ਦਾਲ ਸਬਜ਼ੀ ਖਾਧੀ ਹੈ ਤੇ ਉਹਨਾਂ ਨੂੰ ਪੈਸਟਾ ਤੇ ਆਲੂ ਉਬਾਲ ਉਬਾਲ ਕੇ ਜਦ ਖਿਲਾਉਂਦੇ ਆ ਤੇ ਉਹਨਾਂ ਨੂੰ ਛੱਡ ਕੇ ਮਾਪਿਆਂ ਨੂੰ ਤੁਰਦੇ ਆ, ਬਹੁਤ ਔਖਾ ਉੱਥੇ ਕੋਈ ਭਾਸ਼ਾ ਨੀ ਬੋਲਣ ਵਾਲਾ। ਜਿਹੜੇ ਸਾਡੇ ਵਾਲੇ ਨੇ, ਸੇਵਾ ਕਰਨ ਵਾਲੇ ਨੇ, ਭਾਸ਼ਾ ਬੋਲਣ ਵਾਲੇ ਨੇ ਤੇ ਪ੍ਰਸ਼ਾਦਾ ਪਾਣੀ ਬਣਾਉਣ ਵਾਲੀਆਂ ਬੀਬੀਆਂ, ਇਹਨਾਂ ਨੂੰ ਪੱਕਾ ਨੀ ਕਰਦੇ। ਰੌਲਾ ਕੀ ਹੈ ਇਹ ਗੱਲ ਦਾ? ਔਰ ਜਿਹਨਾਂ ਨੂੰ ਕੋਈ ਘਰ ਦਾ ਮੈਂਬਰ ਘਰ ਚ ਛੱਡ ਜਾਂਦਾ ਹੈ, ਦੋ ਦੋ ਘੰਟੇ ਜਾ ਕੇ ਉਹਨਾਂ ਦੇ ਕੋਲ ਬਹਿੰਦੇ ਆ, ਉਹਨਾਂ ਦੀ ਸੇਵਾ ਕਰਦੇ ਆ, ਉਹਨਾਂ ਨੂੰ ਮੈਂਟਲੀ ਠੀਕ ਕਰਦੇ ਆ, ਬਹੁਤ ਵੱਡੀ ਸੇਵਾ ਹੈ। ਕਿਸੇ ਦਾ ਦੁੱਖ ਲੈ ਕੇ ਆਉਣਾ, ਕਿਸੇ ਦੇ ਦੁੱਖ ਦੇ ਵਿੱਚ ਸ਼ਰੀਕ ਹੋਣਾ, ਨਾਲ ਮਰਿਆਦਾ ਰੱਖਣੀ, ਆਪਣੇ ਅਧਿਕਾਰ ਖੇਤਰ ਤੋਂ ਬਾਹਰ ਨਹੀਂ ਜਾਣਾ। ਖਾਸ ਤੌਰ ਤੇ ਜਦ ਆਪੋਜਿਟ ਤੁਸੀਂ ਮਰਦ ਕੋਈ ਪੇਸ਼ੈਂਟ ਆ, ਇਸਤਰੀਆਂ ਨੇ, ਇਸਤਰੀ ਆ ਤਾਂ ਮਰਦ, ਇਸਤਰੀ ਪੇਸ਼ੈਂਟ ਆ ਤਾਂ ਮਰਦ ਵਰਕਰ ਆ, ਬਹੁਤ ਔਖਾ। ਸਾਡੀ ਸੁਸਾਇਟੀ ਚ ਨਹੀਂ ਔਖਾ, ਦੂਜੇ ਸੁਸਾਇਟੀ ਚ ਵੀ ਔਖਾ। ਕਈ ਵਾਰ ਬਜ਼ੁਰਗ ਲਾਚੜ ਜਾਂਦੇ ਆ ਤੇ ਉਹ ਕਹਿੰਦੇ ਮੇਰੇ ਮੁੜ ਮੁੜ ਕੇ ਮੇਰਾ ਸਿਰ ਦੁਖਦਾ, ਮੇਰੇ ਇਚਿੰਗ ਹੁੰਦੀ ਹੈ, ਕਰੀਮ ਲਾਓ ਮੇਰੀ ਬੋਡੀ ਤੇ, ਬਹੁਤ ਕੁਝ ਇਹਦੇ ਚ ਇਨਵੋਲਵ ਆ। ਚਲੋ ਇਹ ਪਾਰਟ ਆ ਉਹਨਾਂ ਦਾ, ਉਹਨਾਂ ਨੂੰ ਸਿਖਾਇਆ ਜਾਂਦਾ ਬਈ ਇਹ ਤੁਹਾਡੇ ਨਾਲ ਚੱਲਣਾ, ਇਹਦੀ ਇੱਕ ਸੀਮਾ। ਜਦ ਕੋਈ ਸੀਮਾ ਕ੍ਰੋਸ ਕਰਦਾ ਤਾਂ ਐਕਸਪਲੋਇਟੇਸ਼ਨ ਹੁੰਦੀ ਹੈ, ਉਹ ਸ਼ੋਸ਼ਣ ਨਹੀਂ ਹੋਣ ਦਿੰਦੇ ਇਹ। ਪਰ ਸੇਵਾ ਬਹੁਤ ਵੱਡੀ ਆ। ਹੁਣ ਇਹ ਕਿਉਂ ਕੈਜੂਅਲ ਰਹਿੰਦੇ ਆ, ਇਹਨਾਂ ਨੂੰ ਪਰਮਾਨੈਂਟ ਕਿਉਂ ਨਹੀਂ ਕੀਤਾ ਜਾਂਦਾ? ਹੋਰ 5-7 ਮਿੰਟ ਤੁਹਾਨੂੰ ਉਡੀਕਦਾ, ਪਲੀਜ਼ ਫੋਨ ਕਰਕੇ ਆਪਣੀ ਗੱਲ ਦੱਸੋ। ਅਮਨ ਜੀ, ਲਾਈਨ ਨੰਬਰ 2। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਐਕਚੁਲੀ ਮੈਂ ਨਾ ਫਰੇਜ਼ਰ ਹੈਲਥ ਨਾਲ ਕੰਮ ਕਰਦੀ ਹਾਂ, ਹੋਮ ਸਪੋਰਟ ਦੇ ਵਿੱਚ, ਤੇ ਮੈਨੂੰ 7 ਸਾਲ ਹੋ ਗਏ ਕੰਮ ਕਰਦੀ ਹਾਂ, ਆਈ ਐਮ ਸਟਿਲ ਕੈਜੂਅਲ। ਤੇ ਪਰ ਜਦੋਂ ਐਕਚੁਲੀ ਫਰੇਜ਼ਰ ਹੈਲਥ ਜਿਹੜੀ ਪਾਲਿਸੀ ਆ, ਉਹ ਕਹਿੰਦੇ ਕਿ ਅਸੀਂ ਮਿਨੀਮਮ 2 ਘੰਟੇ ਦੇਣੇ ਆ ਕੈਜੂਅਲ ਨੂੰ, 2 ਘੰਟਿਆਂ ਤੋਂ ਘੱਟ ਆ ਸਾਡੇ ਕੋਲ ਕੰਪਲੇਂਟ ਕਰੋ, ਨਹੀਂ ਨਾ ਕਰਿਓ। ਹੁਣ ਮੈਂ ਵੀਕ ਦੇ ਸਿਰਫ 8 ਘੰਟੇ ਕੰਮ ਕਰਦੀ ਹਾਂ ਕਿ ਮੈਂ ਕਿੱਦਾਂ ਸਰਵਾਈਵ ਕਰਾਂ ਸਰੀ ਸ਼ਹਿਰ ਦੇ ਵਿੱਚ? ਅੱਛਾ, ਜੇ ਇਹ ਗੱਲ ਅਸੀਂ ਸੁਪਰਵਾਈਜ਼ਰ ਜਾਂ ਕੈਜੂਅਲ ਨੂੰ ਕਹਿੰਦੇ ਹਾਂ, ਕਹਿ ਦਿੰਦੇ ਆ ਕੈਜੂਅਲ ਦੇ ਆਵਾਜ਼ ਦੀ ਕੋਈ ਗਰੰਟੀ ਨਹੀਂ, ਪਰ ਸਾਡੀ ਅਵੇਲੇਬਿਲਿਟੀ ਇੰਨੀ ਕੁ ਜ਼ਿਆਦਾ ਇਹਨਾਂ ਨੇ ਲੈ ਰੱਖੀ ਆ ਕਿ ਅਸੀਂ ਹੋਰ ਜੋਬ ਵੀ ਨਹੀਂ ਕਰ ਸਕਦੇ ਕਿ ਅਸੀਂ 2 ਘੰਟਿਆਂ ਦੇ ਵਿੱਚ ਸਰਵਾਈਵ ਕਰ ਸਕਦੇ। ਮੇਰੀ ਮੰਥਲੀ ਇਨਕਮ $600 ਆ ਕਿ ਮੈਂ ਆਪਣੇ ਰੈਂਟ ਦੇ ਸਕੂੰਗੀ, ਮੈਂ ਘਰ ਦੀ ਮੁਰਗੇ ਦੇ ਸਕੂੰਗੀ, ਤੇ ਅਸੀਂ ਖਾਣਾ ਵੀ ਕਿੱਥੋਂ ਆ? ਪਰ ਇਹ ਗੱਲ ਫਰੇਜ਼ਰ ਹੈਲਥ ਨਹੀਂ ਅੰਡਰਸਟੈਂਡ ਕਰ ਰਹੀ। ਮੇ ਬੀ ਮੂਲਾ ਸਟਾਫ ਇਹਨਾਂ ਨੂੰ ਸਾਨੂੰ ਖਰਾਬ ਕਰ ਰਿਹਾ, ਜਾਂ ਫਰੇਜ਼ਰ ਹੈਲਥ ਦੀ ਪਾਲਿਸੀ ਸਾਨੂੰ ਅੱਜ ਤੱਕ ਸਮਝ ਹੀ ਨਹੀਂ ਆਈਆਂ ਕਿ ਪਾਲਿਸੀ ਹੈ ਕੀ ਆ। ਜਿੱਥੇ ਕਿੱਥੇ ਕੰਮ ਕਰੋ, 4 ਘੰਟੇ ਮਿਨੀਮਮ ਹੁੰਦੇ ਹੀ ਹੁੰਦੇ ਆ। ਅਸੀਂ ਫਰੰਟ ਲਾਈਨ ਵਰਕਰ ਹੋ ਕੇ ਵੀ ਸਾਡੇ ਲਈ 2 ਘੰਟੇ, ਹੁਣ COVID-19 ਦੇ ਵਿੱਚ ਅਸੀਂ ਕੰਮ ਕਰਦੇ ਪਏ ਹਾਂ, ਮੈਂ 8 ਘੰਟਿਆਂ ਦੀ ਅਵੇਲੇਬਿਲਿਟੀ ਦਿੱਤੀ ਆ, 2.5 ਘੰਟੇ ਕੰਮ ਕਰਦੇ ਹਾਂ, 2-2 ਘੰਟੇ ਮੈਂ ਰੋਡਾਂ ਤੇ ਰਹਿੰਦੀ ਹਾਂ, ਘਰੇ ਆਉਂਦੀ ਹਾਂ, ਮੈਂ ਸ਼ਾਵਰ ਲੈਂਦੀ ਹਾਂ, ਫਿਰ ਬੈਕ ਜਾਂਦੀ ਹਾਂ। ਅਸੀਂ ਦਿਨ ਦੇ ਵਿੱਚ 4-4 ਵਾਰੀ ਸ਼ਾਵਰ ਲੈ ਲੈਣਾ ਸਿਰਫ 2 ਘੰਟਿਆਂ ਦੇ ਪਿੱਛੇ, ਇਹ ਸਾਡੇ ਨਾਲ ਫੇਰ ਤਾਂ ਨਹੀਂ। ਹਾਂ, ਅਸੀਂ ਨਹੀਂ ਚਾਹੁੰਦੇ ਸਾਨੂੰ ਰੈਗੂਲਰ ਕੋਲ ਕੁਛ ਵੀ ਕਰੋ, ਪਰ ਸਾਨੂੰ ਇੰਨੇ ਘੰਟੇ ਦੋ ਕਿ ਅਸੀਂ ਸਰਵਾਈਵ ਕਰ ਸਕੀਏ। ਅੱਛਾ, ਇਹ ਇਹ ਜਿਹੜਾ ਇਹ ਕਹਿੰਦੇ ਕੀ ਨੇ ਫਰੇਜ਼ਰ ਹੈਲਥ ਵਾਲੇ, ਤੁਹਾਨੂੰ ਕੈਜੂਅਲ ਇੰਨਾ ਚਿਰ ਦੇ ਕਿਉਂ ਰੱਖ ਰਹੇ ਨੇ, ਕਿਉਂ ਨਹੀਂ ਪਰਮਾਨੈਂਟ ਕਰਦੇ, ਕਾਰਨ ਕੀ ਹੈ? ਆਪਾਂ ਤਾਂ ਨਹੀਂ ਕਹਿ ਦਿੰਦੇ, ਕਿਉਂਕਿ ਐਕਚੁਲੀ ਐਨ ਪਤਾ ਜੂਨੀਅਰ ਨੀ ਕੁਛ ਕਰ ਰਹੀ, ਕਿਉਂਕਿ ਜਿਹੜੀ ਜਦੋਂ ਵੀ ਪੋਜੀਸ਼ਨ ਓਪਨ ਹੁੰਦੀਆਂ ਨੇ, ਜਿਹੜੇ ਆਲਰੇਡੀ ਰੈਗੂਲਰ ਆ, ਉਹ ਅਪਲਾਈ ਦੁਬਾਰਾ ਕਰ ਦਿੰਦੇ ਆ ਕਿ ਸਾਨੂੰ ਇਹ ਟਾਈਮ ਠੀਕ ਲੱਗਦਾ, ਉਹਨਾਂ ਲਈ ਪਹਿਲਾਂ ਹੁੰਦੀ ਆ ਪ੍ਰਿਓਰਿਟੀ ਕਿ ਉਹਨਾਂ ਨੂੰ ਪੋਜੀਸ਼ਨ ਮਿਲਣੀ ਆ, ਜਿਹੜੀ ਉਹਨਾਂ ਨੇ ਪੋਜੀਸ਼ਨ ਛੱਡੀ ਆ ਉਹ ਵੇਸਟ ਹੋ ਜਾਂਦੀ ਆ। ਸੋ ਸਾਡਾ ਤਾਂ ਨੰਬਰ ਇਸ ਤਰ੍ਹਾਂ, ਸਾਡਾ ਨੰਬਰ ਤਾਂ ਸਾਰੀ ਉਮਰ ਹੀ ਨੀ ਆਉਣਾ, ਇਹ ਤਾਂ ਕੈਜੂਅਲ ਹੀ ਰਹਿ ਜਾਣਾ, ਨਹੀਂ ਆਉਣਾ, ਇਹ ਆਉਣਾ ਹੀ ਨੀ ਗਾ, ਕਿਉਂਕਿ ਹੁਣ ਅੱਗੇ ਕਹਿ ਰਹੇ ਪੋਜੀਸ਼ਨਾਂ ਨਿਕਲਣੀਆਂ, ਪਰ ਆਈ ਡੋਂਟ ਥਿੰਕ ਸੋ ਕਿ ਮੈਨੂੰ ਮਿਲਣੀ ਆ। ਅੱਛਾ, ਇੱਕ ਹੋਰ ਦੱਸਿਓ ਮੈਨੂੰ, ਜਿਹੜੀ ਤੁਹਾਡੀ ਪ੍ਰਾਈਵੇਟ ਹੈਲਥ ਕੇਅਰ ਇੰਡਸਟਰੀ ਆ, ਉਹਦੇ ਵਿੱਚ ਜਿਹੜੀਆਂ ਸਾਡੀਆਂ ਕੁੜੀਆਂ ਜਾਂ ਮੁੰਡੇ RCA ਕੰਮ ਕਰਦੇ ਆ, ਉਹਨਾਂ ਬਾਰੇ ਦੱਸੋ ਵੀ ਉਹਨਾਂ ਦੇ ਹਾਲ ਕੀ ਨੇ, ਉਹਨਾਂ ਦੀ ਪੇ ਤੇ ਉਹਨਾਂ ਦਾ ਕੰਮ ਕਿਹੋ ਜਿਹਾ? ਐਕਚੁਲੀ ਸਾਰਿਆਂ ਦਾ, ਜਿੰਨੇ ਵੀ ਕੈਜੂਅਲ ਆ, ਸਾਰਿਆਂ ਦਾ ਇਹੀ ਹਾਲ ਆ। ਪਰ ਐਕਚੁਲੀ ਵਰਕਰ ਡਰ ਬਹੁਤ ਰਹੇ ਆ ਕਿ ਅਸੀਂ ਅੱਜ ਕਾਲ ਕਰਾਂਗੇ ਜਾਂ ਸਾਡੀ ਇਹ ਗੱਲ ਆਫਿਸ ਦੇ ਵਿੱਚ ਆਊਗੀ, ਪਤਾ ਨੀ ਉਹਨਾਂ ਨੇ ਸਾਡੇ ਨਾਲ ਕੀ ਕਰ ਦੇਣਾ ਨਾ। ਪਰ ਇਹ ਇਹ ਉਹੀ ਨੀ ਸਮਝਦੇ ਕਿ ਅਸੀਂ ਆਪਦੇ ਹੱਕਾਂ ਲਈ ਲੜ ਰਹੇ ਹਾਂ, ਅਸੀਂ ਦੂਸਰੇ ਦੇ ਹੱਕਾਂ ਲਈ ਨਹੀਂ ਲੜ ਰਹੇ। ਅੱਜ ਮੈਂ ਬੋਲ ਰਹੀ ਹਾਂ ਕਿ ਹੋ ਸਕਦਾ ਕਿ ਕੱਲ੍ਹ ਹੀ ਸਾਡੀ ਹਾਲਤ ਸਹੀ ਹੋ ਜਾਵੇ, ਸਾਨੂੰ 4-5 ਜਾਂ 6 ਘੰਟੇ ਤਾਂ ਮਿਲਣੇ ਸ਼ੁਰੂ ਹੋ ਜਾਣਗੇ, ਪਰ
ਆਈ ਡੋਂਟ ਨੋ ਕਿ ਸਾਡੀ ਜਿਹੜੀ ਸਕੈਜੂਲਰ ਆ ਮੈਂ ਗੱਲ ਕੀਤੀ ਮੈਂ ਕਿਹਾ ਮੇਰੀ ਸਨਿਓਰਟੀ ਇੰਨੀ ਆ ਤੇ ਮੈਂ 2 ਘੰਟੇ ਡਿਜ਼ਰਵ ਕਰਦੀ ਹਾਂ ਕਹਿੰਦੀ ਸਨਿਓਰਟੀ ਮੇਰੇ ਲਈ ਮੈਟਰ ਨਹੀਂ ਕਰਦੀ 6 ਸਾਲ ਮੈਂ ਇਸ ਕੰਪਨੀ ਨੂੰ ਦਿੱਤੇ ਆ ਕਿ ਕਦ ਲਈ ਦਿੱਤੇ ਮੈਂ ਸਨਿਓਰਟੀ ਬਣਾਵਾਂ ਦਿਨ ਪਰ ਰਾਤ ਕੰਮ ਕੀਤਾ ਅੱਜ ਮੇਰੀ ਹਾਲਤ ਇਹ ਆ ਕਿ ਮੈਂ ਸਿਰਫ 2 ਘੰਟੇ ਲੈ ਸਕਦੀ ਹਾਂ 2.5 ਘੰਟੇ ਹੋ ਗਏ ਉਹਨੇ ਮੇਰਾ 1/2 ਘੰਟਾ ਕੱਢ ਲੈਣਾ ਹੁਣ $600 ਦੇ ਵਿੱਚ ਦੇਖੋ ਤੁਸੀਂ ਕਿ ਮੈਂ ਆਪਦੀ ਗੱਡੀ ਦੀ ਇੰਸ਼ੋਰੈਂਸ ਪੇ ਕਰੂੰਗੀ ਮੈਂ ਗਰੋਸਰੀ ਲਊਂਗੀ ਜਾਂ ਮੈਂ ਰੈਂਟ ਦੂੰਗੀ ਮੈਂ ਕਰੂੰਗੀ ਕੀ ਮੈਨੂੰ ਆਪ ਨਹੀਂ ਹੁਣ ਮੈਂ ਘਰੇ ਸੀ 2 ਮਹੀਨਿਆਂ ਦੀ ਕਿ ਮੇਰੇ ਬੱਚਿਆਂ ਦੀ ਪ੍ਰੋਬਲਮ ਸੀ ਅੱਛਾ ਇਹਨਾਂ ਨੇ ਮੈਨੂੰ ਇੰਨਾ ਫੋਰਸ ਕੀਤਾ ਕੰਮ ਤੇ ਆ ਕੰਮ ਤੇ ਆ ਕੰਮ ਤੇ ਮੈਂ ਚਲੀ ਗਈ ਅੱਛਾ ਮੈਂ ਬੇਬੀ ਸਿਟਿੰਗ ਦਾ $1000 ਦੇ ਰਹੀ ਹਾਂ ਮੈਂ ਕਮਾ ਰਹੀ ਹਾਂ $600 ਹੁਣ ਤੁਸੀਂ ਦੱਸੋ ਕਿ ਮੈਂ ਜਾਂ ਤਾਂ ਹੁਣ ਘਰ ਬਹਿ ਜਾਵਾਂ ਮੈਂ ਕੰਮ ਛੱਡ ਦੇਵਾਂ ਮੇਰੇ ਕੋਲ ਲਾਸਟ ਆਪਸ਼ਨ ਆ ਕਿ ਮੈਂ ਕਵਿਟ ਕਰ ਦੇਵਾਂ ਕਿ ਮੈਂ $1000 ਆਪਦਾ ਸੇਵ ਰੱਖਾਂ ਪਰ ਇਹ ਗੱਲ ਇਹ ਕਹਿੰਦੇ ਬੇਬੀ ਸਿਟਿੰਗ ਅਸੀਂ ਤੁਸੀਂ ਡੇਕੇ ਛੱਡੋ ਜੀ ਕੰਮ ਤੇ ਆਉਣਾ ਪੈਣਾ ਡੇਕੇ ਦਾ ਖਰਚਾ ਕਿੰਨਾ 2500 ਕਿਉਂਕਿ ਮੇਰੇ 3 ਬੱਚੇ ਨੇ 2500 ਦੇ ਨਾਲ ਬੈਠਣਾ ਕਿ ਮੈਂ ਕਵਿਟ ਕਰ ਦੇਵਾਂ ਸਾਡੇ ਲਈ ਕੋਈ ਇਹਨਾਂ ਡੇ ਕੇ ਸਾਨੂੰ ਫ੍ਰੀ ਨਹੀਂ ਦਿੱਤੇ ਹੈਗੇ ਕਿ ਚਲੋ ਅੱਛਾ ਜਿਹੜੀ ਸਾਨੂੰ ਫ੍ਰੀ ਪ੍ਰੋਵਾਈਡ ਕੀਤੀ ਆ ਇੱਕ ਬਰਨ ਵੀ ਆ ਇੱਕ ਕ੍ਰਿਟਲ ਆ ਇੱਕ ਵਾਈਟ ਰੋਕ ਆ ਕੀ ਗੱਲ ਮੈਂ ਸਾਰੇ ਬੱਚਿਆਂ ਨੂੰ ਅਲੱਗ ਅਲੱਗ ਜਗ੍ਹਾ ਤੇ ਛੱਡਾਂ ਪਰ ਇੰਨੇ ਇੱਕ ਚਲੋ ਕਿ ਹੋਮ ਸਪੋਰਟ ਦਾ ਇੰਨਾ ਕੁ ਬੁਰਾ ਹਾਲ ਆ ਸਾਰਿਆਂ ਦਾ ਮੈਂ ਦੱਸ ਨਹੀਂ ਸਕਦੀ ਅਸੀਂ ਇੱਕ ਵਾਰ ਮੈਂ ਸਕੈਡਰ ਨੂੰ ਕਿਹਾ ਕਿ ਤੂੰ ਫੀਲਡ ਜਾ ਕੇ ਕੰਮ ਕਰਕੇ ਦੇਖ ਤੈਨੂੰ ਕਿੱਦਾਂ ਦਾ ਫੀਲ ਹੁੰਦਾ ਕਹਿੰਦੀ ਨਹੀਂ ਇਹ ਮੇਰੀ ਜੋਬ ਨਹੀਂ ਹੈਗੀ ਠੀਕ ਆ ਉਹਦੀ ਜੋਬ ਨਹੀਂ ਪਰ ਅਸੀਂ ਜੋਬ ਕਰ ਰਹੇ ਹਾਂ ਨਾ ਸਾਡੇ ਲਈ ਤਾਂ ਸੇਫ ਹੋਵੇ ਨਾ ਪਰ ਉਹ ਸਮਝਦੇ ਨਹੀਂ ਕਿਉਂਕਿ ਉਹ ਤਾਂ ਆਲਰੇਡੀ ਘਰੇ ਬਹਿ ਕੇ ਕੰਮ ਕਰਦੇ ਪਏ ਆ ਜੀ ਅੱਛਾ ਇੱਕ ਦੱਸਿਓ ਇਹ ਹੁਣ $500-600 ਜਿਵੇਂ ਤੁਹਾਨੂੰ ਮਿਲਦਾ ਹੈ ਕਿੰਨੀਆਂ ਕਿੰਨੇ ਕੁ ਵਾਰ ਹੈ ਜੀ ਇਹ ਫਿਰ ਤੁਹਾਡੇ ਨਾਲ ਦੇ ਐਕਚੁਅਲੀ ਅਸੀਂ ਸਰੀ ਦੇ ਵਿੱਚ ਘੱਟ ਘੱਟ 400-500 ਵਰਕਰ ਤਾਂ ਹੋਵਾਂਗੇ ਜਦ ਤੱਕ ਮੈਨੂੰ ਪਤਾ ਕਿਉਂਕਿ ਮੈਨੂੰ ਕੋਈ ਆਈਡੀਆ ਨਹੀਂ ਐਕਚੁਅਲੀ ਇੰਨਾ ਕਮਾਲ ਨਾ ਜੀ ਫਿਰ ਘਰ ਕਿਵੇਂ ਚੱਲਦਾ 500-700 ਨਾਲ ਜੇਗਾ ਨਾਲ ਹਸਬੈਂਡ ਜਾਂ ਕੋਈ ਘਰ ਦਾ ਮੈਂਬਰ ਕੋਈ ਹੋਰ ਕਮਾਈ ਨਹੀਂ ਕਰਦਾ ਘਰ ਨਹੀਂ ਚੱਲ ਸਕਦਾ ਨਾ ਛੁੱਟੀ ਨਾ ਕੱਟਿਆ ਨਾ ਰੁਪਈਏ ਮਿਲਦੇ ਨੇ ਨਾ ਕੰਮ ਚੱਲਦਾ ਤੇ ਫਿਰ ਤੁਸੀਂ ਜਿਹੜੀ ਪ੍ਰਾਈਵੇਟ ਹੈਲਥ ਕੇਅਰ ਆ ਉਹਦੇ ਵਿੱਚ ਟਰਾਈ ਕੀਤੀ ਪ੍ਰਾਈਵੇਟ ਕੰਪਨੀਆਂ ਚ ਜੀ ਐਕਚੁਅਲੀ ਮੈਂ ਪਹਿਲਾਂ ਮੈਂ ਫੈਸਿਲਿਟੀ ਚ ਕੰਮ ਕੀਤਾ ਸੀਗਾ ਮੈਨੂੰ ਉੱਥੇ 8-8 ਘੰਟੇ ਮਿਲਦੇ ਸੀ ਐਕਚੁਅਲੀ ਮੈਨੂੰ ਸੀ ਬੱਚਿਆਂ ਦੀ ਪ੍ਰੋਬਲਮ ਕਿ ਮੈਂ ਸਕੂਲ ਛੱਡਨੇ ਆ ਤੇ ਸਕੂਲੋਂ ਲੈ ਕੇ ਆਉਣਾ ਤਾਂ ਹੀ ਇਸ ਲਈ ਮੈਂ ਹੋਮ ਸਪੋਰਟ ਚੂਜ਼ ਕੀਤਾ ਸੀਗਾ ਪਹਿਲਾਂ ਵਧੀਆ ਚੱਲਦਾ ਸੀ ਕਿ ਚਲੋ 4-5 ਘੰਟੇ ਸਾਨੂੰ ਮਿਲ ਜਾਂਦੇ ਸੀ ਐਕਚੁਅਲੀ ਮੇਰੇ ਇਨ-ਲਾਜ਼ ਹੋ ਗਏ ਸਟਕ ਇੰਡੀਆ ਦੇ ਵਿੱਚ ਉਹ ਆ ਨਹੀਂ ਸਕਦੇ ਕਿ ਮੈਨੂੰ ਬੱਚਿਆਂ ਦੇ ਪਹਿਲਾਂ ਕੋਈ ਪ੍ਰੋਬਲਮ ਨਹੀਂ ਸੀਗੀ ਪਰ ਇਹ ਜਦੋਂ ਦੀ ਫ੍ਰੇਜ਼ਰ ਹੈ ਜਾਂ ਕੋਈ ਸਕੈਡੂਲਰ ਦਾ ਆਈ ਡੋਂਟ ਨੋ ਕਿ ਸਾਨੂੰ ਸਮਝੇ ਸਾਨੂੰ ਕਹਿੰਦੇ ਕਲਾਇੰਟ ਹੈ ਨਹੀਂ ਤਾਂ ਫਿਰ ਤੁਸੀਂ ਹਾਇਰ ਕਿਉਂ ਕੀਤੇ ਵਰਕਰ ਹਾਇਰ ਕਰਨ ਦਾ ਤਾਂ ਮਤਲਬ ਕੋਈ ਨਹੀਂ ਸੀ ਕਲਾਇੰਟਾਂ ਨੇ ਸਰਵਿਸ ਹੋਲਡ ਕਰਾਈ ਹਾਇਰ ਨਾ ਕਰੋ ਪਰ ਉਹ ਵੀ ਅਸੀਂ ਹਾਇਰ ਕਰਨੇ ਆ ਤੇ ਸਾਡੇ ਕੋਲ ਕੰਮ ਕਿਉਂ ਨਹੀਂ ਪਤਾ ਨਹੀਂ ਇੰਨੇ ਜ਼ਿਆਦਾ ਕਲਾਇੰਟ ਆ ਅੱਧੇ ਕਲਾਇੰਟਾਂ ਨੂੰ ਸਰਵਿਸ ਨਹੀਂ ਜਾ ਰਹੀ ਕਿ ਸਾਡੇ ਕੋਲ ਵਰਕਰ ਹੈ ਨਹੀਂ ਗੇ ਤੇ ਵਰਕਰ ਜੋ ਘਰੇ ਬੈਠੇ ਆ ਕਮਾਲ ਹੋ ਹੁਣ ਇਹਦਾ ਕਿਉਂਕਿ ਸਰੀ ਦੇ ਵਿੱਚ ਸਰਵਾਈਵ ਕਰਨਾ ਤੁਹਾਨੂੰ ਕੰਮ ਕਰਨਾ ਪੈਣਾ ਇਸ ਚ ਰਹਦੇ ਆ ਅਸੀਂ ਮੈਨੂੰ ਇਹ ਲੱਗਦਾ ਵੀ ਅਸੀਂ ਕੀਨੀਆਂ ਚ ਬੈਠੇ ਆ ਕਿਹੜੇ ਦੇਸ਼ ਚ ਬੈਠਿਆ ਜਿੱਥੇ ਤੁਸੀਂ ਇੱਕ ਬੰਦੇ ਨੂੰ ਡਿਪਿਊਟ ਕਰਤਾ ਕੰਮ ਤੁਸੀਂ ਦਿੰਦੇ ਨਹੀਂ ਨਾ ਉਹਨੂੰ ਤੁਸੀਂ ਕਮਾਈ ਕਰਨ ਦਿੰਦੇ ਹੋ $500-600 ਬੰਦਾ ਤਾਂ ਨਹਾਉਂਦਾ ਹੀ ਲੰਘ ਜਾਊ ਦਿਹਾੜੀ ਚ ਇੱਕ ਜਗ੍ਹਾ ਗਿਆ ਦੂਜੀ ਤੋਂ ਕੱਪੜੇ ਬਦਲੇ ਤੀਜੀ ਮੈਂ ਆਪਣੀ ਸਕੈਜੂਲ ਨੂੰ ਕੈਲਕੂਲੇਸ਼ਨ ਕਰਕੇ ਭੇਜਿਆ ਕਿ ਮੈਂ ਇੱਕ ਦਿਨ ਦਾ $50 ਪੇ ਕਰਦੀ ਹਾਂ ਡੇ ਕੇਅਰ ਦਾ ਤੇ ਮੈਂ ਅਰਨ ਕਰਦੀ ਹਾਂ $30 ਬੈਟਰ ਮੈਂ ਆਪਦੇ ਪੈਸੇ ਜੇਬ ਚ ਰੱਖਣਾ ਮੈਨੂੰ ਕਹਿੰਦੇ ਮੇਰੇ ਨਾਲ ਗੁੱਡ ਵੇ ਨਹੀਂ ਟ੍ਰੀਟ ਕਰਨ ਦਾ ਕਿ ਤੂੰ ਮੈਨੂੰ ਇਦਾਂ ਦੀ ਈਮੇਲ ਛੱਡ ਉਹ ਦੱਸੋ ਭਾਜੀ ਮੈਂ ਕੀ ਕਰਾਂ ਉਹਨਾਂ ਨਾਲ ਉਹ ਵੀ ਸਾਰੀ ਗੱਲ ਬੰਦ ਆ ਮੈਂ ਘਰੇ ਬੈਠੀ ਸੀ ਆਪਦੇ ਬੱਚਿਆਂ ਕੋਲ ਸੀਗੀ ਕਿਉਂ ਨੀ ਮੈਨੂੰ ਇਹਨਾਂ ਨੇ ਘਰੇ ਬੈਠਾ ਦਿੱਤਾ ਜੇ ਤੁਹਾਡੇ ਕੋਲ ਕੰਮ ਹੀ ਨੀਗਾ ਬੈਟਰ ਜਿਹੜੇ ਮੈਨੂੰ ਤੁਸੀਂ 2 ਘੰਟੇ ਦੇ ਰਹੇ ਕਿਸੇ ਹੋਰ ਵਰਕਰ ਨੂੰ ਦੇ ਦਿਓ ਤਾਂ ਕਿ ਉਹਦਾ ਤਾਂ ਠੀਕ ਹੋ ਜਾਏ ਨਾ ਉਹਨੂੰ 4-5 ਘੰਟੇ ਮਿਲ ਸਕਣ ਪਰ ਇਹਨਾਂ ਨੇ ਕਰਨਾ ਕੁਛ ਨੀ ਗਾ ਹੁਣ ਇੰਨੀ ਕੁ ਜ਼ਿਆਦਾ ਸਟ੍ਰੈਸ ਹੋਈ ਆ ਕਿ ਹਾਲਤ ਇਹ ਆ ਗਈ ਆ ਕਿ ਮੈਂ ਕਵਿਟ ਕਰ ਦੇਣਾ ਕਿਉਂਕਿ ਮੈਂ 2 ਘੰਟੇ ਨਾਲ ਸਰਵਾਈਵ ਨਹੀਂ ਕਰ ਸਕਦੀ ਅਸੀਂ ਕੋਰਸ ਕੀਤਾ ਸੀ ਪੈਸੇ ਲਾ ਕੇ ਚਲੋ ਕਮਿਊਨਿਟੀ ਦੀ ਸੇਵਾ ਕਰਾਂਗੇ ਪਰ ਲੱਗਦਾ ਨੀ ਗਾ ਕਿਉਂਕਿ ਮੈਨੂੰ ਤਾਂ ਇਹ ਲੱਗਦਾ ਕਿ ਮੈਂ ਆਪਦੇ ਕੋਰਸ ਤੇ ਜੋ ਮਨੀ ਹੈ ਨਾ ਉਹ ਵੀ ਵੇਸਟ ਕੀਤੀ ਆ ਅੱਛਾ ਕੋਰਸ ਕਿੰਨੇ ਸਮੇਂ ਚ ਕੀਤਾ ਕਿੰਨਾ ਖਰਚਾ ਲੱਗਿਆ ਜੀ ਇਹ 5 ਮਹੀਨੇ ਦਾ ਹੁੰਦਾ ਤੇ ਮੇਰਾ ਟੋਟਲ 4500 ਲੱਗਾ ਬੜਾ ਔਖਾ ਜੀ ਕੰਮ ਮੁੜ ਕੇ ਕੰਮ ਇਹ ਜਿਹੜਾ ਤੁਸੀਂ RCA ਕੀਤਾ ਜੀ ਰੈਜ਼ੀਡੈਂਟ ਕੇਅਰ ਅਟੈਂਡੈਂਟ ਦਾ ਹਾਂਜੀ ਅੱਛਾ ਜੀ ਪਰ ਮੈਨੂੰ ਤਾਂ ਇਹ ਪਤਾ ਲੱਗਿਆ ਵੀ ਫੈਸਿਲਿਟੀਜ਼ ਜਿਹੜੀਆਂ ਨੇ ਜਿੱਥੇ ਬਜ਼ੁਰਗ ਰੱਖੇ ਨੇ ਉਹ ਭਰੀਆਂ ਪਈਆਂ ਨੇ ਬੰਦੇ ਕੰਮ ਤੇ ਨਹੀਂ ਮਿਲਦੇ ਇੱਧਰ ਇਹ ਉਲਟ ਕਹਾਣੀਆਂ ਤੁਸੀਂ ਕਹਿੰਦੇ ਹੋ ਸਾਨੂੰ ਕੰਮ ਨਹੀਂ ਮਿਲਦਾ ਬੜੀ ਹੈਰਾਨੀ ਵਾਲੀ ਗੱਲ ਹੈ ਯਾਰ ਪਤਾ ਨਹੀਂ ਕਿਉਂਕਿ ਮੈਂ ਫੈਸਿਲਿਟੀ ਵੀ ਕੀਤਾ ਫੈਸਿਲਿਟੀਜ਼ ਵੀ ਕੈਜੂਅਲ ਦਾ ਇਹੀ ਹਾਲ ਆ ਮੈਂ ਫੈਸਿਲਿਟੀ ਚ ਮਹੀਨੇ ਦੇ ਵਿੱਚ 4 ਸ਼ਿਫਟਾਂ ਲਾਈਆਂ ਉੱਥੋਂ ਵੀ ਮੈਂ ਕਿਉਂਕਿ ਡੇ ਦੇ ਵਿੱਚ ਕੰਮ ਨਹੀਂ ਮਿਲਦਾ
नाइट ला लो, नाइट करके क्योंकि बच्चे छोटे है नाइट भी नहीं लगदियां, क्योंकि चलो मैं नाइट लाइंगा, पर यह नहीं है कि कैजुअल कदों तक असि कैजुअल इदा काम करांगे। No, no, कोई no. छुट्टी अपलाई करनी है रिफ्यूज हो जाती है जी कैजुअल सानू चाहिए साढ़े को आवर्स बहुत आ काम करना वही वन एंड हाफ आवर्स छुट्टी सानू देनी हुण किसी ने जी लिख के भेजिया भी 7 बजे तो रात के 10 बजे तक अवेलेबिलिटी लेंदे आ 15 घंटे 15 घंटे जो काम देंदे 4 घंटे यार कमाल हो गई। मेरा तुसी देखो कल दा स्केड्यूल जो मेरा मेरे को हुण आया ना मैं 9 बजे शुरू करना 7:30 मेरा डन हो जाना 10:30 तो बाद मैं 1 to 1.5 ली सिर्फ अद्धे घंटे लिए आना मान लो चलो ठीक है आवाज बच है नहीं मैनू मन मैनू जो हाफ एन आवर मैनू डाल दस मैं बच्चों दे के घरे लिया सका मैं आपकी वो मनी तो सेव करना पर नहीं तेनू अद्धे घंटे लिए आना पैना काम से क्योंकि तू सानू अवेलेबिलिटी दी है पर कहीं फिर नहीं है साढ़े नाल मैं 2 घंटे राह च खड़ना वह भी COVID-19 के बच्चे कि सानू पता नहीं गया कि टच करना नहीं करना किसी रोड से असं गड्डी खड़ी करते हैं लोग सानू लुक दिखाते हैं तुम तो क्यों खड़ी हाँ की गल अद्धा घंटा हो गया सू देखद साढ़े तो किसी भी रिस्पैक्ट नहीं हैगी ना साड़ी जिस कम्यूनिटी घर जाने ना सा उ सू मेयर की तरह ट्रीट करते पे रोडा से सू खड़ नहीं देंगे जी तू साडे घर के सामने खड़ी हाँ तेन अद्धा घंटा हो गया सू देखद असं फिर रोड से भी नहीं खड़ सकते फिर अभी खड़ना कितने आ कोई ना जी आप इस पर काम करा गल करा वरी ना करो यार प्लीज इन सोल्व कर दो क्योंकि बहुत ज्यादा औखा अड़ीक्यो मैं आके गल कर लाइन नंबर 3 तुसी ते लाइन नंबर 3 हेलो हां जी सत श्री अकाल मॉर्निंग तो लेके इवनिंग तक अवेलेबिलिटी दे दो चाहे क्योंकि पहला जो हायर कर दिया उदो ये कहते हैं कि साडी मर्जी ना अवेलेबिलिटी दो अपनी मर्जी ना चूज कर दे अवेलेबिलिटी फिर सानू 1 साल स्टाक होना पैंदा इन्हां दे नाल उसी अवेलेबिलिटी दे विच फिर उस अवेलेबिलिटी सू आवर नहीं मिलते जे जे असं साल वादा कहने क्योंकि इन्होंने होंगे आ साल वादा चेंज कर सकते हैं तो साल वादा जो अं कहने असं अवेलेबिलिटी चेंज करनी असं होर काम करना क्योंकि सवेर में लै लेंगे 7 to 1 शाम को लै लेंगे 5 to 10 तो ना असं कोई होर काम कर सकते हैं जे असं कही कि असं फैसिलिटी के अपलाई कर दिए जिदा कहने कि फैसिलिटी काफ़ी कम है कल के दिनों में पर साड़ी अवेलेबिलिटी नहीं है कि असं स्टक हो पे हैं ना जिस टाइम के चाहते हैं चेंज कर लीए कहते कि साल बाद थोड़ी एनिवर्सरी डेट निकल गई है तुसी चेंज नहीं कर सकते सानू आवर्स दिंदे नहीं है स्टक किया हुआ हम साढ़े भी बच्चे असं बच्चे छड़ के घरों काम से जाइए उत्थे जाके गड्डी बैठे रही बच्चों घर आके दोबारा असं देख भी नहीं सकते है क्योंकि असं स्टक हो पे हैं सारा दिन इन्हों के नाल असं चाहते हैं नॉर्मल बंदा 8 घंटे ला के कमा के घर लेके आंदा 4 घंटे गड्डी च बैठी दा 4 घंटे असीं काम करी दा वह भी असीं घर जिहड़ी इनकम लैके आई दी वह भी ना मात्र इनकम बिल्कुल भी जे कह लो कि साडे एक जे एक बंदा काम करता दूजा बंदा ना करता हो फिर तो सरवाइव ही नहीं कर सकते असं बच्चों डे केयर छड़ के कितने असं जाके आइए डे केयर के भी किन्ने खर्चे आ। धन्यवाद थैंक यू आप अगे तोरेंगे वरी ना करो थैंक यू लाइन नंबर 4 तुसी लाइन नंबर 4 राजविंदर कौर जी लाइन नंबर 5 गुनीत सिंह जी हेलो जी हाँ जी भाई सत श्री अकाल हाँ जी सिंह साहब सत श्री अकाल जी जी तुसी ये टॉपिक लिया एक तो बहुत बढ़िया किया क्योंकि असि कई फ्रेंड है असि रीसेंटली जान के इमीग्रेंट हो हम इतने कैनेडा के बीच असि पहला सी आस्ट्रेलिया उत्थे चलो नहीं बनिया इतने बन गया असि हो गए इमीग्रेंट चलो चंगा हो गया जो हो गया हुण असीं यही सारे प्लान कर रहे थे कि असीं कोई इदां दा चलो क्योंकि हुण एज ही इन्नी हो गई कि कोई काम होर तां सिखिया नहीं
ਜਾਣਾਗਾ ਵੀ ਇਹ ਕੋਰਸ ਕਰਕੇ ਚਲੋ ਕਰ ਲਾਂਗੇ, ਪਰ ਅੱਜ ਜੋ ਹੁਣ ਇਹ ਸੁਣ ਰਹੇ ਆ ਇਸ ਤੋਂ ਤਾਂ ਇਹ ਲੱਗ ਰਿਹਾ ਵੀ ਇਹ ਵੀ ਕੋਰਸ ਕਰਨ ਦਾ ਕੋਈ ਫਾਇਦਾ ਨੀਗਾ, ਬੰਦਾ ਇੱਥੇ ਕਰੂਗਾ ਤੇ ਕਰੂਗਾ ਕੀ? ਇਹਦੇ ਚ ਇਹ ਨੀ ਕਿ ਇਹ ਮਾੜੀ ਹੈ, ਪ੍ਰੋਫੈਸ਼ਨ ਮਾੜਾ ਨੀ, ਗੱਲ ਇਹ ਆ ਵੀ ਇਹ ਪ੍ਰੋਫੈਸ਼ਨ ਨੀ ਮਾੜਾ ਕਰ ਰਹੇ ਆ ਮਾੜੀਆਂ। ਤੁਹਾਨੂੰ ਸਟੋਰੀ ਦੱਸ ਦਿਆ, ਬਿਲਕੁਲ ਦੇ ਵਿੱਚ ਸਟੂਡੈਂਟ ਸੀਗੇ, ਉੱਥੇ ਜੋਬ ਕਰਦੇ ਸੀ ਜਿੱਥੇ ਮਰਜ਼ੀ ਕਰਦੇ ਸੀਗੇ, ਹੋਲੀਡੇ ਤੇ ਐਸੇ ਕਲੇਵ ਕੀ ਜੋ ਮਰਜ਼ੀ ਸਾਰਾ ਕੁਛ ਮਿਲਦਾ ਸੀਗਾ, ਇੱਥੇ ਤਾਂ ਬੰਦਾ ਪੱਕਾ ਹੋ ਕੇ ਵੀ ਧੱਕੇ ਸਾਰਿਆਂ ਸਾਰੀਆਂ ਮੁੱਖ। ਇਹ ਹੁਣ ਜਿਹੜੀ ਮੈਨੂੰ ਹੁਣੇ ਪਤਾ ਲੱਗਿਆ ਗਣੇਸ਼ ਸਿੰਘ ਜੀ ਕਿਸੇ ਨੇ ਮੈਸੇਜ ਭੇਜਿਆ, ਉਹ ਕਹਿੰਦੇ ਵੀ ਜਿਹੜੇ ਸਾਡੇ ਸੁਪਰਵਾਈਜ਼ਰ ਨੇ ਨਾ, ਜਿਹੜੀਆਂ ਸੁਪਰਵਾਈਜ਼ਰ ਨੇ ਬੀਬੀਆਂ ਜਾਂ ਬੰਦੇ ਜਿਹੜੀ ਸਾਡੀ ਕਮਿਊਨਿਟੀ ਨੇ, ਉਹ ਕਹਿੰਦੇ ਸਾਨੂੰ ਉਹ ਗੁਲਾਮਾਂ ਵਾਂਗੂ ਸਾਡੇ ਨਾਲ ਵਤੀਰਾ ਕਰਦੀ, ਗੁਲਾਮ ਜਿਵੇਂ ਬਣਾ ਕੇ ਉਹਨਾਂ ਦੇ ਟੈਂਪਰ ਰੱਖੇ ਹੋਏ ਦੇ ਵਿੱਚ, ਉਹੀ ਬਸ ਉਹ ਟਿਪੀਕਲ ਨੋ ਗੋਰਾ ਨੀ ਕੋਈ ਕਰਦਾ, ਗੋਰਾ ਕੋਈ ਨੀ ਕਰਦਾ ਇਹਦੇ ਵਿੱਚ, ਕਲਾਇੰਟ ਕੁਛ ਕੁਛ ਗੋਰਿਆਂ ਨਾਲ ਕੰਮ ਕਰਦੇ ਵੱਧ ਬੈਨੀਫਿਟ ਮਿਲਦੇ ਆ, ਆਪਣੇ ਨਾਲ ਕੰਮ ਕਰਾਂਗੇ ਸਾਰੀ ਉਮਰ ਵਾਸਤੇ ਧੱਕੇ ਖਾਂਦੇ ਰਹਾਂਗੇ। ਹੋਰ ਕਿਸੇ ਨੇ ਮੈਨੂੰ ਮੈਸੇਜ ਭੇਜਿਆ, ਉਹ ਕਹਿੰਦੇ ਜਿਹੜੇ ਸੁਪਰਵਾਈਜ਼ਰ ਨੇ ਸਾਡੀਆਂ ਬੀਬੀਆਂ ਜਿਹੜੀਆਂ ਚੰਗੀਆਂ ਨੇ, ਉਹ ਆਪਣੇ ਆਪ ਨੂੰ ਥਾਪੀ ਦੇ ਲਿਓ, ਜਿਹੜਾ ਕੁਛ ਗਲਤ ਕਰਦੀਆਂ ਨੇ ਸੁਣ ਲਿਓ, ਕਹਿੰਦੀ ਉਹਨੇ ਪਿੰਪ ਛੱਡੇ ਹੋਏ ਆ, ਪਿੰਪ ਸੂਈਏ ਅੰਦਰ ਵਿੱਚ, ਜਿਹੜੀਆਂ ਸਾਡੇ ਨਾਲੇ ਵਰਕਰ ਨੇ ਕੁੜੀਆਂ ਉਹ ਸਾਡੀਆਂ ਚੁਗਲੀਆਂ ਕਰਦੀਆਂ ਨੇ, ਫਿਰ ਉੱਪਰ ਆਹ ਕਰਤਾ ਫਲਾਣੀ ਹੈ, ਉਹ ਲੰਘ ਗਈ, ਉਹ ਇੱਧਰ ਨੂੰ ਲੰਘ ਗਈ, ਫਲਾਣੀ ਮੈਨੂੰ ਆਹ ਦੱਸਿਆ, ਤੇਰੇ ਖਿਲਾਫ਼ ਆਹ ਗੱਲ ਹੁੰਦੀ ਹੈ, ਕਹਿੰਦੀ ਕੰਮ ਇੰਨਾ ਗੰਦਾ ਹੈ ਜਿੱਥੇ ਸਾਨੂੰ ਭੇਜਦੇ ਆ, ਕਲਾਇੰਟ ਕਈ ਵਾਰ ਬੈੱਡ ਤੇ ਆ ਤੇ ਉਹਦਾ ਪਤਾ ਹੀ ਨੀ ਘਰ ਦੇ ਵਿੱਚ ਕਿੱਥੇ ਕਿੱਥੇ ਕੀ ਕੁਛ ਹੋਇਆ ਪਿਆ, ਕਈ ਬਜ਼ੁਰਗ ਇੰਨੇ ਨੇ ਮਤਲਬ ਘਰ ਦੇ ਵਿੱਚ ਲੰਘਦੇ, ਇੰਨਾ ਕੁਝ ਕਰਨਾ ਪੈਂਦਾ, ਸਫਾਈ ਉਹਨਾਂ ਦੀ ਕਰਨੀ ਪੈਂਦੀ ਆ, ਹੱਥ ਨੀ ਲਾ ਸਕਦੇ, ਉਹ ਕਹਿੰਦੇ ਸਾਨੂੰ ਪੈਰਾਂ ਲਈ ਬੂਟੀਆਂ ਨੀ ਮਿਲਦੀਆਂ, ਅਸੀਂ ਤੁਰ ਕੇ ਅੰਦਰ ਜਾਣਾ, ਘਰ ਚ ਪੈਰ ਨੀ ਰੱਖ ਹੁੰਦਾ ਸਾਡੇ ਤੇ, ਅਸੀਂ ਤਾਂ ਆਪਣੇ ਘਰਾਂ ਨੂੰ ਵੇਖਦੇ ਹਾਂ ਨਾ ਵੀ ਅਸੀਂ ਕਿਵੇਂ ਸਾਫ਼ ਰੱਖਦੇ ਹਾਂ, ਸਾਰੇ ਨੀ ਸਾਫ਼ ਰੱਖ, ਉਹ ਇੰਨਾ ਔਖਾ ਕੰਮ ਹੈ। ਮੈਂ ਇੱਕ ਹੋਰ ਵੀ ਕੋਸ਼ਿਸ਼ ਤੁਹਾਨੂੰ ਕਹਿੰਦਾ ਕਿ ਠੀਕ ਹੈ ਫਰੇਜ਼ਰ ਹੈਲਥ ਨਹੀਂ ਕਰਦਾ, ਪ੍ਰਾਈਵੇਟ ਮੈਨੂੰ ਪਤਾ ਹੈ ਬਹੁਤ ਵਧੀਆ ਕੰਪਨੀਆਂ ਨੇ ਜਿਹੜੀਆਂ ਵਧੀਆ ਪੇ ਕਰਦੀਆਂ ਨੇ, ਉੱਥੇ ਵੀ ਟਰਾਈ ਕਰੋ, ਪਰ ਇਹ ਇਸ਼ੂ ਹੁਣ ਮੰਤਰੀ ਸੰਤਰੀ ਮੈਨੂੰ ਨਿੱਤ ਸਵੇਰੇ ਚੜ੍ਹਦੇ ਸੂਰਜ ਹੱਥ ਬੰਨ ਕੇ ਕਹਿੰਦੇ ਨੇ ਵੀ ਇਹਦਾ ਗਲ ਗੁਲੇ ਬਹਿ ਜੇ ਯਾਰ, ਅਸੀਂ ਬਹੁਤ ਤੰਗ ਹੈ। ਹੁਣ ਇਹ ਆਹ ਜਿਹੜੇ ਤੁਰੇ ਫਿਰਦੇ ਆ, ਜਿਹੜੇ ਗੱਲਾਂ ਕਰਦੇ ਆ, ਕਿਸੇ ਦਾ ਵੀ ਅਧਿਕਾਰ ਖੇਤਰ ਆ ਇਹ, ਹੁਣ ਉਹ ਸੁਣ ਰਹੇ ਆ, ਨਹੀਂ ਸੁਣ ਰਹੇ ਉਹਨਾਂ ਦੇ ਦੁਭਾਸ਼ੀਏ ਸੁਣਦੇ ਆ ਬੈਠੇ ਡਾਊਨ ਟਾਊਨ ਦੇ ਵਿੱਚ, ਹੁਣ ਭੇਜਿਓ ਸੁਨੇਹਾ ਜਿਹੜੇ 5-7 ਸਾਡੇ ਨੇ ਬਈ ਐ ਕਮਿਊਨਿਟੀ ਤੜਫਦੀ ਆ, ਜਾਂ ਕੋਈ ਖੁੱਲੀ ਜਗ੍ਹਾ ਸੱਦ ਲਓ ਸਾਰਿਆਂ ਨੂੰ ਵੀ ਆ ਕੇ ਦੱਸਿਓ, ਮੁਸ਼ਕਿਲ ਜੇ ਨਾ ਕੋਈ ਜਗ੍ਹਾ ਬਹਿਣ ਨੂੰ ਮਿਲੇਗੀ ਤਾਂ ਕਹਿ ਦਿਓ, ਫਿਰ ਕਿਹਦੇ ਲਈ ਕੋਸ਼ਿਸ਼? ਕੋਈ ਪੰਜਾਬ ਬੈਠਾ ਤੜਫੀ ਜਾਂਦਾ, ਉਹ ਕਹਿੰਦੇ ਸਾਨੂੰ ਲਿਆ ਨੀ ਸਕਦੇ, ਕੋਈ ਇੱਥੇ ਕੰਮ ਤੇ ਬੈਠਾ ਤੜਫੀ ਜਾਂਦਾ, ਉਹ ਕਹਿੰਦਾ ਸਾਡਾ ਹਾਲ ਬਹੁਤ ਮਾੜਾ, ਹੈਰਾਨੀ ਹੈ ਕੀ ਕੀਤਾ ਜਾਊਗਾ। ਅਮਨ ਕੌਰ ਜੀ ਲਾਈਨ ਨੰਬਰ 2। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰੀ ਸੀਗੀ ਪ੍ਰੋਬਲਮ ਇਹ, ਜਦੋਂ ਕੋਵਿਡ-19 ਸਟਾਰਟ ਹੋਇਆ, ਮੈਂ ਸਿੰਗਲ ਮਦਰ ਆ, ਤਾਂ ਮੇਰੇ 2 ਬੱਚੇ ਸੀ ਘਰੇ, ਹਨਾ। ਮੈਂ ਇਹਨਾਂ ਨੂੰ ਬਹੁਤ ਆਪਣੀ ਸੁਪਰਵਾਈਜ਼ਰ ਨੂੰ ਕਿਹਾ ਵੀ ਮੇਰੇ ਬੱਚੇ ਆ ਘਰੇ, ਤਾਂ ਵੀ ਮੈਂ ਘਰੇ ਰਹਿਣਾ ਚਾਹੁੰਦੀ ਆ। ਕਹਿੰਦੀ ਵੀ ਨਹੀਂ ਤੂੰ ਰਹਿ ਨੀ ਸਕਦੀਗੀ। ਫਿਰ ਮੈਂ ਉਹਦੀ ਡਾਕਟਰ ਤੋਂ, ਜਿਦਾਂ ਮੈਨੂੰ ਐਲਰਜੀ ਦੀ ਪ੍ਰੋਬਲਮ ਸੀਗੀ, ਮੈਂ ਡਾਕਟਰ ਤੋਂ ਲਿਖਾਇਆ, ਡਾਕਟਰ ਕਹਿੰਦੇ ਵੀ ਨਹੀਂ ਤੁਸੀਂ ਤੈਨੂੰ ਸਿਗਨਲ ਨੋਟ ਲੈ ਕੇ ਨੀ ਦੇ ਸਕਦੇ। ਮੇਰੀ ਸੁਪਰਵਾਈਜ਼ਰ ਦਿਨ ਦੇ ਵਿੱਚ ਕਿੰਨੀ ਕਿੰਨੀ ਵਾਰੀ ਮੈਨੂੰ ਕਾਲ ਕਰਦੀ ਸੀ ਵੀ ਤੂੰ ਵਾਪਸ ਕਿੱਦਾਂ ਆਉਣਾ, ਕਦੋਂ ਆਉਣਾ, ਹਨਾ। ਫਿਰ ਮੈਂ ਇਹਨਾਂ ਨੂੰ ਵੱਡੀ ਐਪਲੀਕੇਸ਼ਨ ਲੈ ਕੇ ਦਿੱਤੀ, ਉਹ ਕਹਿੰਦੀ ਸੋਰੀ ਮੈਂ ਨੀ ਕੁਛ ਕਰ ਸਕਦੀ, ਤੂੰ ਉੱਪਰ ਜਿਹੜੀ ਮੇਰੇ ਤੋਂ ਉੱਪਰ ਆ ਤੂੰ ਇਹ ਨਾਲ ਗੱਲ ਕਰਕੇ ਦੇਖ ਲਾ। ਮੈਂ ਉਹਦੇ ਨਾਲ ਗੱਲ ਕੀਤੀ, ਉਹ ਕਹਿੰਦੇ ਵੀ ਜੇ ਤੁਸੀਂ ਅਵੇਲੇਬਿਲਟੀ ਦਿੱਤੀ ਆ, ਜੇ ਤੁਹਾਨੂੰ ਕੋਈ ਪ੍ਰੋਬਲਮ ਨੀ, ਤੁਸੀਂ ਰਹਿ ਨੀ ਸਕਦੇ, ਅਸੀਂ ਡੇ ਕੇਅਰ ਪ੍ਰੋਵਾਈਡ ਕਰਦੇ ਹਾਂ, ਤੁਸੀਂ ਉੱਥੇ ਬੱਚਿਆਂ ਨੂੰ ਭੇਜੋ। ਹੁਣ ਇੰਨੀ ਬਿਮਾਰੀ ਦੇ ਵਿੱਚ ਡੇ ਕੇਅਰ ਦੇ ਵਿੱਚ ਜਾ ਕੇ ਤੁਸੀਂ ਡੇਢ ਘੰਟੇ 2 ਜਾਂ 2.5 ਘੰਟੇ ਆ, ਹੁਣ ਤੱਕ ਦੇਖ ਲਓ ਮਾਰਚ ਤੋਂ ਲੈ ਕੇ ਹੁਣ ਤੱਕ ਮੈਂ 2.5 ਜਾਂ 3 ਘੰਟੇ ਸਿਰਫ ਕੰਮ ਕੀਤਾ। ਮੇਰੀ ਅਵੇਲੇਬਿਲਟੀ ਹੈਗੀ 8 ਤੋਂ ਲੈ ਕੇ 4 ਵਜੇ ਤੱਕ। ਅੱਛਾ, ਤੇ ਹੁਣ ਇਹਦੇ ਵਿੱਚ ਜਿਹੜਾ ਇਹ ਫਰਦਰ ਮਤਲਬ ਕਿੰਨੇ ਚਿਰ ਦਾ ਕੰਮ ਹੈ ਜਿਹੜਾ ਆਪਾਂ ਕਰਦੇ ਹਾਂ, ਤੇ ਅੱਗੇ ਸਾਨੂੰ ਇਹ ਕੀ ਕਹਿੰਦੇ ਆ? ਭਾਈ ਕੰਮ ਤਾਂ ਇਹ
ਅਵੇਲੇਬਿਲਿਟੀ ਦਿੱਤੀ ਹੈ ਅਸੀਂ ਸਿਰਫ ਉੱਥੇ ਚਾਰ ਘੰਟੇ ਵੀ ਸਾਨੂੰ ਦੇ ਦੇਣ, ਪੰਜ ਵੀ ਦੇ ਦੇਣ, ਚਲੋ ਠੀਕ ਹੈ ਹਨਾ, ਕਮ ਸੇ ਕਮ ਦੋ ਘੰਟਿਆਂ ਲਈ। ਹੁਣ ਮੇਰਾ ਸਰਦਾ ਨੀ ਸੀ, ਮੈਨੂੰ ਕਹਿ ਦਿੰਦੇ ਵੀ ਤੁਸੀਂ ਘਰੇ ਬਹਿ ਜਾਓ, ਅਸੀਂ ਕਿਸੇ ਹੋਰ ਨੂੰ ਜਿਹਨੂੰ ਦੋ ਮਿਲਦੇ ਆ ਘੰਟੇ ਉਹਨੂੰ ਦੇ ਦਿੰਦੇ ਹੋ। ਇੰਨਾ ਫੋਰਸ ਕਰਦੇ ਆ ਇਹ, ਘਰੇ ਅਸੀਂ ਬਹਿ ਨੀ ਸਕਦੇ, ਨਾ ਹੀ ਸਾਨੂੰ ਕੰਮ ਦਿੰਦੇ ਆ। ਇਹ ਤਾਂ ਬਹੁਤ ਵੱਡੀ ਮੁਸ਼ਕਿਲ ਆ ਜੀ, ਮੈਂ ਤਾਂ ਇਸ ਨੂੰ ਥੋੜਾ ਸੋਚਿਆ ਸੀ। ਬਹੁਤ ਇਹ ਨੀ ਮੈਂ ਕੱਲੀ ਦੀ, ਮੇਰੀ ਪ੍ਰੋਬਲਮ ਜਿੰਨੀਆਂ ਵੀ ਕੁੜੀਆਂ ਕੰਮ ਕਰਦੀਆਂ ਬਹੁਤ ਜ਼ਿਆਦਾ ਔਖੀਆਂ, ਕੋਈ ਬੋਲ ਦਿੰਦੀ ਆ ਕੋਈ ਬੋਲਦੀ ਨੀ, ਹੈਨਾ। ਜਿਨ੍ਹਾਂ ਨੂੰ ਘੰਟੇ ਮਿਲਦੇ ਆ ਠੀਕ ਆ, ਪਰ ਜਿਨ੍ਹਾਂ ਦਾ ਇੰਨਾ ਬੁਰਾ ਹਾਲ ਆ, ਕੋਈ ਕੈਜੂਅਲ ਕੁੜੀਆਂ ਦਾ, ਹੈਨਾ। ਹੁਣ ਮੈਂ ਸਿੰਗਲ ਮੋਮ ਹੋਣ ਦੇ ਨਾਤੇ ਦੋ ਢਾਈ ਘੰਟੇ ਲੱਗਣਗੇ ਮੈਨੂੰ, ਤਾਂ ਮੈਂ ਕਿੰਨਾ ਦਾ ਕਰ ਸਕਦੀ ਹਾਂ, ਕਿੰਨੀ ਕੁ ਮਰੀ ਆਪਦੇ ਘਰੇ ਬੱਚਿਆਂ ਨੂੰ ਪਾ ਸਕਦੀ ਹਾਂ, ਉਹ ਚ ਰੈਂਟ ਵੀ ਦੇਣਾ ਮੈਂ। ਕਮਾਲ ਦੀ ਗੱਲ ਹੈ ਜੀ, ਮੈਂ ਤਾਂ ਹੈਰਾਨ ਹੋਣ ਕੇ, ਮੈਂ ਤਾਂ ਗੱਲਾਂ ਸੁਣ ਕੇ ਹੈਰਾਨ ਹੋ ਰਿਹਾ, ਕਿਹੜੀ ਜਗ੍ਹਾ ਰਹਿ ਰਹੇ ਹਾਂ ਅਸੀਂ, ਐਡਾ ਜ਼ੁਲਮ। ਅਮਨ ਕੌਰ ਜੀ ਲਾਈਨ ਨੰਬਰ 3। ਕਾਲ ਜੀ, ਹੈਲੋ 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 ਜੀ, ਸਤਿ ਸ਼੍ਰੀ ਅਕਾਲ ਜੀ, ਲਾਈਨ ਨੰਬਰ 3। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਨੂੰ ਇਹ ਲੱਗਦਾ ਹੈ ਕਿ ਫਰੇਜ਼ਰ ਹੈਲਥ ਫਰੇਜ਼ਰ ਹੈਲਥ ਆਈ ਆ ਵਧੀਆ ਹੋਇਆ, ਬਟ ਜਿਹੜੀ ਮੈਨੇਜਮੈਂਟ ਆ ਨਾ ਉਹ ਨੀ ਠੀਕ ਹੈਗੀ ਜੀ। ਮੈਨੇਜਮੈਂਟ ਚੇਂਜ ਕਰਨ ਦੀ ਜ਼ਰੂਰਤ ਹੈਗੀ, ਜਿਹੜੇ ਸਕੈਜੂਲਰ ਹੈਗੇ ਆ ਉਹ ਬਿਲਕੁਲ ਗੱਲ ਨੀ ਸੁਣਦੇ, ਸੁਪਰਵਾਈਜ਼ਰ ਬਿਲਕੁਲ ਗੱਲ ਨੀ ਸੁਣਦੇ ਗੇ। ਉੱਥੇ ਜਦੋਂ ਅਸੀਂ ਸਪਲਾਈ ਲੈਣ ਜਾਂਦੇ ਹਾਂ ਨਾ, ਸਾਡੇ ਲਈ ਫਰੇਜ਼ਰ ਹੈਲਥ ਸਪਲਾਈ ਭੇਜਦੀ ਹੈ, ਤੇ ਉੱਥੇ ਏਦਾਂ ਡੋਰ ਨੂੰ ਲੌਕ ਲਾ ਕੇ ਬੈਠੇ ਹੋਏ ਆ, ਅਸੀਂ ਜਾਂਦੇ ਹਾਂ ਡੋਰ ਖੜਕਾਉਂਦੇ ਹਾਂ ਤਾਂ ਜਾ ਕੇ ਡੋਰ ਉਹ ਓਪਨ ਕਰਦੇ ਆ। ਅਸੀਂ ਕਮਿਊਨਿਟੀ ਚ ਕੰਮ ਕਰਦੇ। ਅੱਛਾ, ਇੱਕ ਮੈਨੂੰ ਕਰੈਕਟ ਕਰਿਓ ਅਮਨ ਜੀ, ਕਰੈਕਟ ਕਰਿਓ, ਜਿਹੜਾ ਹੁਣ ਤੁਸੀਂ ਇਹ ਕਹਿ ਰਹੇ ਹੋ ਵੀ ਫਰੇਜ਼ਰ ਹੈਲਥ ਆਈ ਹੈ, ਇਹ ਆਉਣ ਦਾ ਕੀ ਮਤਲਬ ਵੀ ਲੇਟਲੀ ਉਹਨਾਂ ਨੇ ਟੇਕ ਓਵਰ ਕੀਤਾ ਫੈਸਿਲਿਟੀਜ਼ ਨੂੰ? ਹਾਂਜੀ, ਪਹਿਲਾਂ ਪ੍ਰਾਈਵੇਟ ਸੀਗੀ ਕੰਪਨੀ, ਪੈਰਾਮੈਡ ਸੀਗੀ, ਹੁਣ ਸਾਰੀ ਫਰੇਜ਼ਰ ਹੈਲਥ ਹੋ ਗਈ ਹੈ। ਕਿਉਂਕਿ ਜਿਹੜੀ ਕਿੰਨੇ ਅਮਨ ਜੀ, ਸੋਰੀ ਸੋਰੀ, ਇੱਕ ਮਿੰਟ ਮੈਨੂੰ ਦੱਸਿਓ, ਮੈਂ ਥੋੜਾ ਜਿਹਾ ਸੁਣਨ ਵਾਲੇ ਨੂੰ ਪਤਾ ਲੱਗੇ, ਕਿੰਨੀਆਂ ਕੁ ਫੈਸਿਲਿਟੀਆਂ ਜਿਹੜੀਆਂ ਉਹ ਟੇਕ ਓਵਰ ਕੀਤੀਆਂ ਫਰੇਜ਼ਰ ਹੈਲਥ ਨੇ? ਨਹੀਂ ਜੀ, ਫੈਸਿਲਿਟੀਆਂ ਨੀ ਟੇਕ ਓਵਰ ਕੀਤੀਆਂ ਇਹਨਾਂ ਨੇ, ਫੈਸਿਲਿਟੀਆਂ ਤਾਂ ਜਿਹੜੀਆਂ ਪਹਿਲਾਂ ਫਰੇਜ਼ਰ ਹੈਲਥ ਦੀਆਂ ਉਹੀ ਆ, ਇਹਨਾਂ ਨੇ ਸਿਰਫ ਕਮਿਊਨਿਟੀ ਟੇਕ ਓਵਰ ਕੀਤੀ ਹੈ ਜੀ ਸਾਰੇ ਕਿਤੇ। ਓਕੇ ਓਕੇ, ਠੀਕ ਹੈ। ਅੱਛਾ ਜੀ, ਹੁਣ ਅੱਗੇ ਦੱਸੋ। ਪਹਿਲਾਂ ਕਮਿਊਨਿਟੀ ਵੀ ਪ੍ਰਾਈਵੇਟ ਸੀ, ਹੁਣ ਕਮਿਊਨਿਟੀ ਵੀ ਇਹਨਾਂ ਨੇ ਆਪਦੇ ਅੰਡਰ ਲੈ ਲਈ ਆ। ਸੋ ਇਹਨਾਂ ਦੀ ਜਿਹੜੀ ਫਰੇਜ਼ਰ ਹੈਲਥ ਦੀ ਮੈਨੇਜਮੈਂਟ, ਇਹਨਾਂ ਨੇ ਜਿਹੜੀ ਇੱਥੇ ਸਰੀ ਦੇ ਵਿੱਚ ਹੈਗੀ ਆ, ਇਹ ਉਹਨਾਂ ਨੇ ਪੈਰਾਮਿਡ ਵੱਲ ਵੀ ਰੱਖੀ ਆ, ਪ੍ਰਾਈਵੇਟ ਕੰਪਨੀ ਵੱਲ ਵੀ। ਸੋ ਉਹਨਾਂ ਨੇ ਜਿੱਦਾਂ ਉਹਨਾਂ ਦੇ ਸੁਪਰਵਾਈਜ਼ਰ ਹੈ, ਮੇਰੇ ਨਾਲ ਤਾਂ ਖੁਦ ਉਹਨਾਂ ਦਾ ਹੋਇਆ ਝਗੜਾ ਸੁਪਰਵਾਈਜ਼ਰ ਦਾ, ਇੱਦਾਂ ਟ੍ਰੀਟ ਕਰਦੇ ਆ ਕਿ ਪਤਾ, ਆਈ ਡੋਂਟ ਨੋ ਵੀ ਉਹ ਕੀ ਸਮਝਦੇ ਆਪਦੇ ਆਪ ਨੂੰ, ਹਨਾ। ਸੋ ਬਾਕੀ ਆਵਰਸ ਦੀ ਹੈਗੀ ਆ, ਸਾਨੂੰ ਤਾਂ 5 ਸਾਲ ਹੋ ਗਏ ਲੱਗੀ ਨੂੰ। ਸੋ ਮੈਂ ਇੱਥੇ ਮੋਰਨਿੰਗ ਕੰਮ ਕਰਕੇ ਵੀ ਦੇਖ ਲਿਆ, ਮੈਂ ਮੋਰਨਿੰਗ ਕੰਮ ਕਰਕੇ ਵੀ ਦੇਖ ਲਿਆ, ਸਾਰਾ ਦਿਨ ਗੱਡੀਆਂ ਦੇ ਵਿੱਚ 1-2 ਘੰਟੇ ਦੇ ਦਿੰਦੇ ਆ, ਬਿਠਾ ਛੱਡਦੇ ਆ 2 ਘੰਟੇ, ਫਿਰ 1.5 ਘੰਟੇ ਦਾ ਕਲਾਇੰਟ ਦੇ ਦਿੰਦੇ ਆ, 1.5 ਘੰਟੇ ਦੇ ਲਈ ਬਿਠਾ ਦਿੰਦੇ ਆ। ਫਿਰ ਕੀ ਕਰਦੇ ਜੀ, 8-3 ਦੀ ਅਵੇਲੇਬਿਲਟੀ ਦਿੱਤੀ ਆ, ਇਹਨਾਂ ਨੂੰ ਕੀ ਕਰਨਾ, 2-3 ਘੰਟੇ ਸਵੇਰੋਂ ਦੇ ਕੇ, ਜਿਹੜੇ 2.5-3 ਵਾਲਾ ਕਲਾਇੰਟ ਆ ਉਹਦੇ ਲਈ ਤੁਹਾਨੂੰ ਗੱਡੀ 'ਚ ਬੈਠਣਾ ਪੈਣਾ ਜਾਂ ਸਪੈਸ਼ਲ ਕਰਵਾਉਣਾ ਪੈਣਾ। ਤੇ ਜੇ ਅਸੀਂ ਕਹਿੰਦੇ ਹਾਂ, ਸਕੈਜੂਲਰ ਵੀ ਸਾਡੀ ਸਾਨੂੰ ਲਿਸਨ ਨਹੀਂ ਕਰਦੇ, ਤੇ ਨਾ ਕੋਈ ਸੁਪਰਵਾਈਜ਼ਰ ਲਿਸਨ ਕਰਦਾ। ਆਹ ਹਾਲਾਤ ਹੋਏ ਪਏ ਆ ਇੱਥੋਂ ਦੇ। ਇੱਕ ਇੱਕ ਕਿਸੇ ਨੇ ਮੈਨੂੰ ਇਹ ਦੱਸਿਆ ਜੀ ਵੀ ਸੁਪਰਵਾਈਜ਼ਰ ਬਹੁਤ ਬਦਮਾਸ਼ੀ ਕਰਦੇ ਆ, ਸੁਪਰਵਾਈਜ਼ਰਾਂ ਬਾਰੇ ਦੱਸਿਆ ਕਿ ਸੁਪਰਵਾਈਜ਼ਰ ਬਹੁਤ ਮਿਸਬਿਹੇਵ ਕਰਦੇ ਆ। ਹਾਂਜੀ, ਮੈਨੂੰ ਤਾਂ ਉੱਥੇ ਮੇਰੇ ਨਾਲ ਉਹਦੀ ਬਹਿਸ ਹੋਈ, ਤੇ ਮੈਨੂੰ ਤਾਂ ਉਹਨਾਂ ਨੇ ਯੂਨੀਅਨ ਦੇ ਵਿੱਚ ਬੁਲਾਇਆ, ਉਹਨਾਂ ਨੇ ਯੂਨੀਅਨ ਵਾਲੀ ਲੇਡੀ ਸੀ ਪਲੱਸ ਸੁਪਰਵਾਈਜ਼ਰ ਸੀ ਪਲੱਸ ਇੱਕ ਹੋਰ ਲੇਡੀ ਸੀ, ਉਹਨੂੰ ਕਹਿੰਦੇ ਇਹ ਤੁਸੀਂ ਇੱਥੇ ਆਫਿਸ ਦੇ ਵਿੱਚ ਹੰਗਾਮਾ ਕੀਤਾ ਆ, ਤੁਸੀਂ ਰੇਜ ਆਫ ਵਾਇਸ ਕੀਤੀ ਹੈ, ਇਹ ਕੀ ਮਤਲਬ ਹੈ? ਅਸੀਂ ਆਪਣੀਆਂ ਸਪਲਾਈਜ਼ ਲੈਣ ਲਈ ਜਾਂਦੇ ਹਾਂ, ਤੁਸੀਂ ਨਾ ਇੱਕ ਇੱਕ 2-2 ਗਲਵਸ ਸਾਡੇ ਹੱਥ 'ਚ ਫੜਾਉਂਦੇ ਹਾਂ, ਇਹ ਕਿੱਥੇ ਫੇਰ ਆ? ਇਹ ਸਪਲਾਈਜ਼ ਸਾਡੇ ਲਈ ਆ ਰਹੀ ਹੈ, ਨਾ ਕਿ ਸੁਪਰਵਾਈਜ਼ਰਾਂ ਦੇ ਲਈ, ਤੇ ਉੱਥੇ ਵਰਕਰਾਂ ਦੇ ਲਈ ਆ ਰਹੀ ਹੈ ਨਾ। ਸੋ ਮੈਂ ਬਹੁਤ ਅਫਸਰ ਰਹੀ ਪਹਿਲਾਂ ਤਾਂ, ਮਤਲਬ ਕੰਮ ਕਰ ਜਾਂਦੀ, ਮੈਂ ਯੂਨੀਵਰਸਿਟੀ ਵੀ ਕੰਮ ਕਰਦੀ ਹਾਂ, ਮੈਂ ਸਟੱਡੀ 'ਚ ਵੀ ਕੰਮ ਕਰਦੀ ਹਾਂ, ਸਾਡੇ ਯੂਨੀਵਰਸਿਟੀ ਦੇ ਸੁਪਰਵਾਈਜ਼ਰ ਬਹੁਤ ਵਧੀਆ ਹੈਗੇ ਆ, ਆਈ ਲਾਈਕ ਟੂ ਵਰਕ ਹੀਅਰ। ਸੋ ਸਰੀ ਦੇ ਵਿੱਚ
ਕੋਈ ਜਿੰਨੀਆਂ ਵੀ ਕੁੜੀਆਂ ਵਾ ਤੁਸੀਂ ਜਿੰਨੀਆਂ ਵੀ ਜੋਨਾਂ ਦੇ ਵਿੱਚ ਇਹਨਾਂ ਨੇ ਜੋਨ ਸਰੀ ਜਿਹੜੀਆਂ ਸਾਰੀ ਜੋਨਾਂ ਦੇ ਵਿੱਚ ਹਿੱਸਿਆਂ 'ਚ ਡਿਵਾਈਡ ਕੀਤੀ ਆ, ਜਿਹਨਾਂ ਨੂੰ ਮਰਜ਼ੀ ਕਾਲ ਕਰਕੇ ਦੇਖ ਲਓ ਕੁੜੀਆਂ ਉਹਨਾਂ ਤੋਂ ਬਹੁਤ ਅਪਸੈਟ ਹੈਗੀਆਂ ਆ। ਫਿਰ ਇਹ ਕੀ ਕਰਦੇ ਕੈਜੂਅਲਾਂ ਨੂੰ ਕੋਈ ਆਵਰਤ ਨਹੀਂ ਦਿੰਦੇ ਆਪਣੇ, ਜੇ ਉਹਨਾਂ ਨੂੰ ਕਹਿਣ ਜਾਂਦੇ ਆਫਿਸ ਨੂੰ ਆਵਰਤ ਨਹੀਂ ਮਿਲਦੀ, ਕਹਿਣਗੇ ਤੁਸੀਂ ਤਾਂ ਕੈਜੂਅਲ ਆ, ਤੁਹਾਡੇ ਆਵਰਤ ਕੋਈ ਗਰੰਟਡ ਨਹੀਂ ਹੈਗੇ, ਤੁਹਾਨੂੰ ਦਿਨ 'ਚ ਇੱਕ ਘੰਟਾ ਵੀ ਮਿਲ ਸਕਦਾ, ਦੋ ਵੀ ਮਿਲ ਸਕਦੇ ਆ, ਤੁਹਾਨੂੰ ਦੋ ਘੰਟੇ ਵੀ ਨਹੀਂ ਮਿਲ ਸਕਦੇ ਜੀ। ਤੇ ਸਾਰੀਆਂ ਜਿਹੜੀਆਂ ਪਰਮਾਨੈਂਟ ਕੁੜੀਆਂ ਆ ਉਹਨਾਂ ਦੇ ਲਾਸਟ ਈਅਰ ਵੀ ਉਹਨਾਂ ਨੇ 5 hours ਇਨਕਰੀਜ਼ ਕਰਤੇ, ਹੁਣ ਇਹਨਾਂ ਨੇ ਫਿਰ ਉਹਨਾਂ ਦੇ 5 ਘੰਟੇ ਇਨਕਰੀਜ਼ ਕਰਤੇ, ਉਹਨਾਂ ਨੂੰ 40-40 ਘੰਟੇ ਦੇ ਰਹੇ ਆ ਇਹ। ਉਹ ਸਿਰਫ ਪਰਮਾਨੈਂਟਾਂ ਨੂੰ ਹੈਪੀ ਕਰ ਰਹੇ ਆ, ਕੈਜੂਅਲਾਂ ਦੀ ਇੱਥੇ ਕੋਈ ਸੁਣਵਾਈ ਨਹੀਂ ਹੈਗੀ ਜੀ। ਫਿਰ ਸਾਡੇ ਲਈ ਆਵਾਜ਼ ਨਹੀਂ ਹੈਗੇ, ਹੋਰ ਹਾਇਰਿੰਗ ਕਰ ਰਹੇ ਆ। ਜਦੋਂ ਅਸੀਂ ਇਹ ਮੁੱਦਾ ਉਠਾਇਆ ਕਿ ਤੁਸੀਂ ਹਾਇਰਿੰਗ ਕਿਉਂ ਕਰ ਰਹੇ ਹੋ, ਤੁਹਾਡੇ ਕੋਲ ਆਵਰਤ ਤਾਂ ਸਾਡੇ ਲਈ ਨਹੀਂ ਹੈਗੇ, ਉਹ ਕਹਿੰਦੇ ਆ ਈਵਨਿੰਗ ਨਹੀਂ ਅਵੇਲੇਬਲ ਹੈਗੇ, ਸਾਨੂੰ ਨਾਈਟ ਟਾਈਮ ਲਈ ਚਾਹੀਦੇ ਆ। ਜਦੋਂ ਅਸੀਂ ਈਵਨਿੰਗ ਕਰਦੇ ਸੀ, ਮੈਂ ਤਾਂ ਈਵਨਿੰਗ ਵੀ ਕਰਦੀ ਸੀ, ਮੈਂ ਤਾਂ ਉਦੋਂ ਵੀ ਗੱਡੀ 'ਚ ਬੈਠੀ ਰਹਿੰਦੀ ਸੀਗੀ। ਅੱਛਾ ਜੀ, ਆਈ ਡੋਨਟ ਨੋ। ਹਾਂਜੀ ਨਹੀਂ, ਇਹ ਹੁਣ ਮਤਲਬ ਇਹ ਤਾਂ ਬਹੁਤ ਵੱਡੀ ਇੱਕ ਮੁਸ਼ਕਲ ਦੇ ਵਿੱਚੋਂ ਕਮਿਊਨਿਟੀ ਲੰਘ ਰਹੀ ਹੈ। ਮੈਂ ਤਾਂ ਹੈਰਾਨ ਹੋ ਗਿਆ ਅੱਜ ਲੋਕਾਂ ਦੀ ਇਹ ਫੋਨ ਕਾਲ ਤੇ ਮੈਸੇਜ ਸੁਣ ਕੇ ਵੀ ਅਸੀਂ ਕਿਹੜੇ ਯੁੱਗ 'ਚ ਰਹਿ ਰਹੇ ਹਾਂ। ਹਾਂਜੀ, ਹੁਣ ਅਸੀਂ ਤਾਂ ਆਫਿਸ ਦੇ ਵਿੱਚ ਕਈ ਵਾਰ ਸੁਪਰਵਾਈਜ਼ਰ ਦੇ ਨਾਲ ਮੀਟਿੰਗ ਵੀ ਕਰ ਲਈ ਹੈ। ਚਲੋ ਆਪਣੀਆਂ ਇੰਡੀਅਨ ਕੁੜੀਆਂ ਆ, ਜਿੱਦਾਂ ਚਲੋ ਜੇ ਆਪਾਂ ਕਹੀਏ ਵੀ ਹੁਣ ਮੈਂ ਇੰਡੀਆ ਤੋਂ ਆਈ ਹਾਂ, ਮੈਨੂੰ ਆਈ ਨੂੰ ਇੱਥੇ 15 ਸਾਲ ਹੋ ਗਿਆ, ਜੇ ਆਪਾਂ ਕਹੀਏ ਮੇਰੀ ਇੰਗਲਿਸ਼ ਬਹੁਤ ਜ਼ਿਆਦਾ ਫਲੂਐਂਟ ਹੈਗੀ ਹੈ, ਨੋ, ਪਰ ਮੈਂ ਇੰਗਲਿਸ਼ ਬੋਲਦੀ ਹਾਂ, ਪਰ ਜੇ ਮੈਂ ਕਹਾਂ ਵੀ ਮੈਂ ਗੋਰਿਆਂ ਦੀ ਤਰ੍ਹਾਂ ਬੋਲਦੀ ਹਾਂ, ਨਹੀਂ। ਤਾਂ ਬਹੁਤ ਸਾਰੀਆਂ ਕੁੜੀਆਂ ਹੈਗੀਆਂ ਜਿਹਨਾਂ ਨੂੰ ਇੰਗਲਿਸ਼ ਦੀ ਵੀ ਥੋੜ੍ਹੀ ਬਹੁਤੀ ਪ੍ਰੋਬਲਮ ਆਉਂਦੀ ਹੈ, ਹਨਾ, ਉਹ ਇਸੇ ਝੇਬਰੇ ਵਿੱਚ ਹੀ ਕੰਮ ਕਰੀ ਜਾਂਦੇ ਨੇ ਵੀ ਸਾਨੂੰ ਪਤਾ ਨਹੀਂ ਉੱਥੇ ਆਫਿਸ ਦੇ ਵਿੱਚ ਕੀ ਪੁੱਛਣਾ ਉਹਨਾਂ ਨੇ, ਕੀ ਨਹੀਂ ਪੁੱਛਣਾ, ਹੈ, ਪਰ ਸਾਨੂੰ ਡਰ ਨਹੀਂ ਹੈਗਾ, ਕੰਮ ਕਰ ਰਹੇ ਹਾਂ। ਅਮਨ ਜੀ, ਇੱਕ ਦੱਸਿਓ ਮੈਨੂੰ, ਤੁਹਾਡੇ ਕੋਲ ਹਿਊਮਨ ਰਿਸੋਰਸਿਸ ਦਾ ਕੋਈ ਮੈਨੇਜਰ ਵਗੈਰਾ ਨਹੀਂ ਹੈ ਤੁਹਾਡੇ ਗਰੁੱਪ 'ਚ ਜਿਹੜਾ ਕੋਈ ਤੁਹਾਡੀ ਸੁਣਦਾ ਹੋਵੇ? ਨਹੀਂ ਜੀ, ਜੂਨੀਅਰ ਹੈਗੀ ਹੈ, ਜੂਨੀਅਰ ਦੇ ਅਸੀਂ ਕੰਪਲੇਂਟ ਕਰਦੇ ਹਾਂ ਜੂਨੀਅਰ ਨੂੰ, ਜੂਨੀਅਰ ਹੁਣ ਮੇਰੀ ਅੱਜ ਮੀਟਿੰਗ ਹੋਣੀ ਹੈ ਜੂਨੀਅਰ ਦੇ ਵਿੱਚ, ਹਨਾ, ਸੋ ਮੈਂ ਅਵੇਲੇਬਿਲਟੀ, ਮੈਂ ਉਹਨਾਂ ਨੂੰ ਕਿਹਾ ਤੁਹਾਡੇ ਕੋਲ ਆਵਾਜ਼ ਨਹੀਂ ਹੈਗੀ, ਹਨਾ, ਸੋ ਮੈਂ ਤਾਂ ਸਿਰਫ 2 ਦਿਨ ਕੰਮ ਕਰਨਾ ਚਾਹੁੰਦੀ ਹਾਂ, ਮੈਂ ਆਪਦਾ 3rd day ਹੈ ਜਿਹੜਾ ਉਹ ਨਿਊ ਈਅਰ ਵਿੱਚ ਜਾਣਾ ਮੰਗਦੀ ਹਾਂ। ਇਹ ਕਹਿੰਦੇ ਅਸੀਂ ਬਲੈਕਆਊਟ ਪੀਰੀਅਡ ਚੱਲ ਰਿਹਾ, ਅਸੀਂ ਅਵੇਲੇਬਿਲਟੀ ਤੁਹਾਡੀ ਡੇਜ ਕੱਟ ਨਹੀਂ ਕਰ ਸਕਦੇ, ਹਨਾ, ਸੋ ਹੁਣ ਮੈਂ ਆਈ ਡੋਂਟ ਨੋ ਕੀ ਉਹਨਾਂ ਨੇ ਕਹਿਣਾ ਆ, ਪਰ ਜੇ ਬਲੈਕਆਊਟ ਪੀਰੀਅਡ ਹੈਗਾ ਆਵਰ ਸਾਨੂੰ ਮਿਲ ਨਹੀਂ ਰਹੇ ਗੇ, $10,000 ਸਪੈਂਡ ਕੀਤਾ ਹੋਇਆ ਵਧੀਆ ਕੋਰਸਾਂ ਦੇ, ਵਧੀਆ ਕਾਲਜਾਂ ਦੇ ਵਿੱਚ ਅਸੀਂ ਕੋਰਸ ਕੀਤੇ ਹੋਏ ਆ ਨਾ, ਸੋ ਜੇ ਹੁਣ ਅਸੀਂ ਕਹਿੰਦੇ ਹਾਂ, ਫਿਰ ਸਾਨੂੰ ਕਹਿ ਦਿੰਦੇ ਵੀ ਤੁਸੀਂ ਫੈਸਿਲਿਟੀਆਂ 'ਚ ਚਲੇ ਜਾਓ, ਹਨਾ, ਸਾਡਾ ਜਿਹੜਾ ਡਾਇਰੈਕਟਰ ਆ ਉਹ ਸਾਨੂੰ ਕਹਿੰਦਾ ਕਿ ਤੁਸੀਂ ਫੈਸਿਲਿਟੀਆਂ ਦੀ ਜੋਬ ਕਰ ਲਓ, ਹੁਣ ਉਹਨਾਂ ਨੂੰ ਲੋੜ ਆ, ਉਹ ਸਾਨੂੰ ਫੈਸਿਲਿਟੀਆਂ ਦੇ ਲਈ ਇਨਵਾਈਟ ਕਰ ਰਹੇ ਆ, ਹਨਾ, ਬਟ ਜਦੋਂ ਹੀ ਇਹ ਵਾਇਰਸ ਸਟਾਪ ਹੋ ਗਿਆ ਫਿਰ ਉਹਨਾਂ ਨੇ ਸਾਨੂੰ ਫੈਸਿਲਿਟੀਆਂ ਦੇ ਵਿੱਚੋਂ ਵੀ ਪੁੱਲ ਆਊਟ ਕਰ ਦੇਣਾ ਆ, ਤੇ ਜਦੋਂ ਸਾਨੂੰ ਜ਼ਰੂਰਤ ਹੈਗੀ ਸਾਨੂੰ ਤਾਂ ਕਿਤੇ ਵੀ ਕੰਮ ਨਹੀਂ ਮਿਲ ਰਿਹਾ ਗਿਆ, ਜਦੋਂ ਇਹਨਾਂ ਨੂੰ ਜ਼ਰੂਰਤ ਆ ਫਿਰ ਸਾਨੂੰ ਕਹਿੰਦੇ ਵੀ ਤੁਸੀਂ ਹੋਸਪਿਟਲ 'ਚ ਵੀ ਆ ਸਕਦੇ ਆ, ਤੁਸੀਂ ਫੈਸਿਲਿਟੀ 'ਚ ਵੀ ਆ ਸਕਦੇ ਆ, ਤੁਸੀਂ ਸਾਰੇ ਕਿਤੇ ਚਲੇ ਜਾਓ, ਬਟ ਜਦੋਂ ਪਹਿਲਾਂ ਸਾਨੂੰ ਇਹੋ ਜਿਹੀ ਆਫਰ ਤਾਂ ਕੋਈ ਕੀਤੀ ਨਹੀਂ ਇਹਨਾਂ ਨੇ, ਹੁਣ ਇਹ ਵਾਇਰਸ ਹੋ ਗਿਆ, ਸਾਰੇ ਕਿਤੇ ਸਟਾਫ ਦੀ ਸ਼ੋਰਟੇਜ ਹੋ ਗਈ ਆ ਹੋਸਪਿਟਲਾਂ 'ਚ, ਫੈਸਿਲਿਟੀਆਂ ਦੇ ਵਿੱਚ, ਹੁਣ ਇਹ ਕਮਿਊਨਿਟੀ ਹੈਲਥ ਵਰਕਰਾਂ ਨੂੰ ਕਹਿ ਰਹੇ ਆ ਕਿ ਆਓ ਤੁਸੀਂ ਸਾਈਨ ਕਰੋ, ਅਸੀਂ ਤੁਹਾਨੂੰ ਕੇਅਰ ਹੋਮਾਂ ਦੇ ਵਿੱਚ ਭੇਜ ਰਹੇ ਹਾਂ। ਥੈਂਕ ਯੂ ਜੀ, ਅਮਨ ਜੀ ਧੰਨਵਾਦ, ਥੈਂਕ ਯੂ। ਇਹੀ ਕਹਿਣਾ ਅਮੈਰੀਕਨ ਜਿੰਨੇ ਮੇਰੇ ਦੋਸਤ ਨੇ ਚੌਹਾਨ ਹੋਣੀ ਸੰਘੇ ਹੋਣੀ ਸੁਣ ਕੇ ਉਹ ਕਹਿੰਦੇ ਨੇ ਯਾਰ ਹੈਰਾਨ ਹੋ ਗਈ, ਤੁਸੀਂ ਕਿਹੜੇ ਦੇਸ਼ ਚ ਰਹਿੰਦੇ ਹੋ, ਕਿਹੜਾ ਦੇਸ਼ ਹੈ ਤੁਹਾਡਾ ਇਹ, ਵਟ ਦਾ ਐਫ ਗੋਇੰਗ ਔਨ ਮੈਨ, ਦਿਸ ਦਾ ਸੰਘਾ, ਮੈਂ ਹੁਣ ਕੀ ਕਹੀਏ, ਚੌਹਾਨ ਗਰਮ ਹੋਇਆ ਬੈਠਾ ਮਿਨੀਐਪਲਿਸ ਦੇ ਵਿੱਚ, ਕਹਿੰਦਾ ਬਾਈ ਜੀ ਤੁਸੀਂ ਆ ਜੰਗਲ ਦਾ ਰਾਜਾ ਤੁਹਾਡੇ ਇਹ। ਮੈਂ ਕਿਹਾ ਮਿੱਤਰਾ ਆ ਕੇ ਵੇਖੇ, ਜਿੱਥੇ ਵੱਧ ਕਮਿਊਨਿਟੀ 'ਚ ਰਹਿਣ ਦਾ ਫਾਇਦਾ ਹੈ ਉੱਥੇ ਪੰਗਾ ਵੀ ਹੈ, ਸਾਡੇ ਚੌਕਦਾਰ ਨੇ, ਸਾਡੇ ਸੂਬੇਦਾਰ ਨੇ, ਸਾਡੇ ਮੰਤਰੀ ਨੇ, ਸਾਡੇ ਸੰਤਰੀ ਨੇ, ਸਾਡੇ ਸ਼ਮਕਾਂ ਪੈਂਦੀਆਂ। ਵਪਾਰਕ ਸੰਦੇਸ਼, ਸੁਰਿੰਦਰ ਕੌਰ ਜੀ ਤੇ 2 ਗੁਪਤ ਕਾਲਰ, ਉਹਨਾਂ ਨਾਲ ਗੱਲ ਕਰਕੇ ਇਸ ਨੂੰ ਸਮੇਟਾਂਗਾ। ਅੱਜ ਏਅਰ ਇੰਡੀਆ ਦੇ ਡਿਜ਼ਾਸਟਰ ਦੀ ਗੱਲ ਕਰੇ, ਪਰ ਤੁਹਾਡੇ ਨਾਲ ਮੈਂ ਵਾਅਦਾ ਕਰਦਾ ਇਸ ਗੱਲ ਤੇ ਪਹਿਰਾ ਦੇ ਕੇ ਆਪਾਂ ਕੋਸ਼ਿਸ਼ ਕਰਾਂਗੇ ਇਸ ਗੱਲ ਦੀ। ਤੁਹਾਨੂੰ ਪਲੀਜ਼ ਮੈਨੂੰ ਤੁਸੀਂ ਫੋਨ ਵੀ ਕੋਈ ਜਿਹੜਾ ਨਿੱਜੀ ਤੌਰ ਤੇ ਕੋਈ ਕੋਈ ਹੋਰ ਮੈਨੂੰ ਅਪਡੇਟ ਕਰਨਾ ਹੋਵੇ ਜੇ ਇਸ ਨੂੰ ਪਰਸਿਊ ਕਰੀਏ ਤਾਂ ਕਿਵੇਂ ਕਰੀਏ। ਜਿਵੇਂ ਨਾ ਸਰੀਰ ਅੰਬਿਆਂ ਨੀ ਪਿਆ ਹੁੰਦਾ ਥੱਕ ਕੇ ਵੀ ਕਿਤੇ ਪੋਟਾ ਨੀ ਲੱਗਦਾ, ਸਰੀਰ ਦਾ ਜ਼ੋਰ ਜਾਂ ਲੱਗਦਾ ਨਾ, ਇੱਕ ਸ਼ਬਦ ਹੈ ਮਾਲਵੇ ਚ ਅਸੀਂ ਬੋਲਦੇ ਹਾਂ ਵੀ ਅੰਬਿਆ ਪਿਆ ਸਰੀਰ,
ਵੀ ਜਿਵੇਂ ਨਾ ਗੁਲਗੁਲੇ ਮੂੰਹ ਪਿਲਪਲਾ ਹੋਇਆ ਪਿਆ ਤੇ ਫੁੱਲ ਨੀ ਲੱਗਦਾ ਉਂਗਲ ਦਾ, ਹੱਥ ਨਾਲ ਆਈ ਬਾਈਸ ਹੈ ਜਿਵੇਂ ਪਰਿੰਡਾਂ ਲੜੀਆਂ ਹੁੰਦੀਆਂ ਨਾ, ਇਉਂ ਹਾਲ ਹੋ ਜਾਂਦਾ ਜਦ ਕਿਸੇ ਵੀ ਇੱਕ ਪ੍ਰੋਫੈਸ਼ਨ ਨੂੰ ਛੇੜਦੇ ਆ ਇੱਕ ਪ੍ਰੋਫੈਸ਼ਨ। ਮੈਨੂੰ ਜਾਂ ਇਹ ਆ ਵੀ ਕੋਈ ਇਹ ਦੁੱਖ ਦੀ ਗੱਲ ਨੀ ਕਰਦਾ, ਅਸਲ ਸੱਚ ਇਹ ਹੈ ਨਾ ਸਰਕਾਰੇ ਦਰਬਾਰੇ ਕੋਈ ਨੀ ਵਿਗਾੜਨਾ ਚਾਹੁੰਦਾ ਮਿੱਤਰੋ, ਸਿਆਣੀ ਗੱਲ ਇਹ ਹੈ। ਏਅਰ ਇੰਡੀਆ ਦੀ ਅੱਜ ਡਿਜ਼ਾਸਟਰ ਹੋਇਆ, ਕਿਸੇ ਨੇ ਇਹਨਾਂ ਦੇ ਦੰਦਈਆਂ ਦੇ ਵਿੱਚ ਇੱਟ ਨਹੀਂ ਮਾਰਨੀ, ਬਸ ਇੱਧਰਲੀਆਂ ਕਰ ਲਓ ਉੱਧਰਲੀਆਂ ਕਰ ਲਓ, ਖੱਬੇ ਪੱਖੀ ਰੁਝਾਨ ਦੀਆਂ ਕਰ ਲਓ, ਸੁਣਾ ਲਓ ਮਖਮਲੀ ਗੱਲਾਂ ਇੱਧਰ ਉੱਧਰ ਕਰਕੇ, ਉਹ ਕਹਿੰਦਾ ਬੱਤਾਂ ਲਾ ਤੂੰ ਗਾਂਹ ਹੋ। ਆਹ ਹੁਣ ਇੱਥੇ ਵਿਗੜਦੀ ਹੈ, ਹੁਣ ਰੈੱਡ ਕਾਰਪੈਟ ਤੇ ਜਿਹੜਾ ਡਿਨਰ ਹੋਣਾ ਹੈ ਉੱਥੇ ਵੀ ਜਾਣਾ, ਵਿਕਟੋਰੀਆ ਵੀ ਗੇੜਾ ਕੱਢ ਕੇ ਆਉਣਾ ਇੱਕ ਦਿਨ ਸਰਕਾਰੀ ਖਾਤੇ ਦੇ। ਇੱਕ ਬੰਨੇ ਆ ਜਿੱਥੇ ਖੇਸੀ ਦੀ ਬੁੱਕਲ ਮਾਰੀ ਮੂਹਰੇ ਬੈਠੇ ਆ, ਜਲਸਾ ਚੱਲਦਾ ਤੇ ਉਹਨਾਂ ਨੇ ਗੱਲਾਂ ਕਰਨੀਆਂ। ਸੁਰਿੰਦਰ ਕੌਰ ਜੀ ਲਾਈਨ ਨੰਬਰ 4। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ ਭਾਜੀ, ਮੈਂ ਵੀ ਐਜ਼ ਏ ਕੇਅਰ ਏਡ ਕੰਮ ਕਰਦੀ ਆ ਫਰੇਜ਼ਰ ਹੈਲਥ ਦੇ ਨਾਲ, 5 ਸਾਲ ਹੋ ਗਏ ਮੈਨੂੰ ਇਹਨਾਂ ਨਾਲ ਕੰਮ ਕਰਦੇ ਆ, ਪਰ ਉਹ ਹੀ ਮੇਰੀ ਵੀ ਸੇਮ ਇਸ਼ੂ ਆ ਕਿ ਮੇਰੀ ਅਵੇਲੇਬਿਲਿਟੀ ਸਵੇਰੇ ਇਹਨਾਂ ਨੇ 8 ਵਜੇ ਤੋਂ ਪਹਿਲਾਂ 10 ਵਜੇ ਤੱਕ ਲਈ ਹੋਈ ਸੀ, ਹੁਣ ਮੈਂ 8 ਤੋਂ 8 ਕੀਤੀ, ਜਿਹਦੇ ਵਿੱਚ ਮੈਨੂੰ ਆਵਰ ਮਿਲਦੇ ਆ 4, 4:30, 4:30, 4:30, 12-13 ਘੰਟਿਆਂ ਦੇ ਵਿੱਚ ਮੈਂ 4 ਤੋਂ 4:30 ਘੰਟੇ ਲਾਉਂਦੀ ਹਾਂ। ਜਿਹਦੇ ਨਾਲ ਤੁਸੀਂ ਸੋਚੋ ਕਿ ਇੱਦਾਂ ਦੇ ਟਾਈਮ ਦੇ ਵਿੱਚ ਕਿੱਦਾਂ ਤੁਸੀਂ ਆਪਣੇ ਬੱਚੇ ਪਾਲਣੇ, ਕਿੱਦਾਂ ਤੁਸੀਂ ਆਪਣੀ ਫੈਮਿਲੀ ਚਲਾਉਣੀ ਆ। ਫਿਰ ਇਹ ਨਹੀਂ ਕਿ ਅਸੀਂ ਕਿਤੇ ਹੋਰ ਕੰਮ ਨਹੀਂ ਕਰਨਾ ਚਾਹੁੰਦੇ, ਬਹੁਤ ਵਾਰ ਇਹਨਾਂ ਨਾਲ ਇਹ ਹੋਇਆ ਕਿ ਮੈਂ ਜਾ ਕੇ ਕਿਹਾ ਕਿ ਮੇਰੀ ਟੈਂਪਰੇਰੀ ਅਵੇਲੇਬਿਲਿਟੀ ਚੇਂਜ ਕਰ ਦਿਓ, ਮੈਂ ਕਿਤੇ ਕੰਮ ਹੋਰ ਲੱਭਣਾ, ਕਿਉਂਕਿ ਮੈਂ ਇੱਥੇ ਸਰਵਾਈਵ ਨਹੀਂ ਕਰ ਸਕਦੀ। ਉਹ ਵੀ ਸਾਡੇ ਲਈ ਕੋਈ ਵੀ ਇਹਨਾਂ ਕੋਲ ਸਲੂਸ਼ਨ ਹੈ ਨਹੀਂ, ਉਹਦੇ ਲਈ ਵੀ ਸਾਨੂੰ ਰਿਫਿਊਜ਼ਲ ਲਿਆ ਕਿ ਨਹੀਂ ਇਹ ਵੀ ਨਹੀਂ ਹੋ ਸਕਦਾ ਤੁਹਾਡਾ। ਮੈਂ ਦੂਸਰੀ ਗੱਲ ਇਹ ਕਿ ਅਸੀਂ ਕੈਜੂਅਲ ਆ, ਓਕੇ ਅਸੀਂ ਜੂਨੀਅਰ ਨੂੰ ਇਕੁਅਲ ਫੀਸ ਪੇ ਕਰਦੇ ਹਾਂ ਕਿ ਅਸੀਂ ਕੈਜੂਅਲ ਆ, ਡਜ਼ਨਟ ਮੈਟਰ, ਸਾਡੀ ਫੀਸ ਕੱਟ ਆਫ ਕਰਦੇ ਹਾਂ। ਜਦੋਂ ਅਸੀਂ ਜੂਨੀਅਰ ਕੋਲ ਇਸ਼ੂ ਲੈ ਕੇ ਜਾਂਦੇ ਹਾਂ, ਸਾਡੇ ਕੋਲ 1 ਘੰਟਾ ਮੈਨੂੰ ਸਵੇਰੇ 8 ਤੋਂ 9 ਮਿਲ ਗਿਆ, ਫਿਰ ਮੈਨੂੰ 12 ਤੋਂ 12:30 ਮਿਲ ਗਿਆ, ਫਿਰ ਮੈਨੂੰ 3 ਤੋਂ 3:30, ਅੱਧਾ ਘੰਟਾ ਮਿਲ ਗਿਆ, ਫਿਰ ਸ਼ਾਮੀ ਮਿਲ ਗਿਆ 6 ਵਜੇ, ਰਾਈਟ? ਮੇਰਾ ਤਾਂ ਸਾਰਾ ਦਿਨ ਚਲਾ ਗਿਆ। ਜੇ ਜਾ ਕੇ ਜੂਨੀਅਰ ਕੋਲ ਕਰਦੇ ਹਾਂ, ਉਹਨਾਂ ਨੇ ਪਹਿਲਾਂ ਪੁੱਛਣਾ ਤੁਸੀਂ ਰੈਗੂਲਰ ਆ ਕਿ ਕੈਜੂਅਲ ਆ। ਜੇ ਤੁਸੀਂ ਕਹਿ ਤਾ ਕੈਜੂਅਲ, ਉਹਨਾਂ ਕਹਿਣਾ ਕੋਈ ਗਰੰਟੀ ਨੀ ਤੁਹਾਡੀ, ਰਾਈਟ? ਤੁਹਾਨੂੰ ਅੱਧਾ ਘੰਟਾ ਵੀ ਹੋ ਸਕਦਾ ਆ, ਇਹ ਕੋਈ ਸਲੂਸ਼ਨ ਨਹੀਂ ਆ, ਰਾਈਟ? ਫਿਰ ਅਸੀਂ ਜੇ ਸਾਨੂੰ ਜੇ ਤੋਂ ਇਹਨਾਂ ਨੇ ਹਾਇਰ ਕੀਤਾ ਸੀ, ਸਾਨੂੰ ਉਦੋਂ ਦੱਸਦੇ ਕਿ ਤੁਸੀਂ ਅਵੇਲੇਬਿਲਿਟੀ ਆਪਣੀ ਇੰਨੀ ਦਿਓ ਕਿ ਅਸਾਂ ਤੁਸੀਂ ਅੱਧਾ ਘੰਟਾ ਵੀ ਤੁਹਾਨੂੰ ਮਿਲ ਸਕਦਾ ਆ, ਅਸੀਂ ਦਿੰਦੇ ਨਹੀਂ, ਅਸੀਂ ਕਹਿੰਦੇ ਓਕੇ ਅਸੀਂ ਤਾਂ ਇਹ ਜੋਬ ਹੀ ਨਹੀਂ ਲੈਣੀ। ਫਿਰ ਉਦੋਂ ਇਹਨਾਂ ਨੇ ਕਿਹਾ ਜਿੰਨੀ ਅਵੇਲੇਬਿਲਿਟੀ ਦਓਗੇ ਉਨੇ ਤੁਹਾਨੂੰ ਘੰਟੇ ਮਿਲ ਜਾਣਗੇ। ਕੁੜੀਆਂ ਸਾਰੀਆਂ ਨੇ ਦੇ ਦਿੱਤੀ ਕਿ ਓਕੇ ਠੀਕ ਹੈ ਅਸੀਂ ਕੰਮ ਕਰਾਂਗੇ, ਹਰ ਕੋਈ ਕੰਮ ਚਾਹੁੰਦਾ ਆ। ਪਰ ਹੁਣ ਇਸ਼ੂ ਆ, ਨਾ ਸਾਡਾ ਯੂਨੀਅਨ ਸਾਡੀ ਬਾਂਹ ਫੜਦੀ ਆ, ਨਾ ਸਾਡਾ ਕੋਈ ਫਰੇਜ਼ਰ ਹੈਲਥ ਵਾਲੇ ਸਾਡੀ ਬਾਂਹ ਫੜਦੇ, ਬਿਕੋਜ਼ ਤੁਸੀਂ ਕੈਜੂਅਲ ਆ, ਤੁਹਾਨੂੰ ਅੱਧਾ ਘੰਟਾ ਦੇ ਤਾਂ ਤੁਸੀਂ ਬੋਲ ਨਹੀਂ ਸਕਦੇ। ਸੋ ਮੈਨੂੰ ਸਮਝ ਨਹੀਂ ਆਉਂਦੀ ਕਿ ਕੈਜੂਅਲ ਆ, ਪਰ ਹੈ ਤੇ ਇੰਪਲੋਈ, ਅਸੀਂ ਫਰੇਜ਼ਰ ਹੈਲਥ ਦੇ ਹੀ ਆ ਨਾ, ਤੁਹਾਨੂੰ ਹਾਇਰ ਕਿਉਂ ਕੀਤਾ ਹੋਇਆ ਫਿਰ? ਬਿਲਕੁਲ ਬਿਲਕੁਲ। ਹਾਂਜੀ, ਫਿਰ ਇਹਨਾਂ ਨੇ ਦੂਸਰੀ ਗੱਲ ਇਹ ਕਿ ਜਦੋਂ ਇਹ ਕਹਿੰਦੇ ਕਿ ਹਾਂਜੀ ਸੁਰਿੰਦਰ ਜੀ, ਭੈਣ ਜੀ, ਇਹ ਕੱਚਿਆਂ ਤੋਂ ਪੱਕੇ ਕਦ ਹੋਣਗੇ ਜੀ? ਕਿੰਨਾ ਸਮਾਂ ਲੱਗਦਾ ਤੁਹਾਨੂੰ ਪੱਕੇ ਹੋਣ ਲਈ? ਜੀ ਅਸੀਂ ਕੋਈ ਹੋਪ ਹੀ ਨਹੀਂ ਰੱਖੀ ਹੋਈ, ਉਹ ਤੇ ਕੋਈ ਹੋਪ ਰੱਖੀ ਨਹੀਂ ਅਸੀਂ, ਕਿਉਂਕਿ ਇਹਨਾਂ ਨੇ ਕਿਹਾ ਹੋਇਆ ਕਿ ਤੁਹਾਨੂੰ ਮਿਲਣੀ ਆ ਸੀਨੀਓਰਟੀ ਤੇ। ਤੁਸੀਂ ਆਪ ਸੋਚੋ, ਜੇ ਹੁਣ ਮੇਰੀ 13 ਘੰਟੇ ਦੀ ਜੇ ਅਵੇਲੇਬਿਲਿਟੀ ਤੇ ਮੈਨੂੰ ਉਹਦੇ ਚ 2 ਘੰਟੇ ਮਿਲ ਰਹੇ ਆ, ਮੈਂ ਸੀਨੀਓਰਟੀ ਕਿੱਥੋਂ ਬਣਾ ਲੈਣੀ ਆ? ਮੇਰੀ ਸੀਨੀਓਰਟੀ ਬਣਨੀ ਨੀ, ਇਹਦੇ ਚ ਮੇਰਾ ਕਸੂਰ ਨੀ, ਮੈਂ ਆਪਣੀ ਅਵੇਲੇਬਿਲਿਟੀ ਫੁੱਲ ਦਿੱਤੀ ਹੋਈ ਆ, ਇਹਨਾਂ ਨੇ ਮੈਨੂੰ ਆਵਰਸ ਨੀ ਦਿੱਤੇ ਹੋਏ, ਸੀਨੀਓਰਟੀ ਮੈਂ ਕਿੱਥੋਂ ਬਣਾਉਣੀ ਆ ਜੇ ਮੈਨੂੰ ਆਵਰਸ ਵੀ ਨੀ ਹੈਗੇ, ਰਾਈਟ? ਉਹ ਤਾਂ ਅਸੀਂ ਹੋਪ ਹੀ ਨੀ ਰੱਖਦੇ ਕਿ ਅਸੀਂ ਪੱਕੇ ਕਦੀ ਹੋਵਾਂਗੇ ਜਾਂ ਕੀ ਹੋਵਾਂਗੇ, ਉਹ ਤੇ ਗੱਲ ਹੀ ਵੱਖਰੀ ਆ। ਇਹ ਕਹਿੰਦੇ ਕਿ ਸਾਨੂੰ ਕੈਜੂਅਲ ਨੂੰ ਐਟਲੀਸਟ ਮਿਨੀਮਮ ਹਰ ਇੱਕ ਦਾ ਫਿਕਸ ਹੋਵੇ ਕਿ ਮਿਨੀਮਮ ਤੈਨੂੰ 5 ਆਵਰ ਐਟਲੀਸਟ ਡੇ ਦੇ ਮਿਲਣਗੇ ਨਾ। ਹੁਣ ਇੰਨੇ ਚਿਰ ਦੇ ਵਿੱਚ ਜੇ 1-2 ਦਿਨ ਮੈਂ ਆਪਣੀ ਅਵੇਲੇਬਿਲਿਟੀ 4 ਵਜੇ ਤੇ ਦਿੱਤੀ, ਉਸ ਦਿਨ ਮੈਂ 2 ਘੰਟੇ ਕੰਮ ਕਰਦੀ ਹਾਂ ਸਿਰਫ, ਪਰ ਕਰਦੀ ਮੈਂ ਸਵੇਰੇ 8 ਵਜੇ ਕਰਨਾ ਅੱਧਾ ਘੰਟਾ, ਸ਼ਾਮੀ 3:30 ਤੋਂ 4 ਕਰਨਾ, ਮੈਂ ਪੂਰਾ ਟਾਈਮ ਇਹਨਾਂ ਦੇ ਨਾਲ ਅਵੇਲੇਬਲ ਰਹਿਣਾ ਕਿ ਇਹਨਾਂ ਨੂੰ ਐਮਰਜੈਂਸੀ ਚ ਲੋੜ ਪੈ ਗਈ, ਇਹਨਾਂ ਨੇ ਕਿਤੇ ਵੀ ਮੈਨੂੰ ਅੱਧਾ ਘੰਟਾ ਫਿੱਟ ਕਰ ਦੇਣਾ ਬਸ। ਕਿ ਇਹ ਨਹੀਂ ਕਿ ਓਕੇ 2 ਘੰਟੇ ਲੱਗੇ, ਯੂ ਆਰ ਫ੍ਰੀ ਨਾ, ਤੁਸੀਂ ਕਿਤੇ ਹੋਰ ਕੰਮ ਕਰ ਸਕਦੇ, ਵੀ ਖਾਂ ਜੂ ਦਾ। ਫਿਰ ਸੈਕਿੰਡ ਥਿੰਗ ਆ ਕਿ ਜੇ ਤੁਸੀਂ ਹੁਣ ਇਹ ਕਹਿੰਦੇ ਆ ਕਿ ਤੁਸੀਂ ਫੈਸਿਲਿਟੀ ਚ ਚਲੇ ਜਾਓ, ਓਕੇ ਦਾ ਫਾਈਨ, ਵੀ ਕੈਨ ਗੋ ਟੂ ਫੈਸਿਲਿਟੀ, ਪਰ ਇਹ ਪਰਮਾਨੈਂਟ ਸੋਲੂਸ਼ਨ ਨਹੀਂ ਆ। ਜਿਸ ਦਿਨ ਇਹ ਸਾਰਾ ਖੁੱਲ ਗਿਆ, ਸਾਨੂੰ ਉੱਥੋਂ ਬਾਹਰ ਕੱਢ ਦੇਣ ਕਿ ਸਾਡੀ ਪ੍ਰੋਬਲਮ ਤੇ ਉੱਥੇ ਦੀ ਉੱਥੇ ਰਹੀ। ਸੋ ਸਾਡੀ ਇਸ ਪ੍ਰੋਬਲਮ ਦਾ ਪਲੀਜ਼, ਇਫ ਯੂ ਕੈਨ ਡੂ ਸਮਥਿੰਗ ਫਾਰ ਅਸ। ਵਿਰਕ ਸਾਹਿਬ ਨੇ ਲਿਖਿਆ, ਸਤਿ ਸ੍ਰੀ ਅਕਾਲ ਵੀਰੇ, ਬਹੁਤ
ਬੁਰਾ ਹਾਲ ਫਰੇਜ਼ਰ ਹੈਲਥ ਵਿੱਚ, ਮੇਰੇ ਨੀਸ ਕੰਮ ਕਰਦੀ ਆ, ਬਹੁਤ ਮੁਸ਼ਕਲ ਨਾਲ ਅਵਰ ਸੈੱਟ ਕਰਵਾਏ, ਕੋਈ ਨਹੀਂ ਸੁਣਦਾ ਉੱਥੇ, ਪਲੀਜ਼ ਏਅਰ ਮਾਈ ਵਿਊ। ਰੂਪੀ ਕਾਸਟ ਨੇ ਕਿਹਾ ਜੰਗਲੀ ਰਾਜ ਬਣਿਆ ਪਿਆ, ਇੰਨੀ ਹੈਰਾਨੀ ਹੋ ਰਹੀ ਆ ਸੁਣ ਕੇ, ਇਹੀ ਗੱਲ ਆ। ਨੰਬਰ ਪੰਜ, ਤੁਸੀਂ ਏਅਰ ਤੇ ਹੋ ਜੀ। ਨੰਬਰ ਫਾਈਵ, ਇੱਕ ਅਨੋਨਮਸ ਕਾਲਰ ਨੇ ਲਾਈਨ ਨੰਬਰ ਫਾਈਵ, ਲਾਈਨ ਨੰਬਰ ਟੂ, ਤੁਸੀਂ ਏਅਰ ਤੇ। ਹੈਲੋ ਜੀ, ਸਤਿ ਸ੍ਰੀ ਅਕਾਲ। ਹੈਲੋ, ਸਤਿ ਸ੍ਰੀ ਅਕਾਲ ਜੀ। ਹਾਂਜੀ, ਆਵਾਜਾਈ ਦੀ ਤਾਂ ਪ੍ਰੋਬਲਮ ਸਾਰਿਆਂ ਨੂੰ ਸੇਮ ਹੀ ਹੈਗੀ ਆ, ਇਹ ਤਾਂ ਮੈਂ ਰਿਪੀਟ ਨਹੀਂ ਕਰ ਸਕੀ ਹੈ ਨਾ। ਦੂਸਰੀ ਗੱਲ ਇਹ ਹੈ ਕਿ ਜਦੋਂ ਸਾਨੂੰ ਐਮਰਜੈਂਸੀ, ਸੱਚ ਅਸੀਂ ਰੋਂਦੇ ਹਾਂ, ਜਦੋਂ ਸਾਨੂੰ ਐਮਰਜੈਂਸੀ ਕਿਤੇ ਛੁੱਟੀ ਦੀ ਲੋੜ ਪੈਂਦੀ, ਛੁੱਟੀ ਵੀ ਨਹੀਂ ਦਿੰਦੇ ਆ। ਘੰਟੇ ਦੋ ਚਾਰ ਚਾਰ ਘੰਟੇ ਸਾਰਾ ਦਿਨ ਸਟੱਕ ਰੱਖਣਾ ਇਹਨਾਂ ਨੇ ਸਾਨੂੰ, ਇੰਨਾ ਕੁ ਬੋਲਦੀ ਮੈਂ ਬਹੁਤ ਜ਼ਿਆਦਾ। ਅੱਛਾ, ਬੋਲਦਾ ਕੌਣ ਆ ਜੀ, ਮੈਨੂੰ ਇਸ ਤਰ੍ਹਾਂ ਦੱਸਿਓ ਵੀ ਜਿਹੜਾ ਮਿਸਬਿਹੇਵ ਕਰਦੇ ਆ ਉਹ ਕੌਣ ਬੋਲਦਾ, ਸੁਪਰਵਾਈਜ਼ਰ? ਦੇਖੋ, ਸਕੈਡਿਊਲ ਵਾਲੀਆਂ ਪਤਾ ਕੀ ਕਰਦੀਆਂ, 10-15 ਮਿੰਟ ਪਹਿਲਾਂ ਸਾਨੂੰ ਦੱਸਣਾ ਕਿ ਤੁਹਾਡਾ ਉੱਥੇ ਸ਼ਿਫਟ ਪਾ ਦਿੱਤੀ ਹੈ, ਸਾਨੂੰ ਪਤਾ ਵੀ ਨਹੀਂ ਹੁੰਦਾ, ਫਿਰ ਅਸੀਂ ਕਾਰ ਭਜਾਉਂਦੇ ਹਾਂ ਉੱਥੇ ਜਾਂਦੇ ਹਾਂ, ਉੱਪਰੋਂ ਸਾਨੂੰ ਜਿਹੜੇ ਘਰ ਪਹੁੰਚਦੀਆਂ ਉਹ ਬੋਲਦੇ ਆ ਤੁਸੀਂ ਲੇਟ ਆਈ ਹੋ। ਇੰਨਾ ਕੁ ਦੁਖੀ ਕੀਤਾ ਹੁੰਦਾ, ਸੀਨੀਓਰਿਟੀ ਬਣੀ ਹੈ, ਇੱਥੇ ਛੱਡ ਵੀ ਨਹੀਂ ਸਕਦੀਆਂ ਅਸੀਂ, ਅੱਗੇ ਹੋਰ ਕਿਤੇ ਲੱਗਾਂਗੇ ਤਾਂ ਫਿਰ ਸਾਨੂੰ ਉੱਥੇ ਜਾ ਕੇ ਫਿਰ ਪ੍ਰੋਬਲਮ ਹੋਏਗੀ। ਜਿਨ੍ਹਾਂ ਦੀ ਸੀਨੀਓਰਿਟੀ ਆ ਜੀ, ਉਹਨਾਂ ਨੂੰ ਕੋਈ ਤੰਗੀ ਨਹੀਂ, ਉਹਨਾਂ ਨੂੰ ਕੋਈ ਤੰਗੀ, ਜਿਹੜੇ ਰੈਗੂਲਰ ਆ ਉਹਨਾਂ ਨੂੰ ਕੋਈ ਤੰਗੀ ਨਹੀਂ। ਉਹਨਾਂ ਨੂੰ ਜੇ 2-3 ਘੰਟੇ ਮਿਲਦੇ ਨੇ, ਉਹ ਕੀ ਕਰਦੇ, ਸਿੱਕ ਕਾਲ ਕਰ ਦਿੰਦੇ ਆ, ਉਹ ਆਪਣੇ ਘਰ ਤੇ ਹੋਰ ਤੇ ਕੰਮ ਕਰ ਲੈਂਦੇ ਆ ਕਿ 3 ਘੰਟੇ ਲਈ ਅਸੀਂ ਕਾਹਤੋਂ ਜਾਈਏ। ਫਿਰ ਇੱਦਾਂ ਕਰਦੇ ਆ, ਸਾਨੂੰ ਰਸਤੇ ਚ ਆਉਂਦਿਆਂ ਆਉਂਦਿਆਂ ਕਾਲ ਆਉਂਦੀ ਆ, ਤੇਰੀ ਸ਼ਿਫਟ ਉੱਥੇ ਪਾਤੀ ਆ, ਅਸੀਂ ਉੱਥੋਂ ਫਿਰ ਮੁੜਦੀਆਂ ਫਾਸਟ ਕਾਰ ਚਲਾਉਣੀ, ਫਿਰ ਅੱਗੇ ਘਰ ਵਾਲੇ ਬੋਲਦੇ ਆ ਸਾਨੂੰ। ਇੱਥੇ ਪੰਜਾਬੀ ਤਾਂ ਤੁਹਾਨੂੰ ਪਤਾ ਹੀ ਕਿੱਦਾਂ ਪੈਂਦੇ ਆ, ਇੱਥੋਂ ਤੱਕ ਸਾਨੂੰ ਸਿੱਧਾ ਹੀ ਬੋਲਦੇ ਆ, ਜੇ ਚਲਾਕੀਆਂ ਮਾਰ ਰਹੀਆਂ ਤਾਂ ਵਾਪਸ ਮੁੜ ਜਾਓ। ਗੋਰੇ ਐਪਰੀਸ਼ੀਏਟ ਕਰ, ਥੋੜਾ ਜਿਹਾ ਹੌਸਲਾ ਕਰੋ, ਹੌਸਲਾ ਕਰੋ, ਤੁਸੀਂ ਹੁਣ ਕਾਇਮ ਰਹੋ, ਆਪਾਂ ਪਹਿਲੇ ਦਿਨ ਇਹ ਗੱਲ ਕੀਤੀ ਆ, ਫਿਕਰ ਨਾ ਕਰੋ, ਇਹ ਗੱਲ ਤੁਹਾਡੀ ਪਹੁੰਚਦੀ ਹੋਏਗੀ, ਇਹਦਾ ਹੱਲ ਕਰਾਂਗੇ ਆਪਾਂ, ਫਿਕਰ ਨਾ ਕਰੋ, ਵਾਅਦਾ ਰਿਹਾ ਤੁਹਾਡੇ ਨਾਲ ਮੇਰਾ। ਹਾਂਜੀ, ਥੈਂਕ ਯੂ, ਧੰਨਵਾਦ। ਇੱਕ ਮੈਂ ਬੇਨਤੀ ਕਰਾਂ, ਜਿੰਨਾ ਵੀ ਕੋਈ ਮੈਨੂੰ ਕੁਛ ਵੀ ਭੇਜ ਸਕਦੇ ਹੋ, ਹੁਣ ਮੈਨੂੰ ਪਤਾ ਹੈ ਤੁਹਾਡੇ ਨਾਂ ਕਰਕੇ ਤੁਹਾਨੂੰ ਔਖਾ ਹੋਣਾ, ਪਰ ਮੈਂ ਕਿਸੇ ਦਾ ਨਾਂ ਨਹੀਂ ਡਿਸਕਸ ਕਰਾਂਗਾ ਕਿਤੇ ਵੀ, ਪਰ ਮੈਨੂੰ ਸਟੋਰੀਜ਼ ਜਿਹੜੀਆਂ ਨੇ, ਇਨਫੋਰਮੇਸ਼ਨ ਆ ਜਿਹੜੀ, ਉਹ ਭੇਜੋ, ਜਾਂ ਤਾਂ ਈਮੇਲ ਕਰੋ harjeet@jit.gi@krpradio.com ਤੇ ਈਮੇਲ ਕਰ ਦਿਓ, ਫੇਸਬੁੱਕ ਦਾ ਪੇਜ ਆ ਹਰਜੀਤ ਸਿੰਘ ਗਿੱਲ ਦਾ, ਜਾਂ ਸੈੱਲ ਫੋਨ ਤੇ ਟੈਕਸਟ ਜਾਂ ਵਟਸਐਪ ਤੁਸੀਂ ਕਰ ਸਕਦੇ ਹੋ 604-729-1224 6047291224। ਮੁਬਾਰਕ ਸੰਦੇਸ਼। ਉਸ ਤੋਂ ਬਾਅਦ ਏਅਰ ਇੰਡੀਆ ਦੇ ਡਿਜ਼ਾਸਟਰ ਦੀ ਮੈਂ ਸੌਰੀ ਆ ਜੀ, ਤੁਸੀਂ ਸਾਰੇ ਉਡੀਕਦੇ, ਪਰ ਆ ਦੁੱਖ ਉਹ ਤਾਂ ਚਲੇ ਗਏ, ਉਹਨਾਂ ਦੀ ਮੈਂ ਅੱਜ ਗੱਲ ਕਰਨੀ ਆ, ਪਰ ਆ ਜਿਹੜੇ ਜਿਉਂਦੇ ਜਾਗਦੇ ਜਿਹਨਾਂ ਨੂੰ ਨਿੱਤ ਇਹ ਦੁੱਖ ਚੋਂ ਲੰਘਣਾ ਪੈਂਦਾ, ਉਹਨਾਂ ਦੀ ਗੱਲ ਜ਼ਰੂਰੀ ਕਰਨੀ ਸੀ। ਮੈਂ ਤਾਂ ਹੈਰਾਨ ਹੋ ਗਿਆ ਵੀ ਆਹ ਵੀ ਲੋਕ ਸੋਚਦੇ ਆ, ਅੱਛਾ ਆਰ ਸੀ ਏ ਤਾਂ ਵਧੀਆ, $25 ਦੀ ਤਨਖਾਹ ਹੈ ਤਾਂ ਵਧੀਆ, ਦੇਖੋ ਜੀ ਯੂਨੀਫਾਰਮ ਪਾ ਕੇ ਚਲੀ ਗਈਆਂ ਬੀਬੀਆਂ ਆ ਗਈਆਂ, ਇਹ ਤਾਂ ਬਹੁਤ ਪੈਸੇ ਬਣਦੇ ਨੇ। ਇਹ ਉਹਨਾਂ ਨੂੰ ਬਣਦੇ ਆ ਜਿਹੜੇ ਫੈਸਿਲਿਟੀ ਚ ਪਰਮਾਨੈਂਟ ਨੇ, ਜਿਹੜੇ ਰੈਗੂਲਰ ਨੇ, ਜਿਹੜੇ ਕੈਜੂਅਲ ਨੇ, ਆਹ ਉਹਨਾਂ ਦਾ ਹਾਲ ਹੈ। ਜਿਹੜੇ ਸਭ ਤੋਂ ਠੀਕ ਹੈ ਕੈਜੂਅਲ, ਮੈਨੂੰ ਪਤਾ ਸੀਨੀਓਰਿਟੀ ਨਾਲ ਰੈਗੂਲਰ ਹੋਣਗੇ, ਸਮਾਂ ਲੱਗੂ, ਪਰ ਜਿਹੜੀ ਬਦਮਾਸ਼ੀ ਜਿਹੜੀ ਹੁੰਦੀ ਹੈ ਸੁਪਰਵਾਈਜ਼ਰਾਂ ਵੱਲੋਂ, ਜਿਹੜਾ ਗਲਤ ਬੋਲਿਆ ਜਾਂਦਾ ਸੁਪਰਵਾਈਜ਼ਰਾਂ ਵੱਲੋਂ, ਜਿਹੜੇ ਅੰਦਰ ਵਿੱਚ ਪਿੰਪ ਛੱਡੇ ਹੋਏ ਨੇ, ਜਿਹੜੀ ਚੁਗਲੀਆਂ ਕਰਦੇ ਨੇ ਜਾ ਕੇ ਨਾਲ ਦੇ ਕੋ ਵਰਕਰ ਦੀਆਂ, ਤੇ ਉਹਦੇ ਬਾਅਦ ਫਿਰ ਬੌਸ ਜਿਹੜਾ ਅੰਦਰ ਬੈਠਾ ਜਾਂ ਬੈਠੀ ਆ, ਉਹ ਕਹਿੰਦੀ ਅੱਛਾ ਫਲਾਣੀ ਐਂ ਬੋਲਦੀ ਸੀ ਮੇਰੇ ਵੱਲ, ਆ ਜਾ ਤੈਨੂੰ ਮੈਂ ਦੱਸ ਰਹੀ ਹਾਂ ਜਾਂ ਮੈਂ ਦੱਸਦਾ ਤੂੰ ਕਿਵੇਂ ਕਿਵੇਂ ਕੰਮ ਕਰਦੀ ਆ। ਉਹ ਮੈਨੂੰ ਪਤਾ ਪੰਜਾਬੀ ਸਟਾਈਲ ਕਿਵੇਂ ਆ, ਜਿਹਨਾਂ ਨੇ ਫੱਟੇ ਖਿੱਚਿਆ 40 ਸਾਲ ਪਹਿਲਾਂ, ਜਿਹੜਾ ਕਹਿੰਦਾ ਨਵਾਂ ਜਿਹੜਾ ਕੋਈ ਆਉਣਾ ਹੈ, ਜੇ 5 ਦਿਨ ਚ ਪਹਿਲਿਆਂ ਨੇ ਨਾ ਭਜਾਇਆ ਫਿਰ ਪੰਜਾਬੀ ਸਾਨੂੰ ਕਿਹਨੇ ਕਹਿਣਾ, ਉੱਥੇ ਕਰ ਦੇਣਾ ਇਕੱਠਾ, ਮਤਲਬ ਕਰ ਕਰਕੇ ਲਾ ਦੇਣੇ, ਲਾ ਜਦ ਗ੍ਰੀਨ ਚੇਨ ਤੇ ਸੁੱਟਣਾ ਤੇ ਫੱਟ ਤੇ ਫਟਾ, ਫਿਰ ਕਹਿਣਾ ਕਿਉਂ ਮਾਸਟਰਾ ਖਿੱਚ ਹੁੰਦਾ ਫੱਟਾ ਕਿ ਨਹੀਂ, ਪਟਵਾਰੀ ਸਾਹਿਬ ਉਹਦਾ ਨੇੜੇ ਪਾਲਾ ਫੱਟੇ ਨੂੰ ਹੱਥ, ਜਦ ਤਾਂ ਤਰਮੇ ਤਰਮੇ ਫੜਦਾ ਜੱਟ ਤੋਂ, ਆ ਜਾ ਹੁਣ। ਚੌਥੇ ਦਿਨ ਜੇ ਨਾ ਡੱਕਰਿਆ ਉੱਥੋਂ, ਕਹਿੰਦੇ ਸਾਨੂੰ ਕਿਹਨੇ ਕਹਿਣਾ ਡਾਂਗਰੀ ਪਾਉਣ ਦਾ, ਸਾਡੇ ਕੀ ਫਾਇਦਾ। ਉਹ ਪੁਸ਼ਤ ਦਰ ਪੁਸ਼ਤ ਜਿਹੜੀ ਗੁੰਡਾਗਰਦੀ ਚੱਲੀ ਆਉਂਦੀ ਵੀ ਅਸੀਂ
ਗੋਡੇ ਗੋਡੇ ਬਰਫ ਚ ਖੜ ਕੇ ਕੰਮ ਕੀਤਾ, ਗੋਡੇ ਚ ਜਾਵੇ ਤਾਂ ਗੱਲ ਬਣਨੀ ਹੈ, ਫਿਰ ਗੱਲ ਬਣਨੀ। ਮਿਨਿਸਟਰ ਆਫ ਲੇਬਰ ਹੈਰੀ ਵੇਨਜ਼ ਉਹਨਾਂ ਨੂੰ ਬੇਨਤੀ ਕਰਦਾ, ਅੱਜ ਮੰਗਲਵਾਰ ਹੈ, ਦੋ ਦਿਨਾਂ ਦੇ ਵਿੱਚ ਸੱਦ ਕੇ ਘੰਟਾ ਤੇ ਫਿਰ ਬੀਬੀਆਂ ਇਹਨਾਂ ਕੁੜੀਆਂ ਨੂੰ ਕਹੂੰਗਾ ਵੀ ਕਰੋ ਫੋਨ, ਮੈਂ ਨਹੀਂ ਦੱਸਣਾ, ਇਹ ਦੱਸਣਗੇ। ਫਿਰ ਆਹ ਜਿਹੜੀ ਪਾਰਟੀ ਜਿਹੜੀ ਵਰਕਰ ਦੇ ਹੱਕ ਦਾ, ਤੇ ਤੁਹਾਨੂੰ ਜਿੱਤਣ ਐਨ ਡੀ ਪੀ ਨੂੰ ਲੋਕ ਦਿੰਦੇ ਨੇ ਵੀ ਤੁਸੀਂ ਵਰਕਰਾਂ ਦੇ ਹੱਕ ਚੋਂ, ਇਹ ਬਿਜ਼ਨਸ ਵਾਲਿਆਂ ਦੇ ਖਿਲਾਫ, ਤੇ ਤੁਹਾਡੇ ਵਰਕਰ ਤੁਹਾਡੇ ਰਾਹ ਚ ਆਹ ਹਾਲ ਹੈ। ਮੈਂ ਤਾਂ ਹੈਰਾਨ ਹੋ ਗਿਆ ਚੀਜ਼ ਨੂੰ ਸੁਣ ਕੇ, ਪਤਾ ਹੀ ਨਹੀਂ ਸੀ ਕਿ ਇੰਨਾ ਦੁੱਖ ਹੈ। ਐਨੀਵੇਜ਼, ਇਸ ਬਾਰੇ ਫਿਰ ਗੱਲ ਚੱਲੇਗੀ। ਅੱਜ ਮੈਂ ਗੱਲਬਾਤ ਹੁਣ ਕਰਨੀ ਚਾਹੁੰਦਾ ਏਅਰ ਇੰਡੀਆ ਦੇ ਡਿਜ਼ਾਸਟਰ ਦੇ ਬਾਰੇ, ਕਨਿਸ਼ਕਾ ਦੇ ਬਾਰੇ। ਏਅਰ ਇੰਡੀਆ ਦਾ ਅੱਜ ਦੇ ਦਿਨ 23 ਜੂਨ 1985 ਨੂੰ 45 ਮਿੰਟ ਲੰਡਨ ਉੱਤਰਨ ਤੋਂ ਪਹਿਲਾਂ ਆਇਰਲੈਂਡ ਦੀ ਤੱਟ ਤੇ ਇਹ ਜਹਾਜ਼ ਬੰਬ ਨਾਲ ਉੱਡ ਗਿਆ, ਬੋਇੰਗ 747 ਸੀ, ਤੇ 31,000 ਫੁੱਟ ਤੇ ਜਦ ਉੱਡਿਆ ਹੋਊ ਤਾਂ ਕੀ ਹੋਊਗਾ ਇਹਦਾ। 120 ਮੀਲ ਦੂਰ ਸੀ ਤੱਟ ਤੋਂ, ਤੇ 329 ਜਣੇ ਇਹਦੇ ਵਿੱਚ ਮਰ ਗਏ, 268 ਕੈਨੇਡੀਅਨ ਸੀ, 27 ਬ੍ਰਿਟਿਸ਼ ਸਿਟੀਜ਼ਨ, 24 ਇੰਡੀਅਨ ਸਿਟੀਜ਼ਨ। 182 ਨੰਬਰ ਇਹਦਾ ਇਹ ਸੀ। ਜਦ ਤੁਸੀਂ ਇਹਦੇ ਜਾਣੇ ਹੋ ਨਾ, ਤੁਸੀਂ ਵਿਕੀਪੀਡੀਆ ਤੇ ਜਦੋਂ ਕਹਿੰਦਾ ਬਈ ਬਾਈ ਪਲਾਂਟਡ ਬਾਈ ਕੈਨੇਡੀਅਨ ਸਿੱਖ ਟੈਰਰਿਸਟ, ਇਹ ਜਿਹੜਾ ਸਿਰ ਤੇ ਮੂੰਹ ਤੇ ਸਾਡੇ ਗਰਦ ਸਿੱਟੀ ਹੈ, ਇਹ ਕਦੇ ਇਹ ਉੱਤਰਦੀ ਨਹੀਂ, ਕਿਉਂਕਿ ਇਹਨੂੰ ਉਤਾਰਨਾ ਨਹੀਂ ਚਾਹੁੰਦੀਆਂ ਸਰਕਾਰਾਂ। 84 ਚ ਸਾਕੇ ਨੀਲੇ ਤਾਰੇ ਤੋਂ ਬਾਅਦ, ਤੀਸਰੇ ਘੱਲੂਘਾਰੇ ਤੋਂ ਬਾਅਦ, ਦਿੱਲੀ ਚ ਹੋਏ ਤੇ ਹੋਰ ਸ਼ਹਿਰਾਂ ਚ ਹੋਏ ਕਤਲੇਆਮ ਤੋਂ ਬਾਅਦ ਦੁਨੀਆਂ ਦੇ ਵਿੱਚ ਹਮਦਰਦੀ ਸੀ ਸਿੱਖ ਕੌਮ। ਉਹਦੇ ਤੋਂ ਬਾਅਦ ਫੇਰ ਇੱਥੇ, ਕਿਉਂਕਿ ਹੁਣ ਇਹ ਜਨਤਕ ਹੋ ਗਿਆ, ਜੌਨ ਮੇਜਰ ਦੀ ਰਿਪੋਰਟਾਂ ਦੇ ਵਿੱਚ 2010 ਤੋਂ ਬਾਅਦ, ਜਦ ਦਾ 2010 ਚ ਜੌਨ ਮੇਜਰ ਦੀ ਰਿਪੋਰਟ ਬਾਹਰ ਆਈ ਹੈ, ਸਾਰੇ ਰੋਗੀ ਭੋਗੀ ਜੋਗੀ ਉਹਨੀ ਸਾਰੇ ਚੁੱਪ ਕਰ ਗਏ, ਕੋਈ ਨਹੀਂ ਬੋਲਦਾ। ਨਹੀਂ ਅੱਗੇ ਇੱਥੇ ਦੁਮ ਛੱਲੇ ਚਿਹਰੇ ਮੋਰੇ ਜੇ ਬਦਲ ਕੇ ਹਰ ਤੀਜੇ ਦਿਨ ਮਾਈਕ ਲੈ ਕੇ ਖੜ ਜਾਣਾ, ਦੇਖੋ ਜੀ ਇਹਨਾਂ ਨੇ ਆਹ ਮਾਰਤੇ, ਇਹਨਾਂ ਨੇ ਉਹ ਮਾਰਤੇ। ਜੌਨ ਮੇਜਰ ਵਾਲੀ ਗੱਲ ਤੋਂ ਬਾਅਦ ਹੁਣ ਨਹੀਂ ਕੋਈ ਬੋਲਿਆ। ਪਿਛਲੇ 10 ਸਾਲਾਂ ਚ ਏਅਰ ਇੰਡੀਆ ਡਿਜ਼ਾਸਟਰ ਦੇ ਬਾਰੇ ਇੱਕ ਵੀ ਰਿਪੋਰਟ ਨਹੀਂ ਹੋਊ, ਇੱਕ ਵੀ ਬਿਆਨ ਨਹੀਂ ਹੋਊ ਕਿਸੇ ਦਾ, ਕਿਉਂਕਿ ਹੁਣ ਬਿੱਲੀ ਥੈਲਿਓ ਬਾਹਰ ਆ ਗਈ। ਨਾ ਕੋਈ ਪੱਤਰਕਾਰ, ਨਾ ਕੋਈ, ਹਾਂ ਅੱਜ ਦੇ ਦਿਨ ਲੇਖ ਲੂਖ ਛਾਪ ਦੇਣਗੇ, ਪਰ ਜਿਹੜੇ ਉਹ ਪਰਿਵਾਰ 329 ਨੇ ਉਹਨਾਂ ਦਾ ਕੀ ਹੋਇਆ? ਉਹ ਕੈਨੇਡੀਅਨ ਸਾਡੇ ਪਰਿਵਾਰ, ਸਾਡੀ ਕੌਮ ਦੇ ਜਿਹੜੇ ਆਪਣੇ ਦੇਸ਼ ਨੂੰ ਵਾਪਸ ਚੱਲੇ, ਜਿਵੇਂ ਅਸੀਂ ਜਾਂਦੇ ਹਾਂ, ਅੱਧ ਸਮਾਨੇ ਜਾਂ ਜਹਾਜ਼ ਫਟਿਆ ਤਾਂ ਹੋਇਆ ਕੀ? ਇਹਦੇ ਵਿੱਚ ਬਹੁਤ ਕੁਝ ਇਨਵੋਲਵ ਸੀ। ਵੱਡਾ ਇਨਵੋਲਵ ਇਹ ਸੀ ਕਿ ਸਿੱਖਾਂ ਦੇ ਅਕਸੂ, ਸਿੱਖਾਂ ਦੀ ਹਮਦਰਦੀ ਨੂੰ ਕਿਵੇਂ ਢਾਲ ਲਾਉਣੀ, ਉਹ ਕਰਾਉਣੀ ਕਿਹਦੇ ਤੁਸੀਂ? ਸੋ ਕਾਲਡ ਸਿੱਖਾਂ ਤੋਂ। ਸਿੱਖ ਕੌਣ ਸੀ ਉਹ ਸਾਰਿਆਂ ਨੂੰ ਕਮਿਊਨਿਟੀ 'ਚ ਪਤਾ, ਕਿਹਨੇ ਕੀ ਕੀਤਾ, ਇਹਦੀ ਸ਼ੁਰੂਆਤ ਕਿਵੇਂ ਹੋਈ, ਕਿਵੇਂ ਬਹੁਤ ਪੜ੍ਹੇ ਲਿਖੇ ਦੋ ਬੰਦੇ ਆਲੇ ਦੁਆਲੇ ਲਾ ਕੇ, ਇੱਕ ਵੱਡੇ ਘਰ ਦਾ ਜਿਹਦਾ ਨਾਂ ਸੀ, ਉਹਦਾ ਇੱਕ ਜਥੇਦਾਰ ਇੱਥੇ ਪੰਜਾਬ ਤੋਂ ਲਿਆਂਦਾ, ਉਹਦਾ ਸਤਿਕਾਰ ਕਮਿਊਨਿਟੀ 'ਚ ਹੋਇਆ, ਉਹਦੇ ਰਾਹੀਂ ਇਹ ਗੱਲਾਂ ਸ਼ੁਰੂ ਹੋਈ। ਉਹਨੂੰ ਦੱਸਿਆ ਕਿ ਆਹ ਕਰਨਾ, ਇਹਦੇ 'ਚ ਕੁਛ ਸਾਕੇ ਨੀਲੇ ਤਰ ਕਰਕੇ ਗੁੱਸੇ ਹੋਏ ਬੰਦੇ ਇਨਵੋਲਵ ਹੋ ਗਏ ਵੀ ਅਸੀਂ ਰਿਵੈਂਜ ਆ ਸਾਡਾ, ਜਿਹੜਾ ਰਿਵੈਂਜ ਦਾ ਸ਼ਬਦ ਗਲਤ ਸੀ। ਜਦ ਉਹਨਾਂ ਨੇ ਇਹ ਕਿਹਾ ਕਿ ਨਹੀਂ ਇਹ ਲੋਕਾਂ ਦਾ ਨੁਕਸਾਨ ਹੋ ਗਿਆ, ਨਾ ਨਾ ਲੋਕਾਂ ਦਾ ਕਿਉਂ ਨੁਕਸਾਨ ਹੋਊ, ਇਹ ਤਾਂ ਖੜੇ ਜਹਾਜ਼ ਉਡਾਉਣੇ ਨੇ, ਆਪਾਂ ਏਅਰਪੋਰਟ ਤੇ ਉੱਤਰ ਜਾਣਾ ਜਾਣੂ ਨੇ ਲੰਡਨ ਜਾ ਕੇ, ਇੱਕ ਨਰੀਟਾ ਉੱਤਰ ਜਾਣਾ। ਪਰ ਉਹਨਾਂ ਨੂੰ ਪਤਾ ਨਹੀਂ ਕਿ ਇਹ ਇਹਦੇ ਪਿੱਛੇ ਕੀ ਆ, ਇਹ ਕਿਵੇਂ ਅਨਫੋਲਡ ਹੋਇਆ, ਕਿਵੇਂ ਇਹ ਫੋਲਡ ਹੋਇਆ, ਸਭ ਲੋਕਾਂ ਨੂੰ ਇਹਦੇ ਬਾਰੇ ਪਤਾ ਕੀ ਗੱਲ ਚੱਲੀ, ਕੌਣ ਕੌਣ ਇਨਵੋਲਵ ਹੋਏ। ਦੋ ਕਿਤਾਬਾਂ ਜਿਹੜਾ ਐਮ ਕੇ ਧਰਨੇ ਲਿਖੀ, ਉਹਨੇ ਤਾਂ ਕੌਮ ਨੂੰ ਬਰਬਾਦ ਕਰਕੇ, ਕੌਮ ਦਾ ਸੱਤਿਆਨਾਸ਼ ਕਰਕੇ ਮਰਨ ਤੋਂ ਪਹਿਲਾਂ ਉਹ ਤਾਂ ਲਿਖ ਗਿਆ, ਉਹਦਾ ਵੱਡਾ ਕੰਮ ਸੀ। ਉਹ ਦਾੜੀ ਕੇਸ ਰੱਖ ਕੇ ਇੱਥੇ ਸਾਡੇ 'ਚ ਤੁਰਦਾ ਫਿਰਦਾ ਰਿਹਾ ਉਸ ਸਮੇਂ, ਜਿਹੜੇ ਇੱਥੇ ਉਹਨਾਂ ਸਭ ਨੂੰ ਪਤਾ, ਜਵਾਹਰ ਕਸ਼ਮੀਰੀ ਨੇ ਜਿਹੜਾ ਸਾਫਟ ਟਾਰਗੇਟ ਲਿਖਿਆ, ਉਸਨੇ ਦੱਸਿਆ ਕਿ ਕੀ ਹੋਇਆ, ਕਿਸ ਤਰ੍ਹਾਂ ਇਹ ਚੀਜ਼ ਪਲਾਂਟ ਹੋਈ, ਕਿਵੇਂ ਬੰਦੇ ਦੋ ਦੋ ਚਾਰ ਚਾਰ ਨੌਵਾਂ ਵਾਲੇ ਆ ਕੇ ਇੱਥੇ ਬੜੇ, ਕਿਵੇਂ ਇੱਥੇ ਜਦ ਆ ਕੇ ਇਹ ਚੀਜ਼ਾਂ ਸੈੱਟ ਹੋਈਆਂ। ਸਭ ਤੋਂ ਵੱਡੀ ਗੱਲ, ਜੌਨ ਮੇਜਰ ਵਾਲੇ ਰਿਪੋਰਟ ਦੇ ਵਿੱਚ ਦੱਸਿਆ ਵੀ ਜਦ ਲਖਵੀਰ ਸਿੰਘ ਰੋਡੇ ਨੂੰ ਇੰਡੀਅਨ ਕੈਨੇਡੀਅਨ ਗਵਰਨਮੈਂਟ ਨੇ ਜਾ ਕੇ ਕੈਨੇਡੀਅਨ ਅੰਬੈਸੀ 'ਚ ਲਾਹੌਰ ਦੇ ਵਿੱਚ ਉਹਦੇ ਤੋਂ ਉਹਦਾ ਬਿਆਨ ਲਿਆ, ਜਿਹਦੇ ਵਿੱਚ ਉਹਨਾਂ ਨੇ ਬੰਦਿਆਂ ਦਾ ਨਾਂ ਲਿਆ ਵੀ ਫਲਾਣਿਆਂ ਨੇ ਕੀਤਾ, ਉਹਦੇ ਆਧਾਰ ਤੇ ਗ੍ਰਿਫਤਾਰੀਆਂ ਹੋਈਆਂ, ਫਿਰ ਉਹਦਾ ਬਿਆਨ ਦੇਣ ਦੇ ਲਈ ਉਹਨੂੰ ਅਦਾਲਤ 'ਚ ਕਿਉਂ ਨਾ ਲਿਆਂਦਾ ਗਿਆ ਲਖਵੀਰ ਸਿੰਘ ਰੋਡੇ ਨੂੰ?
ਇਹ ਬਹੁਤ ਵੱਡਾ ਇੱਕ ਇਸ਼ੂ ਹੈ। ਸਭ ਤੋਂ ਵੱਡੀ ਗੱਲ, ਜੌਨ ਮੇਜਰ ਦੀ ਜਦ ਗਵਾਹੀਆਂ ਚੱਲ ਰਹੀਆਂ ਸੀ ਉਹਦੇ ਵਿੱਚ ਉਹ DSP ਇੱਥੇ ਲੈ ਕੇ ਆਏ ਜਸਟਿਸ ਬੈਂਸ ਦੇ ਲੜਕੇ ਹਰਮੇਲ ਸਿੰਘ ਚੰਡੀ ਜੀ ਦਾ ਨਾਂ ਸੀ ਜਿਹਨੇ ਤਲਵਿੰਦਰ ਸਿੰਘ ਬੱਬਰ ਜਥੇਦਾਰ ਨੂੰ ਫੜਿਆ ਸੀ। ਉਹਦੇ ਕੋਲ ਬਹੁਤ ਰਿਪੋਰਟ ਸੀ ਵੀ ਤਲਵਿੰਦਰ ਸਿੰਘ ਬੱਬਰ ਨੇ ਕੀ ਕਿਹਾ, ਕਿਵੇਂ ਉਹਨਾਂ ਨੂੰ ਫੜਿਆ ਜੰਮੂ ਚੋਂ, ਕਿਵੇਂ ਸਰੂਪ ਸਿੰਘ ਨੌ ਸੀ, ਕਿਵੇਂ ਸਰਕਾਰ ਨੂੰ ਪਤਾ ਲੱਗਿਆ ਬਈ ਨੌ ਇਹ ਤਾਂ ਸਰੂਪ ਸਿੰਘ ਦੀ ਜਥੇਦਾਰ ਹੈ, ਤੇ ਫਿਰ ਉਹਨੇ ਕੀ ਦੱਸਿਆ ਵੀ ਕਿਹੜੇ ਕਿਹੜੇ ਬੰਦੇ ਨੇ ਮੈਨੂੰ ਕੀ ਕਿਹਾ। ਉਹ ਬੰਦਾ ਜਦ ਇੱਥੇ ਆਇਆ ਤਾਂ ਸੀਸਰ ਤੇ RCMP ਨੇ ਉਹ ਬੰਦਾ ਬੈਂਸ ਦੀ ਟੀਮ ਤੋਂ ਚੱਕ ਲਿਆ ਤੇ ਉਹ ਬੰਦਾ ਉਹਨਾਂ ਨੂੰ ਦਿੱਤਾ ਹੀ ਨਹੀਂ ਮੁੜ ਕੇ, ਵਿੱਚੇ ਉਹਦੇ ਬੈਗ, ਵਿੱਚੇ ਉਹਦੀਆਂ ਕੈਸਟਸ, ਵਿੱਚੇ ਉਹਦੀਆਂ ਵੀਡੀਓ ਰਿਕਾਰਡ ਸਭ ਕੁਝ ਚੱਕ ਲਿਆ, ਉਹਨੂੰ ਇੱਥੇ ਹੀ ਰੱਖ ਲਿਆ ਤੇ ਉਹਦੇ ਹੁਣ ਪਿੱਛੇ ਜੇ ਮੌਤ ਹੋਈ। ਸੁਰਜਨ ਸਿੰਘ ਗਿੱਲ ਇਹਦੇ ਵਿੱਚ ਸੀ, ਉਹਨਾਂ ਦੀ ਮੌਤ ਹੋ ਗਈ। ਹਰਦਿਆਲ ਸਿੰਘ ਜੌਹਲ ਹੋਣੀ ਉਹ ਪੂਰੇ ਹੋ ਗਏ। ਜਿੰਨੇ ਬੰਦੇ ਇਹਦੇ ਵਿੱਚ ਸੀ ਉਹ ਨਾਲ ਹੀ ਰਾਜ ਲੈ ਕੇ ਇਸ ਦੁਨੀਆਂ ਤੋਂ ਤੁਰ ਗਏ। ਹੁਣ ਇਹਦੇ ਚ IB ਨੇ, ਸੂਈਆਂ ਏਜੰਸੀਆਂ ਨੇ ਕਿਹੜਾ ਬੰਦਾ ਕਿੱਥੇ ਫਿੱਟ ਕੀਤਾ, ਕਿਹੜੇ ਬੰਦੇ ਨੂੰ ਕੀ ਫਾਇਦਾ ਹੋਇਆ, ਢਿੱਡ ਕਿਹਦਾ ਭਰਿਆ, ਸ਼ੀਸ਼ੇ ਕਿਹਦੇ ਭਰੇ, ਕਿਹਨੇ ਕਿਵੇਂ ਰੱਖਿਆ। ਹੁਣ ਤੁਸੀਂ ਉਹ ਚੀਜ਼ ਨੂੰ ਦੇਖੋ ਵੀ ਸੀਸਿਸ ਦੇ ਬੰਦੇ ਫੋਲੋ ਕਰ ਰਹੇ ਤਲਵਿੰਦਰ ਸਿੰਘ ਬੱਬਰ, ਉਹਨਾਂ ਨੂੰ ਜਦ ਉਹ ਇੱਥੋਂ ਹੌਰਸ਼ੂ ਵੇ ਫੈਰੀ ਤੋਂ ਡੰਕਨ ਜਾਂਦੇ ਆ, ਨਾਲ ਉਹਨਾਂ ਦੇ ਕਹਿੰਦੇ ਸੁਨੱਖਾ ਬੰਦਾ ਇੱਕ ਮਿਸਟਰ ਐਕਸ ਗੱਡੀ ਚ ਬੈਠਾ, ਗੱਡੀ ਦੇ ਪਿੱਛੇ ਸੀਸਿਸ ਵਾਲੇ ਬੈਠੇ, ਮਿਸਟਰ ਐਕਸ ਵੀਡੀਓ ਬਣਾ ਰਿਹਾ। ਉਹ ਦੋ ਬੰਦੇ ਅੰਦਰ ਕਰਕੇ ਆਏ ਨੇ ਬੰਬ ਬਲਾਸਟ, ਚੈੱਕ ਕਰਕੇ ਆਏ ਤੇ ਸੀਸਿਸ ਵਾਲੇ ਉੱਥੇ ਕੀ ਕਰਦੇ ਸੀ ਬਈ, ਸੀਸਿਸ ਵਾਲਿਆਂ ਨੇ ਉਹਨਾਂ ਨੂੰ ਰੋਕ ਕੇ ਇਨਵੈਸਟੀਗੇਸ਼ਨ ਕਿਉਂ ਨਾ ਕੀ। ਸੀਸਿਸ ਨੇ ਉਹ ਟੇਪਾਂ ਜਿਹੜੀਆਂ ਕਿਵੇਂ ਅਰੇਂਜ ਕੀਤੀਆਂ ਜਿਹਦੇ ਵਿੱਚ ਸਾਰੀ ਰਿਕਾਰਡਿੰਗ ਸੀ। ਹੋਇਆ ਕੀ, ਇੱਕ ਬੰਦਾ ਸੈੱਟ ਕੀਤਾ ਗਿਆ, ਸੈੱਟ ਕੀਤੇ ਬੰਦੇ ਦਾ ਜਿਹਦਾ ਨਾਂ ਸੀ ਉਹਨੂੰ ਇੱਥੇ ਭੇਜਿਆ ਗਿਆ, ਨਾਲ IB ਨੇ ਬੰਦੇ ਲਾਏ, ਉਹਨੇ ਆ ਕੇ ਇੱਥੇ ਸਿੱਖਾਂ 'ਚ ਇਨਫਿਲਟਰ ਕੀਤਾ, ਦੱਸਿਆ ਕਿ ਇਹ ਗੱਲ ਕਰਨੀ ਆ, ਆਹ ਕਰਨੀ ਆ, ਉਹ ਕਰਨੀ ਆ, ਉੱਥੋਂ ਗੱਲ ਇਹ ਪਲਾਂਟ ਹੋਈ। ਸਿੱਖਾਂ ਨੂੰ ਜਿਹੜੇ ਇਸ ਗੱਲ ਤੋਂ ਦੁੱਖ ਸੀ, ਜਿਹਨਾਂ ਨੂੰ ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਉਹਨਾਂ ਦੇ ਆਲੇ ਦੁਆਲੇ ਜਿਹੜਾ ਵੈਬ ਹੈ ਉਹ ਇੰਟੈਲੀਜੈਂਸੀ ਇੰਟੈਲੀਜੈਂਸੀ ਤੁਹਾਤੋਂ ਕੀ ਕਰਾ ਰਹੀ ਹੈ, ਕਿਸ ਤਰ੍ਹਾਂ ਉਹ ਸਮਾਨ ਆ ਰਿਹਾ, ਕਿੱਥੋਂ ਆ ਰਿਹਾ, ਕੌਣ ਐਲ ਸਿੰਘ ਤੇ ਐਮ ਸਿੰਘ ਸੀ, ਇਹਦੇ ਨਾਂ ਤੇ ਉਹ ਟਿਕਟਾਂ ਬੁੱਕ ਹੋਈਆਂ, ਕੌਣ ਸੀ ਉਹ, ਲਾਲ ਸਿੰਘ ਅਮੰਦ ਸਿੰਘ ਸੀ, ਲਖਵੀਰ ਸਿੰਘ ਸੀ ਜਾਂ ਮਨੋਹਰਜੀਤ ਸਿੰਘ ਸੀ, ਕੌਣ ਸੀ ਉਹ ਬੰਦੇ, ਕਿਹੜੇ ਬੰਦੇ ਆਏ ਉਹ IB ਦੇ, ਕਿਹੜੇ ਬੰਦੇ ਜਿਹਨਾਂ ਨੇ PhDਆਂ ਕੀਤੀਆਂ ਦਿੱਲੀ 'ਚ ਹੁਣ ਸੈਟਲ ਨੇ, ਕਿਹੜੇ ਬੰਦੇ ਨਾਲ IB ਦੇ ਉੱਥੋਂ ਇੰਡੀਅਨ ਗਵਰਨਮੈਂਟ ਦੇ ਨਾਲ ਆਏ ਤੇ ਇੱਥੇ ਸੈਟਲ ਹੋਏ, ਉਹ ਕੌਣ ਸਨ। ਇਹਦੇ ਤੇ ਬਹੁਤ ਕੁਝ ਹੁਣ ਅਨਫੋਲਡ ਹੋਣ ਵਾਲਾ ਹੈ, ਇਹ ਯਾਦ ਰੱਖਿਓ, ਇਹਦੇ ਤੇ ਬਹੁਤ ਕੁਝ ਲੋਕ ਕੰਮ ਕਰ ਰਹੇ। ਜਦ ਤੱਕ ਇਹ ਗੱਲ ਕਲੀਅਰ ਨਹੀਂ ਹੁੰਦੀ, ਜਦ ਤੱਕ ਨਹੀਂ, ਸੀਸਿਸ ਇੱਥੇ ਕਿਉਂ ਬਚ ਰਹੀ ਹੈ, ਸੀਸਿਸ ਕਿਉਂ ਬਚ ਰਹੀ ਹੈ, ਸੀਸਿਸ ਇੰਟੈਲੀਜੈਂਸੀ ਫੇਲਓਰ ਹੋਈ, ਉਹ ਆਪਣੀ ਫੇਲਓਰ ਲੁਕਾਉਣ ਲਈ ਸੂਈਆਂ ਏਜੰਸੀਆਂ ਆਪਸ ਵਿੱਚ ਰਲ ਕੇ ਉਹ ਕਹਿੰਦੇ ਇਸ ਤਰ੍ਹਾਂ ਹੀ ਸਨੱਬ ਕਰ ਦੇ। ਜਿਹੜੇ ਬੰਦੇ ਦੇ ਗਵਾਹੀ ਤੇ ਤੁਸੀਂ ਅਰੈਸਟ ਕਰਦੇ ਹੋ, ਬੰਦਾ ਅਦਾਲਤ 'ਚ ਕੈਨੇਡੀਅਨ ਗਵਰਨਮੈਂਟ ਨੇ ਪੇਸ਼ ਕਿਉਂ ਨਹੀਂ ਕੀਤਾ, ਸਰਕਾਰ ਕੈਨੇਡਾ ਭਾਰਤ ਦੀ ਅਬਰਾਹਮ ਦੌਦ ਨੂੰ ਮੰਗਦੀ ਹੈ, ਉੱਥੇ ਜਿਹੜੇ ਆਪਣੇ ਬੈਠੇ ਨੇ ਲਾਹੌਰ 'ਚ ਲਖਵੀਰ ਸਿੰਘ ਰੋਡੇ ਵਰਗੇ, ਉਹਨਾਂ ਨੂੰ ਕਿਉਂ ਨਹੀਂ ਮੰਗਦੀ ਬਈ। ਕਿਵੇਂ ਪਾਕਿਸਤਾਨ ਤੋਂ ਲੋਕ ਮੁੰਡੇ ਬਾਰਡਰ ਟੱਪਦੇ ਆ, ਹਥਿਆਰ ਲੈ ਕੇ ਜਾਂਦੇ ਆ, ਜਾਂਦੇ ਫੜੇ ਜਾਂਦੇ ਆ, ਉਹ ਕਿਵੇਂ ਪਤਾ ਲੱਗਦਾ। ਇਹ ਜ਼ੁਲਮ ਜਿਹੜਾ ਹੋਇਆ, ਇਹ 329 ਪਰਿਵਾਰਾਂ ਦਾ ਇਹ ਕਹਿਰ ਜਿਹੜਾ ਹੋਇਆ, ਇਹਦੇ 'ਚ ਬਹੁਤ ਕੁਛ ਹੈ। ਸਭ ਤੋਂ ਵੱਡੇ ਜਿਹੜੀ ਗੱਲ ਹੈ ਜਸਟਿਸ ਮੇਜਰ ਦੀ, ਹਾਰਪਰ ਉਹਨਾਂ ਨੇ ਬਣਾਤੀ, ਉਹਨੇ 5 ਸਾਲਾਂ 'ਚ ਰਿਪੋਰਟ ਦਿੱਤੀ, ਟਰੂਡੋ ਆਉਣੀ ਪਿੱਛੇ ਲੱਗੇ ਆ, ਹੁਣ ਟਰੂਡੋ ਆਉਣੀ ਹੋ ਗਏ, ਪਹਿਲਾਂ ਹਾਰਪਰ ਨੇ ਇੱਕ ਚੀਜ਼ ਵੀ ਉਹਦੇ 'ਚੋਂ ਬਾਹਰ ਕੱਢੀ ਵੀ ਜਸਟਿਸ ਮੇਜਰ ਕੀ ਕਹਿੰਦਾ। ਗਵਾਹੀਆਂ ਉੱਥੇ ਬੰਦਾ ਲੈ ਕੇ ਆਉਂਦਾ ਭਾਰਤ ਤੋਂ, ਲਿਆਂਦਾ DSP ਜਿਹਦੇ ਕੋਲ ਦੱਸਿਆ, ਜਿਹਦੇ ਨੂੰ ਸਾਰਾ ਕੁਝ ਤਲਵਿੰਦਰ ਸਿੰਘ ਬੱਬਰ ਨੂੰ ਅਰੈਸਟ ਕਰਨ ਵਾਲਾ, ਉਹਦੀਆਂ ਗਵਾਹੀਆਂ ਜਸਟਿਸ ਮੇਜਰ ਦੇ ਕਿਹਨੇ ਨਹੀਂ ਹੋਣ ਦਿੱਤੀਆਂ, ਕਿਹਨੇ ਚੱਕ ਲਿਆ ਉਹਨੂੰ ਇੱਥੋਂ ਹੋਟਲ ਦੇ ਵਿੱਚੋਂ, ਕਿਹਨੂੰ ਕੌਣ ਲੈ। ਇਹਦੇ ਵਿੱਚ ਸਾਰਿਆਂ ਨੇ ਰਲ ਕੇ, ਸੂਈਆਂ ਏਜੰਸੀਆਂ ਨੇ ਇਹ ਕਿਹਾ ਵੀ ਹੁਣ ਇਹ ਹੋ ਗਿਆ, ਹੁਣ ਇੱਕ ਦੂਜੇ ਦੇਸ਼ਾਂ ਦੇ ਇਹਦੇ ਵਿੱਚ ਇਸ਼ੂ ਨੇ, ਇਹਨਾਂ ਨੂੰ ਇਕੱਠਿਆਂ ਕਰਕੇ ਆਪਾਂ ਇਹਨੂੰ ਦੱਬ ਦੀ। ਪਰ ਉਹ ਪਰਿਵਾਰਾਂ ਨੂੰ ਤੁਸੀਂ ਬਣਾ ਦਿਓ ਸਮਾਰਕ, ਤੁਸੀਂ ਲਿਖ ਦਿਓ ਉਹਨਾਂ ਤੇ ਨਾਂ, ਕਿਹੜਾ ਪੱਤਰਕਾਰ ਇੰਗਲੈਂਡ ਇੱਥੇ ਦਾ, ਕਿਹੜਾ ਪੱਤਰਕਾਰ ਬੈਨਪੁਰ ਬੇਸ ਜਾ ਕੇ KPS ਗਿੱਲ ਦਾ ਗੈਸਟ ਬਣਿਆ, ਕਿਹੜਾ KPS ਗਿੱਲ ਦੇ ਉੱਥੇ ਰਹਿ ਕੇ ਆਇਆ ਜਾਂ ਰਹਿ ਕੇ ਆਈ, ਇਹਨਾਂ ਨੂੰ ਕੀ ਬੈਨੀਫਿਟ ਮਿਲਿਆ ਇਹ ਕੋਈ ਦੱਸ ਸਕਦਾ। ਪੁਲਿਸ ਕਸਟਡੀ ਦੇ ਵਿੱਚੋਂ KPS ਗਿੱਲ 92 'ਚ ਤਲਵਿੰਦਰ ਸਿੰਘ ਬੱਬਰ ਨੂੰ ਲੈ ਕੇ ਗਿਆ ਹਰਮੇਲ ਸਿੰਘ ਚਾਂਦੀ, ਉਹ ਕਹਿ ਰਿਹਾ ਵੀ ਕਿਵੇਂ ਨਾ ਕਿਵੇਂ ਮੇਰੀ ਪ੍ਰੈਸ ਕਾਨਫਰੰਸ ਕਰਾ ਦਿਓ, ਮੈਂ ਦੱਸਦਾ ਸਭ ਕੁਛ। ਜਿਹੜਾ ਮੇਨ ਸੂਤਰਧਾਰ ਹੈ ਉਹ ਦੁਨੀਆਂ 'ਚ ਬੰਦਾ ਜਿਉਂਦਾ, ਸਰਕਾਰ ਦੋਨੇ ਸਰਕਾਰਾਂ ਰਲ ਕੇ
ਕਿਵੇਂ ਨੀ ਫੜਦੀਆਂ ਵੀ ਉਹਨੂੰ, ਜਿਹਨਾਂ ਨੇ ਇਹ ਦੱਸਿਆ ਕਿ ਫਲਾਣੇ ਫਲਾਣੇ ਬੰਦੇ ਨੇ ਕੀਤਾ ਤੇ ਉਹਨੂੰ ਬਾਕੀ ਵੀ ਪਤਾ ਨੂੰ ਲਿਆਓ, ਕਰਾਓ, ਕਰੋ ਟ੍ਰਾਇਲ ਇੱਥੇ ਫੜ ਕੇ ਲਿਆਓ ਉਹਨੂੰ, ਕਿਉਂ ਨੀ ਲੈ ਕੇ ਆਉਂਦੀਆਂ ਸਰਕਾਰ? ਬੰਦੇ ਕਿਹੜੇ ਸੀ ਉਹਦੇ ਨਾਲ ਜਿਹੜੇ ਇੱਥੇ ਆਏ, ਕਿਹੜੇ ਬੰਦਿਆਂ ਨੇ ਕਿਹੜੀਆਂ ਕਿਹੜੀਆਂ ਚੀਜ਼ਾਂ ਕਮਾਈਆਂ, ਫਾਈਨੈਂਸ਼ਲੀ ਬੈਨੀਫਿਟ ਕਿਹਨੂੰ ਹੋਏ? ਇਹ ਚੀਜ਼ਾਂ ਲੋਕਾਂ ਦੇ ਮੂਹਰੇ ਕਰੋ ਨੰਗੀਆਂ। ਹੁਣ ਇਹ ਸੀਸਿਸ ਜੀ, ਆਰ ਸੀ ਐਮ ਪੀ ਜੀ, ਅਸੀਂ ਤੁਰੇ ਫਿਰਦੇ ਹਾਂ ਤੇ ਤੁਸੀਂ ਉਹ, ਤੁਸੀਂ ਤਾਂ ਜਿਹੜੀਆਂ ਟੇਪਸ ਵੀ ਡਿਲੀਟ ਕਰਤੀ ਹੈ ਜਿਹਦੇ ਰਿਕਾਰਡਿੰਗ ਸੀ। ਤੁਸੀਂ ਪੁਲਿਸ ਹੋ, ਤੁਹਾਡੇ ਕੋਲ ਸੀਸਿਸ ਹੈ, ਤੁਸੀਂ ਇੱਕ ਜੰਗਲ ਦੇ ਵਿੱਚੋਂ ਬੰਦੇ ਬਲਾਸਟ ਕਰਕੇ ਆਏ ਨੇ, ਤੇ ਸਭ ਤੋਂ ਵੱਡੀ ਗੱਲ ਰਿਆਇਤ ਨੇ 30-31 ਸਾਲ ਅੰਦਰ ਜੇਲ੍ਹ ਚ ਕੱਟ ਲਈ, ਤੇ ਦੱਸਿਓ ਜੇ ਗੁਰੂ ਦਾ ਸਿੱਖ ਗਾਤਰਾ ਉਹਦੇ ਪਾਇਆ ਵੀ ਕੌਣ ਸੀ, ਇਹਦੇ ਚ ਕਿਹੜਾ ਧਰਮ ਹੈ ਇਹ, ਕਿਹੜੇ ਸਰੂਪ ਦੀ ਤੁਸੀਂ ਗੱਲ ਕਰਦੇ ਹੋ, ਕਿਹੜੇ ਤੁਸੀਂ ਅੰਮ੍ਰਿਤ ਦੀ ਗੱਲ ਕਰਦੇ ਹੋ ਜੇ ਤੁਸੀਂ ਝੂਠ ਬੋਲਦੇ ਹੋ ਗਾਤਰੇ ਪਾ ਕੇ? ਕਿੱਥੇ ਤੁਹਾਡਾ ਇਮਾਨ ਰਹਿ ਗਿਆ, ਕਿੱਥੇ ਤੁਹਾਡਾ ਧਰਮ ਰਹਿ ਗਿਆ? ਕਹੋ ਬਾਹਰ ਆ ਕੇ ਇੱਕ ਆਹ ਬੰਦੇ ਇਨਵੋਲਵ ਸੀ ਕੌਮ ਦੇ ਸਿਰ ਤੋਂ, ਸਾਡੇ ਕਾਲਸ ਜਿਹੜੀ ਮੂੰਹ ਤੇ ਸਿੱਖ ਟੈਰਰਿਸਟ ਲਿਖਦੇ ਆ ਉਹ, ਅਸੀਂ ਤਾਂ ਉਹਦੇ ਚੋਂ ਨਿਕਲੀਏ? ਐਡੀ ਜ਼ੁਲਮ, ਐਡਾ ਐਡਾ ਕਹਿਰ, ਜਿਹਨੇ ਬੰਦੇ ਨੇ ਫੜਿਆ ਉਹ ਆ ਕੇ ਦੱਸਣ ਨੂੰ ਤਿਆਰ ਆ, ਤੇ ਉਹ ਬੰਦੇ ਦੀ ਤੁਸੀਂ ਇੱਥੇ ਤਾਂ ਹੁਣ ਭਾਰਤ ਦੀ ਪੁਲਿਸ ਨੀ ਸੀ ਨਾ ਇੱਥੇ, ਇੱਥੇ ਦਾ ਸੀਸ ਸੀ, ਉਹ ਬੰਦੇ ਨੂੰ ਹੀ ਇੱਥੇ ਰੱਖ ਲਿਆ। ਇਹ ਬਹੁਤ ਕੁਝ ਇਹਦੇ ਚ ਲੁਕਿਆ ਹੋਇਆ। ਮੈਂ ਇਹਦੇ ਚ ਹੁਣ ਗਵਰਨਮੈਂਟ ਨੂੰ ਇਹਦੇ ਚ ਇਨਵੋਲਵ ਹੋਣ ਵਾਲੀ ਵੀ ਹੋ ਗਏ ਵੀ ਇਹ ਅਨਫੋਲਡ ਕਰੋ, ਇਹ ਕੀ ਕਹਾਣੀ ਕੀ ਹੈ ਇਹਦੇ ਚ, ਔਰ ਇਹਦੀਆਂ ਡਾਟਸ ਕਿਵੇਂ ਜੁੜਦੀਆਂ? ਬੰਦੇ ਇੱਥੋਂ ਜਦੋਂ ਬਲਾਸਟ ਹੋ ਗਿਆ, ਬੰਦੇ ਕਿਹੜੇ ਕਿਹੜੇ ਇੱਥੋਂ ਭੱਜੇ? ਸੁਰਜਨ ਗਿੱਲ ਕਿੱਥੇ ਗਿਆ? ਲਖਵੀਰ ਸਿੰਘ ਰੋਡੇ ਕਾਹਦੇ ਇੱਥੋਂ ਭੱਜਿਆ? ਰਵਿੰਦਰ ਸਿੰਘ ਬੱਬਰ ਕਿੱਥੇ ਗਏ? ਮੁੜ ਕੇ ਉਹ ਬਾਰਡਰ ਕਿਵੇਂ ਟੱਪਦੇ? ਉਹਨਾਂ ਨੂੰ ਅਰੈਸਟ ਕਿੱਥੇ ਕੀਤਾ ਜਾਂਦਾ? ਕਿੱਥੋਂ ਜੰਮੂ ਤੋਂ ਉਹਨਾਂ ਨੂੰ ਲੈ ਕੇ ਆਇਆ ਜਾਂਦਾ? ਕਿੱਥੇ ਤੱਕ ਤਾਰਾਂ ਖੜੀਆਂ? ਕਿਵੇਂ ਕੇਪੀਐਸ ਗਿੱਲ ਲੈ ਕੇ ਗਿਆ? ਕੈਨੇਡੀਅਨ ਸਿਟੀਜ਼ਨ ਬੰਦਾ ਫੇਕ ਇਨਕਾਊਂਟਰ 'ਚ ਮਾਰਿਆ, ਕਿਹੜੀ ਚੀਜ਼ ਅਨਫੋਲਡ ਹੋਣੀ ਸੀ? ਔਰ ਕਿਹੜੇ ਬੰਦੇ ਕਿਹੜੇ ਨਾਵਾਂ ਨਾਲ ਆਏ ਤੇ ਕਿਵੇਂ ਇੱਥੇ ਪੱਕੇ ਹੋ ਕੇ ਕਿੱਥੇ ਰਹਿ ਰਹੇ ਨੇ? ਉਹਨਾਂ ਨੇ ਕੀ ਕੀਤਾ? ਕੌਣ ਕੌਣ ਬੰਦਾ ਨਾਲ ਆਇਆ? ਕੀ ਉਹਨਾਂ ਨੇ ਕਰਾਇਆ ਇੱਥੇ? ਜ਼ੁਲਮ ਕੌਣ ਫਾਈਨੈਂਸਰ ਬਣਿਆ? ਕਿਹਨੇ ਟਿਕਟਾਂ ਖਰੀਦੀਆਂ? ਕਿਹਨੇ ਸਮਾਨ ਕੀਤਾ? ਇਹਦੇ ਚੋਂ ਕੌਮ ਨੇ ਖੱਟਿਆ ਕੀ ਆ? ਮੈਨੂੰ ਦੱਸੋ, ਜਸਟੀਫਾਈ ਕਰੇ ਕੋਈ ਆ ਕੇ ਕਿ ਅਸੀਂ ਸਾਕੇ ਨੀਲੇ ਤਾਰੇ ਦਾ ਜਾਂ ਦਿੱਲੀ ਦੇ ਕਤਲੇਆਮ ਦਾ ਇਹ ਬੇਦੋਸ਼ੀਆਂ ਨੂੰ ਮਾਰ ਕੇ ਅਸੀਂ ਆਹ ਬੁਰਜ ਮੋਢੇ ਤੇ ਰੱਖ ਲਈ? ਸਾਡਾ ਤੁਸੀਂ ਸੱਤਿਆ ਨਾਸ਼ ਕਰਤਾ? ਕੌਮੀਆ ਤੌਰ ਤੇ ਤੁਸੀਂ ਬਾਹਰ ਨਹੀਂ ਨਿਕਲ ਸਕਦੇ ਕਿਤੇ? ਅਗਲਾ ਕਹਿੰਦਾ ਅੱਛਾ, ਉਹ ਸਿੱਖ ਟੈਰਰਿਸਟ ਲਿਖਦਾ ਵਿਕੀਪੀਡੀਆ 'ਚ, ਕਢਾਓ ਉਹਨੂੰ, ਉਹਦੇ 'ਚ ਕੌਮ ਕੋਈ ਰਲ ਕੇ ਕਰ ਸਕਦਾ? ਨਾ, ਉਹਦੇ 'ਚ ਨਾ ਨੇ ਇਕੱਲੇ ਇਕੱਲੇ ਦੇ ਇੱਕ ਬੰਦਾ ਉਹਨਾਂ ਨੇ, ਪਰ ਜਿਹੜੀ ਝੂਠ ਬੋਲਦਾ ਬੰਦਾ ਸਰੂਪ 'ਚ ਹੋ ਕੇ ਦਾੜਾ ਪ੍ਰਕਾਸ਼ ਕਰਕੇ ਗਾਤਰਾ ਪਾ ਕੇ ਵਾਹਲਾ ਮਾਫ ਗਵਾਹ ਬਣ ਕੇ ਫਿਰ ਮੁੱਕਰਦਾ ਉਹਦੇ 'ਚ, ਏਡੋ ਜ਼ੁਲਮ ਕੀ ਆ ਬਈ? ਸਾਰਾ ਲਾਣਾ ਇੱਥੇ ਤੁਰਿਆ ਫਿਰਦਾ ਜਿਹਨਾਂ ਨੂੰ ਬਹੁਤ ਚੀਜ਼ਾਂ ਦਾ ਪਤਾ, ਤੇ ਤੁਸੀਂ ਤੁਰੇ ਫਿਰਦੇ ਹੋ, ਤੁਹਾਡੇ ਤੁਹਾਡੀ ਜਾਨ ਸਰੀਰ 'ਚ ਹੈ ਜਾਂ ਬਿਨਾਂ ਰੂਹ ਤੋਂ ਤੁਸੀਂ ਤੁਰੇ ਫਿਰਦੇ ਹੋ? ਬਾਹਰ ਖਾਲਸਾ ਬਾਹਰ ਫਤਿਹ, ਇਹਦੇ ਨਾਲ ਬੁਲਾਉਣ ਨਾਲ ਤੁਸੀਂ ਗੁਰੂ ਦੇ ਸਿੱਖ ਬਣ ਜਾਓਗੇ? ਉਹ 329 ਪਰਿਵਾਰ ਜਿਹਨਾਂ ਦੇ ਜੀ ਗਏ ਨੇ, ਉਹਨਾਂ ਨੂੰ ਕੌਣ ਉਹਨਾਂ ਨੂੰ ਜਵਾਬ ਦਊ? ਰਜਤਪਾਲ ਸਿੰਘ ਜੀ, ਲਾਈਨ ਨੰਬਰ 4, ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਸਿੰਘ ਸਾਹਿਬ, ਵਾਹਿਗੁਰੂ ਜੀ ਸਾਹਿਬ, ਵਾਹਿਗੁਰੂ ਜੀ ਫਤਿਹ। ਜਿਹੜਾ ਹਾਦਸਾ ਹੈਗਾ ਜੀ, ਇਹ ਦੁਖਦਾਈ ਹਾਦਸਾ ਹੈਗਾ ਆ, ਤੇ ਕਦੀ ਵੀ ਕੋਈ ਵੀ ਜਿਹੜਾ ਸਿੱਖ ਧਰਮ 'ਚ ਵਿਸ਼ਵਾਸ ਰੱਖਦਾ ਉਹ ਇਹੋ ਜਿਹੀ ਗੱਲ ਕਦੀ ਚਿਤ ਵੀ ਨਹੀਂ ਸਕਦਾ। ਹੁਣ ਇਹ ਗੱਲ ਸਹੀ ਆ, ਵਿੱਚ ਦੂਜਾ ਕਿੰਨਾ ਸਿੰਘ ਜਿਹਨਾਂ ਦੇ ਨਾਂ ਪਿੱਛੇ ਲੱਗਦਾ ਉਹਨਾਂ ਦੇ ਨਾਂ ਵਿੱਚ ਦਿੱਤੇ ਜਾਂਦੇ ਆ, ਪਰ ਆਪਾਂ ਨੂੰ ਦੇਖਣਾ ਪਊਗਾ ਜਿਹੜਾ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਜੋ ਹੋਇਆ ਆ ਉੱਥੇ ਜਿਹੜਾ ਆ, ਜ਼ਰੂਰੀ ਨਹੀਂ ਵੀ ਜਿਹੜਾ ਸਿੰਘ ਆ, ਈਵਨ ਧਿਆਨ ਸਿੰਘ ਡੋਗਰੇ ਵਰਗੇ ਜਿਹੜੀ ਆ ਸਾਡਾ ਰਾਜ ਜਿਹੜਾ ਆ ਉਹਦੇ ਵਿੱਚ ਉਹਨੀ ਗੱਦਾਰਾਂ ਵਾਲਾ ਰੋਲ ਪਲੇ ਕੀਤਾ ਆ। ਸੋ ਇਹ 'ਚ ਨਾ ਤਾਂ ਸਿੱਖੀ ਸਿਧਾਂਤ ਕਹਿੰਦੇ ਆ ਵੀ ਇਹੋ ਜਿਹਾ ਕੋਈ ਕੰਮ ਕਰਨਾ ਚਾਹੀਦਾ ਆ, ਤੇ ਹਾਂ ਇਹਦੇ ਵਿੱਚ ਜਿਹੜੀ ਗੱਲ ਆ ਜਿਹੜੀ ਦੇਖਣ ਵਾਲੀ ਆ ਉਹ ਜਿਹੜੀ ਆ ਉਸ ਵੇਲੇ ਜਿਹੜੇ ਹਾਲਾਤ ਸੀ, ਜਿਸ ਤਰ੍ਹਾਂ ਤੁਸੀਂ ਵੀ ਦੱਸਿਆ ਦੁਨੀਆਂ ਦੇ ਵਿੱਚ ਸਿੱਖਾਂ ਨਾਲ ਸਾਰੀ ਦੁਨੀਆਂ ਦੇ ਵਿੱਚ ਹਮਦਰਦੀ ਸੀ ਤੇ ਖਾਲਿਸਤਾਨ ਦੀ ਗੱਲ ਨੂੰ ਹਮਦਰਦੀ ਮਿਲ ਰਹੀ ਸੀ। ਈਵਨ ਜਿਹੜਾ ਆਪਣੇ ਅਮਰੀਕਾ ਦੇ ਐਲਗੋਰ ਹੈਗੇ ਆ ਉਹਨੀ ਵੀ ਦੂਜਾ ਇਹਦੇ ਵੱਲ ਨੂੰ ਜਿਹੜਾ ਆ ਸੋਚਦੇ ਸੀ ਵੀ ਸਿੱਖਾਂ ਨਾਲ ਬੇਨਿਆਈ ਹੋ ਰਹੀ ਆ, ਪਰ ਉਸ ਵੇਲੇ ਤੇ ਇੱਕੋ ਹੀ ਗੱਲ ਹੋ ਸਕਦੀ ਸੀ ਵੀ ਕਿਸੇ ਤਰ੍ਹਾਂ ਸਿੱਖਾਂ ਨੂੰ ਬਦਨਾਮ ਕੀਤਾ ਜਾਵੇ। ਜੇ ਤੁਸੀਂ ਹੁਣ ਕੁਛ ਤਾਂ ਜਿਹੜੇ ਆ ਕ੍ਰਿਸ਼ਨ ਮਲੋਏ ਧਾਰ ਦੀ ਜਿਹੜੀ ਕਿਤਾਬ ਦਾ ਰੈਫਰੈਂਸ ਦਿੱਤਾ ਗਿਆ ਸੌਫਟ ਟਾਰਗੇਟ, ਇਸੇ ਤਰ੍ਹਾਂ ਜਿਹੜੇ ਸਾਡੇ ਇੱਥੇ ਐਮ ਪੀ ਸੀਗੇ ਅਲਬਰਟਾ ਦੇ ਡੇਵਿਡ ਕਿਲਗੋਰ ਸਾਹਿਬ, ਉਹਨੇ ਵੀ ਕਿਤਾਬ ਲਿਖਿਆ ਵੀ ਜਿਹਦੇ ਵਿੱਚ ਉਹ ਇੱਕ ਜਿਹੜਾ ਆ ਆਪਣੇ ਏਜੰਟ ਹੈਗਾ ਆ ਜਿਹੜਾ ਡਬਲ ਏਜੰਟ ਆ ਜਿਹਨੂੰ ਹਿੰਦੁਸਤਾਨ ਦੀ ਸਰਕਾਰ ਨੇ ਅਪਰੋਚ ਕੀਤਾ, ਔਰ 6:30 ਚੈਡ ਤੇ ਐਡਮਿੰਟਨ ਦਾ ਰੇਡੀਓ ਆ ਉਹਦੇ ਤੇ ਆ ਕੇ ਉਹਨੇ ਇੰਟਰਵਿਊ ਕੀਤੀ
ਜਿਹੜਾ ਟਾਕ ਸ਼ੋ ਹੋਸਟ ਦੇਵ ਰਦਰਫੋਰਡ ਸੀਗਾ ਤੇ ਉਹਨੂੰ ਉਹਨੇ ਇਹੋ ਗੱਲ ਕਹੀ ਵੀ ਮੈਨੂੰ ਇਸ ਗੱਲ ਲਈ ਅਪਰੋਚ ਕੀਤਾ ਗਿਆ ਵੀ ਇਹੋ ਜਿਹਾ ਕੋਈ ਕੰਮ ਕਰਨਾ ਹੈਗਾ ਸੋ ਇਹਦੇ ਪਿੱਛੇ ਜਿਹੜਾ ਜਿੱਦਾਂ ਈਵਨ ਕ੍ਰਿਸ਼ਨ ਮਲੋਏ ਧਰ ਨੇ ਤਾਂ ਸਾਫ਼ ਸਾਫ਼ ਲਿਖ ਦਿੱਤਾ ਵੀ ਜਿਹੜੀ ਸਾਡੀ ਜਿਹੜੀ ਆ ਆਈ ਬੀ ਦੀ ਕੋਈ ਸਾਡੀ ਰੂਲ ਰੈਗੂਲੇਸ਼ਨ ਹੈ ਹੀ ਨੀ ਸਾਡੀ ਕੋਈ ਕਿਤਾਬ ਹੀ ਨੀ ਸਾਡਾ ਕੋਈ ਸਿਧਾਂਤ ਹੀ ਨੀ ਹੈਗਾ ਜੋ ਮਰਜ਼ੀ ਕਰ ਲਈਏ ਉਹ ਸਾਰੇ ਅਸੂਲ ਹੈਗੇ ਆ ਸੋ ਉਹਨੇ ਆਪਣੀ ਬੁੱਕ ਵਿੱਚੋਂ ਇਹੋ ਇੱਕ ਇਹੋ ਜਿਹਾ ਹਾਦਸਾ ਕਰਕੇ ਨੇ ਸਿੱਖਾਂ ਦੇ ਨਾਂ ਮੜ ਕੇ ਸਾਰੀ ਦੁਨੀਆਂ 'ਚ ਸਿੱਖਾਂ ਨੂੰ ਬਦਨਾਮ ਕੀਤਾ ਅੱਜ ਵੀ ਜਦੋਂ ਕਿਤੇ ਸਿੱਖਾਂ ਨੂੰ ਕਿਤੇ ਮਾੜਾ ਕਹਿਣਾ ਰਾਲਫ ਗੁਡੇਲ ਸਾਹਿਬ ਹੋਣੀ ਜਿਹੜੀ ਰਿਪੋਰਟ ਜਾਰੀ ਕੀਤੀ ਸੀ ਜਦੋਂ ਉਹਦੇ ਵਿੱਚ ਜ਼ਿਕਰ ਕੀਤਾ ਕੈਨੇਡਾ ਵਿੱਚ ਸਿੱਖ ਅੱਤਵਾਦੀ ਤੇ ਸਾਡੇ ਜਿਹੜੇ ਸਾਡੇ ਆਪਣੇ ਪੰਜਾਬ ਤੋਂ ਆਏ ਹੈਗੇ ਐਮ ਪੀ ਆਪਣੇ ਸੋਹੀ ਸਾਹਿਬ ਉਹਨੇ ਇਹੋ ਗੱਲ ਕਿਹਾ ਕਿ ਜੀ ਹੁਣ ਦੇ ਜਿਹੜੇ ਅੱਤਵਾਦੀ ਨੇ ਉਹਨਾਂ ਦੀ ਨੀ ਪਿੱਛੇ ਜਿਹੜੇ ਅੱਤਵਾਦੀ ਹੁੰਦੇ ਸੀ ਉਹਨਾਂ ਦੀ ਗੱਲ ਸੋ ਇਸ ਗੱਲ ਦਾ ਕਿੱਥੋਂ ਤੱਕ ਸਹਾਰਾ ਲਿਆ ਜਾਂਦਾ ਆ ਤੇ ਕੈਨੇਡੀਅਨ ਗਵਰਨਮੈਂਟ ਦੀ ਜਿਹੜੀ ਆ ਇਨਵੋਲਵਮੈਂਟ ਆ ਉਹ ਸਾਨੂੰ ਜਿਹੜੀ ਇੱਥੇ ਸਾਡੇ ਐਡਮਿੰਟਨ ਦੀ ਐਡਮਿੰਟਨ ਜਨਰਲ ਆ ਉਹਦੇ ਵਿੱਚ 96-97 ਦੇ ਅਰਾਊਂਡ ਰਿਪੋਰਟ ਛਪੀ ਸੀ ਕਿ ਜਿਹੜੀ ਸਾਡੀ ਜਿਹੜੀ ਆ ਜਿਹੜੀ ਇੱਥੇ ਹੈਗੀ ਆ ਥੀਸਿਸ ਆ ਇਹ ਹਾਲੇ ਅਸਟੈਬਲਿਸ਼ ਹੋ ਗਏ ਸੀ ਤੇ ਜਿਹੜੇ ਇਹਨਾਂ ਦੀ ਜਿਹੜੀ ਇੰਟੈਲੀਜੈਂਸੀ ਹੈਗੀ ਆ ਇਹਨਾਂ ਦੁਆਰਾ ਹੀ ਜਿਹੜੇ ਜਾਂ ਇੰਡੀਅਨ ਅੰਬੈਸੀ ਦੁਆਰਾ ਜਿਹੜੀ ਗੈਦਰ ਕੀਤੀ ਜਾਂਦੀ ਸੀ ਉਹ ਇੰਡੀਆ ਭੇਜੀ ਜਾਂਦੀ ਸੀ ਇੰਡੀਆ ਤੋਂ ਉਹ ਕੁੱਕ ਹੋ ਕੇ ਆਉਂਦੀ ਸੀ ਤੇ ਉਹ ਜਿਹੜਾ ਆ ਇੰਡੀਅਨ ਅੰਬੈਸੀ ਜਿਹੜੀ ਆ ਥੀਸਿਸ ਨੂੰ ਸਾਡੇ ਬੰਦਿਆਂ ਤੇ ਜਿਹੜੀ ਆ ਸੀਕ੍ਰੇਸੀ ਦੀ ਇਨਫੋਰਮੇਸ਼ਨ ਪ੍ਰੋਵਾਈਡ ਕਰਦੀ ਸੀ ਸੋ ਉੱਥੇ ਤਾਂ ਆਪਾਂ ਦੇਖ ਹੀ ਸਕਦੇ ਹਾਂ ਵੀ ਉਹਨੂੰ ਆਪਾਂ ਕਿੱਦਾਂ ਮੈਨੀਪੂਲੇਟ ਕਰਕੇ ਸਾਡੀਆਂ ਉਹ ਸਰਕਾਰਾਂ ਜਿਹੜੀਆਂ ਸਦਾ ਰਿਪੋਰਟਾਂ ਜਾਰੀ ਕਰਦੀਆਂ ਸੋ ਇਹ ਇੱਕ ਜਿਹੜਾ ਹਿੰਦੁਸਤਾਨ ਦੀ ਸਰਕਾਰ ਦਾ ਜਿਹੜਾ ਘਨੌਣਾ ਕੀਤਾ ਗਿਆ ਕਾਰਨਾਮਾ ਹੈ ਸਿੱਖਾਂ ਦੇ ਨਾਂ ਲਾ ਕੇ ਤਾਂ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕਿ ਜਿਹੜਾ ਆ ਸਿੱਖਾਂ ਨੂੰ ਜਿਹੜਾ ਖਾਲਿਸਤਾਨ ਦੀ ਜਿਹੜੀ ਮੰਗ ਆ ਇਹਨੂੰ ਦਬਾਇਆ ਜਾ ਸਕੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਪਰ ਇਹ ਬਹੁਤ ਤਹਿਆਂ ਨੇ ਇਹਦੀਆਂ ਪ੍ਰਭਜੋਤ ਪਾਲ ਸਿੰਘ ਜੀ ਬਹੁਤ ਕੁਝ ਇਹ ਚ ਇਨਵੋਲਵ ਹੋਇਆ ਇਹ ਜੇ ਜਦ ਤੁਸੀਂ ਇਸ ਦੇ ਬਾਰੇ ਤੁਹਾਨੂੰ ਤੁਸੀਂ ਇਹਨੂੰ ਡੀਪਲੀ ਸੋਚਦੇ ਹੋ ਤੁਹਾਨੂੰ ਸੋਰਸ ਕੁਝ ਮਿਲਦੇ ਨੇ ਇਹਦੇ ਤੇ ਕਿਤਾਬ ਛਪਣੀ ਚਾਹੀਦੀ ਹੈ ਜਿਹੜੇ ਇਹ ਫਸਟ ਹੈਂਡ ਜਿਹਨਾਂ ਨੂੰ ਇਨਫੋਰਮੇਸ਼ਨ ਆ ਤੇ ਇਹ ਬਹੁਤ ਵੱਡੀ ਇੱਕ ਪਲਾਨ ਤਹਿਤ ਬੰਦੇ ਇੱਥੇ ਆਏ ਉਹਦੇ ਨਾਲ ਇੰਟੈਲੀਜੈਂਸੀ ਦੇ ਆਏ ਕਮਿਊਨਿਟੀ ਚ ਆਏ ਵੱਡੇ ਕੱਦ ਦੇ ਬੰਦੇ ਲੈ ਕੇ ਆਉਂਦੇ ਉਹਨਾਂ ਦਾ ਲੋਕਾਂ ਨੇ ਮਾਣ ਕੀਤਾ ਤੇ ਉਹ ਬਚ ਗਏ ਉਹਦੇ ਚੋਂ ਗੱਲਾਂ ਨਿਕਲੀਆਂ ਪਲਾਨ ਹੋ ਗਈ ਕੋਈ ਕਿਸੇ ਦੇ ਮਨ ਚ ਰੋਹ ਸੀ ਪਰ ਉਹਨਾਂ ਦੇ ਆਲੇ ਦੁਆਲੇ ਜਿਹੜੇ ਰਲ ਗਏ ਉਹਨਾਂ ਨੇ ਉਹ ਸਰਕਾਰਾਂ ਦੇ ਨਾਲ ਸੂਈ ਏਜੰਸੀਆਂ ਨਾਲ ਰਲ ਕੇ ਉਹਨਾਂ ਨੇ ਕੰਮ ਕਰਤਾ ਬਸ ਸਿੰਪਲ ਤੇ ਉਹ ਹੁਣ ਜਦ ਇੱਕ ਦੂਜੇ ਨੂੰ ਪਤਾ ਨੀ ਕੋਈ ਡਬਲ ਆ ਇਹਦੇ ਚ ਏਜੰਟ ਕੋਈ ਸਿੰਗਲ ਏਜੰਟ ਹੈ ਉਹਨਾਂ ਨੇ ਗਾਹ ਤੋਂ ਗਾਹ ਬੰਦੇ ਸੈੱਟ ਕਰਕੇ ਉਹ ਤਿਆਰ ਕਰਤਾ ਹੁਣ ਇਦੋਂ ਵੱਧ ਕੀ ਹੋ ਸਕਦਾ ਰਿਆਤ ਸਮਾਨ ਖਰੀਦਦਾ ਤੁਸੀਂ ਹੌਰਸੂ ਵੇ ਤੋਂ ਪਿੱਛੇ ਜਾਂਦੇ ਹੋ ਤੇ ਮੁੜ ਕੇ ਜਦੋਂ ਤੁਹਾਡੇ ਸਾਹਮਣੇ ਅੰਦਰ ਤੁਸੀਂ ਬਾਹਰ ਵੀਡੀਓ ਬਣਾਉਂਦੇ ਨੇ ਇੱਕ ਤੁਹਾਡੇ ਪਿੱਛੇ ਇੱਕ ਹੋਰ ਕਾਰ ਚ ਬੈਠਾ ਉਹ ਜਿਹੜਾ ਮਿਸਟਰ ਐਕਸ ਹੈ ਉਹ ਮਿਸਟਰ ਐਕਸ ਕੌਣ ਹੈ ਕੋਈ ਨੀ ਦੱਸ ਸਕਦਾ 329 ਬੰਦੇ ਮਰ ਗਏ ਤੇ ਉਹਦੇ ਬਾਅਦ ਦੋ ਨਰੀਟਾ ਤੇ 231 ਨੇ ਤੇ ਉਹ ਕਿਹਨੇ ਦੱਸਣਾ ਇਹਦੇ ਚ ਹੁਣ ਉਹ ਬਣਾ ਦੇ ਉਹਨਾਂ ਨੇ ਤੁਸੀਂ ਏਅਰ ਇੰਡੀਆ ਫਲਾਈਟ 182 ਵਿਕੀਪੀਡੀਆ ਕਰੋ ਉਹਨੇ ਜਿਉਂ ਪੰਜਾਬ ਤੋਂ ਤੋਰੀ ਹੈ ਬੈਕਗਰਾਊਂਡ 1970 ਤੋਂ ਇਕਨੋਮਿਕ ਮਾਈਗ੍ਰੈਂਟਸ ਇਮੀਗ੍ਰੇਸ਼ਨ ਟੂ ਵੈਸਟਰਨ ਕੈਨੇਡਾ ਫਾਰ ਬੈਟਰ ਉਹਦੇ ਚ ਬੱਬਰ ਖਾਲਸਾ ਕਰ ਦਿੱਤਾ ਸੈੱਟ ਉਹਦੇ ਬਾਅਦ 13 ਅਪ੍ਰੈਲ 1978 ਦੀ ਵਿਸਾਖੀ ਕਰ ਦਿੱਤੀ ਸੈੱਟ ਨਰਕਤਾ ਪੂਰੀ ਜਾਣੀ ਉਹਨਾਂ ਨੇ ਸਾਕੇ ਨੀਲੇ ਤਾਰੇ ਦੀ ਤੀਜੇ ਘੱਲੂ ਘਾਰੇ ਨੂੰ ਲਿਆ ਕੇ ਜੋੜ ਕੇ ਕਨਿਸ਼ਕਾ ਦੇ ਨਾਲ ਜੋੜਤਾ ਲਿਆ ਕੁਛ ਬੰਦਿਆਂ ਦੀ ਕਹਾਣੀਆਂ ਕਿਸੇ ਨੇ ਜੇਬਾਂ ਭਰਨੀਆਂ ਕਿਸੇ ਨੇ ਸਰਕਾਰ ਦਾ ਬਣ ਗਿਆ ਕਿਸੇ ਨੂੰ ਐਮਨੈਸਟੀ ਮਿਲ ਗਈ ਕੋਈ ਵਾਅਦਾ ਮਾਫ ਗਵਾਹ ਬਣ ਗਿਆ ਤੇ ਜਦ ਕੈਨੇਡੀਅਨ ਗਵਰਨਮੈਂਟ ਲਖਵੀਰ ਸਿੰਘ ਰੋਡੇ ਦੀ ਸਟੇਟਮੈਂਟ ਲੈ ਕੇ ਆਈ ਹੈ ਜਿਹਨੇ ਦੱਸਿਆ ਵੀ ਕਿਹੜੇ ਕਿਹੜੇ ਬੰਦਿਆਂ ਨੇ ਕੀਤਾ ਮੈਂ ਇਨਵੋਲਵ ਸੀ ਉਹਨੂੰ ਬੰਦੇ ਨੂੰ ਲਿਆ ਕੇ ਟ੍ਰਾਇਲ ਤੇ ਕਿਉਂ ਨੀ ਖੜਾਇਆ ਫਿਰ ਬਈ ਇੰਡੀਅਨ ਗਵਰਨਮੈਂਟ ਲਈ ਉਹ ਵਾਂਟਡ ਨਹੀਂ ਹੈ ਜਿਹਦੇ 300 ਜਹਾਜ਼ ਜਿਹਦਾ ਡਿੱਗਿਆ ਕਿਉਂ ਨੀ ਇੰਡੀਅਨ ਗਵਰਨਮੈਂਟ ਪਾਕਿਸਤਾਨ ਗਵਰਨਮੈਂਟ ਨੂੰ ਕਹਿੰਦੀ ਵੀ ਲਿਆ ਦਿਓ ਸਾਨੂੰ ਇਹਨੂੰ ਰਵਿੰਦਰ ਸਿੰਘ ਬੱਬਰ ਦੇ ਐਵੀਡੈਂਸ ਜਿਹੜੇ ਸੀ ਹਰਮੇਲ ਸਿੰਘ ਚਾਂਦੀ ਦੇ ਕੋਲ ਜੰਦੀ ਦੇ ਕੋਲ ਉਹ ਕਿਉਂ ਨੀ ਜਨਤਕ ਕੀਤੇ ਬਈ ਕੀ ਕਿਹਾ ਉਹਨੇ 10 ਦਿਨ ਚ ਉੱਥੇ ਕਿਸੇ ਦੱਸਿਆ ਔਰ ਕਿਉਂ ਸਰਕਾਰ ਵਾਂਟਡ ਕੈਨੇਡੀਅਨ ਸਿਟੀਜ਼ਨ ਕਿਉਂ ਨੀ ਵਾਪਸ ਲਿਆਂਦਾ ਉਹਨੇ ਆਉਂਦੇ ਹੀ ਦੱਸਣਾ ਸੀ ਕਿਹੜੇ ਬੰਦੇ ਨੇ ਕੀ ਕੀਤਾ ਔਰ ਇੱਕੋ ਹੀ ਉਹ ਲਾਸਟ ਉਹ ਲਾਈਨ ਸੀ ਉਸ ਦੇ ਵਿੱਚ ਉਹ ਉਹਨਾਂ ਨੇ ਫੜ ਕੇ ਉਹਦਾ ਫੇਕ ਇਨਕਾਊਂਟਰ ਕੀਤਾ ਖਤਮ ਕਹਾਣੀ ਉਹ ਇਹ ਇੱਕ
ਹੈਂਗਿੰਗ ਸੋਲਡ ਆ ਸਾਡੇ ਤੇ ਜਿਹਦਾ ਕੋਈ ਹੱਲ ਕਰਨ ਸਾਰੇ ਚੁੱਪ ਬੈਠੇ ਆ। 2010 ਤੋਂ ਬਾਅਦ ਜੌਨ ਮੇਜਰ ਤੋਂ ਬਾਅਦ ਕੋਈ ਬੋਲਿਆ ਹੀ ਨੀ, ਜਿਹੜੇ ਨਿੱਤ ਸਵੇਰੇ ਚਾਹ ਪੀ ਕੇ ਹੁਣ ਗਜ਼ਲਗੋ ਬਣੇ ਫਿਰਦੇ ਨੇ, ਕੋਈ ਗੁੱਤਾਂ ਬਣਾਈ ਫਿਰਦਾ, ਕੋਈ ਜੋਗੀ ਰੋਗੀ ਭੋਗੀ ਬਣੇ ਫਿਰਦੇ ਨੇ, ਬੋਲਦਾ ਕੋਈ ਲੋ। ਇੱਕ ਬੀਬੀ ਪੱਤਰਕਾਰ ਲੱਗਦੀ ਹੁੰਦੀ ਸਵੇਰੇ ਸੱਜ ਰਹੀ, ਉਹ ਨੀ ਹੁਣ ਬੋਲਦੀ, ਖਤਮ ਕਹਾਣੀ। ਹੁਣ ਪਤਾ ਵੀ ਜੌਨ ਮੇਜਰ ਦੇ ਵਿੱਚੋਂ ਜਿਹੜਾ ਕੁਛ ਨਿਕਲਣਾ ਤੇ ਜੌਨ ਮੇਜਰ ਦੀ ਇਨਕੁਆਇਰੀ ਦੇ ਵਿੱਚ ਵਿਟਨੈਸ ਜਿਹੜੇ ਪੰਜਾਬ ਤੋਂ ਆਏ ਉਹ ਵਿੱਚ ਉੱਥੇ ਜਾਣ ਨੀ ਦਿੱਤੇ, ਸਵਾਲ ਨੀ ਪੁੱਛਣ ਦਿੱਤਾ। ਜਸਟਿਸ ਬੈਂਸ ਦਾ ਪੁੱਤ ਉੱਥੇ ਬੈਠਾ ਸੀ, ਇੱਕ ਸਵਾਲ ਨੀ ਉਹਨੂੰ ਪੁੱਛਣਾ, ਕਹਿੰਦਾ ਬਹਿ ਜਾ ਕੁਰਸੀ ਡਾਹ ਕੇ, ਬੋਲ ਨੀ ਸਕਦਾ। ਉਹ ਬੰਦਾ ਕਿੱਡਾ ਵੱਡਾ ਉਹ ਬੰਦਾ ਲੈ ਕੇ ਆਏ, ਉਹ DSP ਉਹ ਪੂਰੇ ਹੋ ਗਏ ਹਰਮੇਲ ਸਿੰਘ ਚੰਦੀ ਹੋਣੀ ਜਿਹੜੇ ਜਿਹਨਾਂ ਨੇ ਬੱਬਰ ਉਹਨਾਂ ਨੂੰ ਫੜੇ। ਇਦੋਂ ਵੱਡਾ ਵਿਟਨੈਸ ਕੀ ਹੁੰਦੀ, ਸਾਡੀ ਸਰਕਾਰ ਉਹਨੂੰ ਸਾਂਭਦੀ, ਉਤੋਂ ਸਟੇਟਮੈਂਟ ਲੈਂਦੀ, ਉਹਨੂੰ ਜਨਤਕ ਕਰਦੀ। ਕਿੱਥੇ ਨੇ ਉਹਦੇ ਕਾਗਜ਼ ਪੱਤਰ, ਕਿੱਥੇ ਨੇ ਉਹਦੀਆਂ ਕਸੈਟਸ, ਕਿਹਨੇ ਉਹਨੂੰ ਜਹਾਜ਼ ਚੋਂ ਲਾਇਆ, ਸੀਸਸ ਦੱਸਿਓ ਕਿੱਥੇ ਨੇ, ਤੁਸੀਂ ਤਾਂ ਆਪਣੀਆਂ ਡਿਲੀਟ ਕੀਤੀਆਂ, ਉਹਦੇ ਵਾਲੀਆਂ ਕਿੱਥੇ ਨੇ, ਚੰਦੀ ਵਾਲੀਆਂ, ਉਹ 'ਚ ਵੀਡੀਓ ਕਸੈਟਸ ਨੇ, ਉਹਦੇ 'ਚ ਆਡੀਓ ਕਸੈਟਸ ਨੇ, ਉਹ ਕਿੱਥੇ ਨੇ, ਖਤਮ। ਇਹ ਆਇਆ ਬੰਦਾ ਪੰਜਾਬ ਤੋਂ ਲੈ ਕੇ ਆਏ ਨੇ ਜਸਟਿਸ ਬੈਂਸ ਦੀ ਝੂਰੀ ਰੱਖ ਲਿਆ, ਇਹ ਬਹੁਤ ਵੱਡੇ ਇਸ਼ੂ ਨੇ ਇਹਦੇ 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 'ਚ ਤੁਸੀਂ ਕੁਛ ਨਹੀਂ ਕਰ ਸਕਦੇ, ਇਟਸ ਟੂ ਮੱਚ। ਔਰ ਸਾਰੇ ਤੁਸੀਂ ਕਹਿੰਦੇ ਕੁੱਤੀ ਚੋਰਾਂ ਨਾਲ ਲੜੀ, ਇੱਥੇ ਚੋਰਾਂ ਦੇ ਆਲੇ ਦੁਆਲੇ ਕੁੱਤੀਆਂ ਕੁੱਤੀਆਂ ਤੁਰੀਆਂ ਫਿਰਦੀ, ਉਹ ਦੂਜੇ ਨੂੰ ਪ੍ਰੋਟੈਕਟ ਕਰਦਾ, ਰੋਟੀ ਪਾਉਂਦੇ ਨੇ ਉਹ ਪਟੌਂਕਰਦਾ, ਪਰ ਫਿਰ ਵੀ ਸੱਚ ਕਦੇ ਨਾ ਕਦੇ ਬਾਹਰ ਨਿਕਲਣਾ ਚਾਹੀਦਾ। ਔਰ ਇਹ ਇਹ ਝੂਠ ਦਾ ਪਸਾਰਾ, ਇਹ ਝੂਠ ਦਾ ਜਿਹੜਾ ਜੱਗ ਹੈ ਜਿਹ 'ਚ ਤੁਸੀਂ ਕਤਲੋ ਗਾਰਤ ਕਰਕੇ ਕਿਵੇਂ ਚੈਨ ਨਾਲ ਸੌਣੋਗੇ ਰਾਤ ਨੂੰ, ਜਿਹਨੇ ਕਰਵਾਇਆ ਉਹਨੂੰ ਪਤਾ ਵੀ ਮੈਂ ਕਰਵਾਇਆ, ਇੱਕ ਦਿਨ ਪੇ ਕਰਨਾ ਪੈਣਾ, ਨਾ ਜਾਈ ਬਰਮਾ ਨੂੰ ਲੇਖ ਜਾਣਗੇ ਨਾਲ। ਅਖੀਰ 'ਚ ਇਹੀ ਕਹਿਣਾ, ਚੜ੍ਹਦੀ ਕਲਾ 'ਚ ਰਹਿਣਾ, ਸੱਚ ਦੀ ਬਿਨਾਂ 'ਤੇ ਗੱਲ ਕਰਨੀ ਤੇ ਸੱਚੇ ਬੋਲਣਾ। ਗੁਰੂ ਪਾਤਸ਼ਾਹ ਕਿਰਪਾ ਕਰਨ, ਕੱਲ੍ਹ ਨੂੰ 11 ਵਜੇ ਫਿਰ ਮਿਲੋ, ਰੱਬ ਰੱਖ।